ਚਾਹ ਲੈ ਲਓ। ਮੰਮੀ ਜੀ ਤੁਸੀਂ ਵੀ ਲੈ ਲਓ ਚਾਹ। ਧੰਨਵਾਦ ਪੁੱਤ, ਜਿਉਂਦੀ ਵੱਸਦੀ ਰਹਿ। ਆਹ ਚਾਹ ਜੀ ਪੀ ਕੇ ਨਾ ਪਾਲਾ ਜਿਹਾ ਉੱਤਰ ਜੂਗਾ। ਵੈਸੇ ਵੀ ਮੈਨੂੰ ਤੇਰੇ ਹੱਥ ਦੀ ਚਾਹ ਬਾਲੀਏ ਸਵਾਦ ਲੱਗਦੀ ਹੈ। ਪਤਾ ਨਹੀਂ ਇਹੋ ਜਿਹਾ ਤੂੰ ਕੀ ਪਾਉਂਦੀ ਹੈ ਚਾਹ 'ਚ। ਓਹੋ ਪੁੱਤ, ਤੂੰ 2 ਗਲਾਸ ਲੈ ਕੇ ਆਈ, ਆਪਦੀ ਚਾਹ ਨਹੀਂ ਲੈ ਕੇ ਆਈ? ਨਾ ਨਾ ਮੰਮੀ, ਮੈਂ ਚਾਹ ਨਹੀਂ ਪੀਂਦੀ। ਉਹ ਬੇਬੇ, ਇਹ ਕਿੱਥੇ ਚਾਹ ਪੀਂਦੀ ਆ, ਇਹ ਤਾਂ ਮਾਣੋ ਬਿੱਲੀ ਹੈ, ਦੁੱਧ ਪੀਂਦੀ ਆ ਤਾਂ। ਕੱਲ੍ਹ ਕਿਹੜਾ ਪੀਤੀ ਇਹਨੇ ਚਾਹ, ਕਹਿੰਦੀ ਮੇਰਾ ਰੰਗ ਕਾਲਾ ਹੋ ਜੂਗਾ। ਇਹ ਤਾਂ ਸਾਡੇ ਵਰਗੀ ਨੇ ਜਿਹੜੇ ਚਾਹ ਪੀ ਲੈਂਦੇ ਨੇ। ਜੇ ਪੁੱਤ ਕੁੜੀ ਕਹਿੰਦੀ ਹੈ ਵੀ ਮੇਰਾ ਰੰਗ ਕਾਲਾ ਹੋ ਜੂਗਾ, ਫਿਰ ਨਾ ਪੀਣ ਦੇ ਇਹਨੂੰ, ਇਹ ਦੱਸ ਕਿਹੜਾ ਝੂਠ ਬੋਲਦੀ ਹੈ। ਉਹ ਚੱਲ ਕੋਈ ਨਹੀਂ ਬੇਬੇ, ਇਹ ਆਪਦਾ ਰੰਗ ਗੋਰਾ ਰੱਖੇ, ਮੈਨੂੰ ਤਾਂ ਇਹ ਚਾਹ ਲੜ ਪੂਰੇ ਕਰਨ ਨੂੰ ਨਾ ਕੰਮ ਕਰਨਾ ਪੈਣਾ। ਸਿਆਲਾਂ 'ਚ ਨਾ ਰਾਤਾਂ ਨੂੰ ਕਣਕਾਂ ਨੂੰ ਪਾਣੀ ਲਾਉਣਾ ਪੈਂਦਾ, ਅਤੇ ਗਰਮੀਆਂ 'ਚ ਧੁੱਪੇ ਚੰਮ ਸਾੜਨਾ ਪੈਂਦਾ, ਫਿਰ ਕਿਤੇ ਜਾ ਕੇ ਕੁੜੀਆਂ ਦੇ ਸ਼ੌਂਕ ਪੂਰੇ ਹੁੰਦੇ ਨੇ। ਅੱਛਾ ਜੀ। ਹਾਂਜੀ, ਅਤੇ ਇੱਕ ਗੱਲ ਹੋਰ, ਤੁਹਾਨੂੰ ਕੋਈ ਵੀ ਚੀਜ਼ ਦੀ ਲੋੜ ਹੋਵੇ ਨਾ ਮੈਨੂੰ ਜਾਂ ਮੰਮੀ ਨੂੰ ਦੱਸ ਦਿਓ, ਤੁਹਾਨੂੰ ਲਿਆ ਦਾਂਗੇ। ਹੋਰ ਪੁੱਤ, ਮੇਰੇ ਕਿਹੜਾ ਕੋਈ ਧੀ ਹੈ, ਇੱਕੋ ਇੱਕ ਪੁੱਤ ਹੈ ਮੇਰੇ ਤਾਂ, ਅਤੇ ਤੈਨੂੰ ਮੈਂ ਆਪਦੀ ਨੂੰਹ ਨਹੀਂ ਸਮਝਦੀ, ਰੱਬ ਨੇ ਤਾਂ ਮੈਨੂੰ ਧੀ ਦਿੱਤੀ ਹੈ ਤੇਰੇ ਰੂਪ 'ਚ। ਧੰਨਵਾਦ ਮੰਮੀ, ਤੁਸੀਂ ਮੈਨੂੰ ਆਪਣੀ ਧੀ ਸਮਝਿਆ, ਮੈਂ ਵੀ ਤੁਹਾਨੂੰ ਆਪਣੀ ਮਾਂ ਬਣਾ ਕੇ ਰੱਖੂੰਗੀ। ਹਾਂ ਹਾਂ ਪੁੱਤ, ਮੈਨੂੰ ਤੇਰੇ ਤੋਂ ਆਹੀ ਆਸਾਂ ਦਿੱਤੀਆਂ। ਤੂੰ ਬਹਿ ਜਾ, ਖੜੀ ਕਿਉਂ ਹੈ, ਬਹਿ ਜਾ ਬਹਿ ਜਾ, ਚਾਹ ਵੀ ਪੀ ਲਈ ਆਪਾਂ ਤਾਂ। ਸਤਿ ਸ਼੍ਰੀ ਅਕਾਲ ਤਾਈ ਜੀ, ਵਿਆਹ ਦੀਆਂ ਵਧਾਈਆਂ ਤੁਹਾਨੂੰ ਬਹੁਤ ਬਹੁਤ। ਬੇ ਕਾਹਦੀਆਂ ਵਧਾਈਆਂ ਨਾ, ਵਿਆਹ 'ਤੇ ਤਾਂ ਤੂੰ ਆਇਆ ਨਹੀਂ ਹੈਗਾ, 100 ਤਾਂ ਤੈਨੂੰ ਫੋਨ ਲਾ ਲੇ, ਇਹੋ ਜਿਹਾ ਕਾਹ 'ਚ ਰੁੱਝਾ ਹੋਇਆ ਸੀ ਤੂੰ? ਮੈਨੂੰ ਤਾਂ ਲੱਗਦਾ ਹੈ ਤੂੰ 2 ਪੈਸੇ ਦੇਣ ਦਾ ਮਾਰੇ ਨਹੀਂ ਆਇਆ ਹੈਗਾ ਵੀ ਸਲਾਮੀ ਦੇਣੀ ਪਊਗੀ। ਉਹ ਤਾਈ ਤੈਨੂੰ ਕੀ ਦੱਸਾਂ, ਮੇਰੇ ਪੇਪਰ ਚੱਲਦੇ ਸੀਗੇ ਚੰਡੀਗੜ੍ਹ, ਹੁਣ ਪੇਪਰ ਛੱਡ ਕੇ ਦੱਸ ਕਿਵੇਂ ਵਾਂ, ਤੈਨੂੰ ਮੇਰੇ ਬੁੜੇ ਦਾ ਸੁਭਾਅ ਤਾਂ ਪਤਾ ਹੀ ਹੈਗਾ। ਉਹ ਤੇਰੇ ਬਿਨਾਂ ਤਾਂ ਵਿਆਹ 'ਚ ਰੌਣਕ ਹੀ ਨਹੀਂ ਲੱਗੀ ਯਾਰ। ਉਹ ਰੌਣਕਾਂ ਦੀਆਂ ਕੀ ਗੱਲ ਨੇ ਬਾਈ ਯਾਰ, ਤੂੰ ਲਿਆ ਟੋਲਾ, ਰੌਣਕਾਂ ਤਾਂ ਆਪਾਂ ਹੁਣ ਲਾ ਦਿੰਦੇ ਹਾਂਗੇ, ਨਾਲੇ ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ ਜੀ। ਉਹ ਬਾਈ, ਆਪ ਤਾਂ ਤੂੰ ਜਮਾਂ ਚਾਹ ਵਰਗਾ ਹੈਗਾ, ਇੱਧਰ ਮੇਰੀ ਭਰਜਾਈ ਦੇਖ, ਪਈ ਹੈ ਨਾ ਮਲਾਈ ਵਰਗੀ, ਚਮਕਦੀ ਹੈ ਨਾ। ਬਾਈ ਮੈਂ ਤਾਂ ਆਪੀ ਚਾਹ ਵਰਗਾ, ਜਿਹੜਾ ਮੈਂ ਚਾਹ ਪੀਂਦਾ ਇਹ ਬਾਈ ਚਾਹ ਪੀਂਦੀ ਨਹੀਂ ਹੈਗੀ, ਆਪੀ ਗੋਰੀ ਆ। ਉਹ ਬਾਈ ਤੈਨੂੰ ਇੱਕ ਗੱਲ ਕਹਾਂ ਨਾ ਮੈਂ, ਭਾਬੀ ਨਾ ਸਾਰੇ ਪਿੰਡ ਦੀਆਂ ਨੂੰਹਾਂ 'ਚੋਂ ਵੱਧ ਸੋਹਣੀ ਹੈਗੀ, ਤੇਰੀ ਤਾਂ ਨਾਲੇ ਪੂਰੀ ਚੜ੍ਹਾਈ ਹੋਊਗੀ ਪਿੰਡ 'ਚ, ਆਖਰ ਫਿਰ ਭਾਬੀ ਵੀ ਮੇਰੀ ਹੈਗੀ। ਆਹੋ, ਮਾਂ ਵਰਗਾ ਮੂੰਹ ਦਿਆ ਮਿੱਠਿਆ ਲੱਗਿਆ ਤਾਰੀਫਾਂ ਕਰਨ ਨਾ, ਮੈਨੂੰ ਐਂ ਦੱਸ, ਹੁਣ ਤਾਂ ਨਹੀਂ ਤਾਂ ਜਾਣਾ ਚੰਡੀਗੜ੍ਹ, ਹੁਣ ਤਾਂ ਰਹੇਗਾ ਇੱਥੇ? ਨਾ ਨਾ ਤਾਈ, ਹੁਣ ਨਹੀਂ ਜਾਂਦੇ ਹੈਗੇ ਚੰਡੀਗੜ੍ਹ, ਡਿਗਰੀ ਸੀ ਉਹ ਪੂਰੀ ਹੋ ਗਈ, ਆਹੀ ਪੇਪਰ ਸੀਗੇ, ਹੁਣ ਤਾਂ ਬਸ ਇੱਥੇ ਆ ਗਏ ਆਪਾਂ। ਉਹ ਹੁਣ ਅੱਗੇ ਨਹੀਂ ਪੜ੍ਹਦਾ ਓਏ? ਉਹ ਨਾ ਬਾਈ ਯਾਰ, ਅੱਗੇ ਤਾਂ ਹਜੇ ਦੇਖਾਂਗੇ ਰਿਜ਼ਲਟ ਆ ਜਾਂਦੇ। ਉਹ ਨਾਲੇ ਤਾਈ ਤੂੰ ਹੋਰ ਗੱਲਾਂ ਦਾ ਛੱਡ, ਮੈਨੂੰ ਐਂ ਦੱਸ, ਮੈਂ ਦਿਓਰ ਵਾਲੇ ਸ਼ਗਨ 'ਚ ਅੱਜ ਹੀ ਪੂਰੀ ਕਰਾਂਗਾ ਫੇਰ। ਲੈ ਪੁੱਤ, ਫੇਰ ਦੀ ਕੀ ਲੋੜ ਹੈ, ਫੇਰ ਤਾਂ ਫੇਰ ਹੀ ਰਹਿ ਜਾਂਦੀ ਹੈ, ਤੂੰ ਅੱਜ ਹੀ ਕਰ ਲੈ ਜਿਹੜੇ ਵਿਸਾਗਨ ਵਿਹਾਰ ਕਰਨੇ ਆ, ਤਾਂ ਭਾਬੀ ਤੇਰੀ ਕੋਲੇ ਬੈਠੀ ਹੈ। ਉਹ ਤੂੰ ਕਰ ਲਾ ਆਪਦੇ ਚਾਹ ਪੂਰੇ ਕਿਹੜੇ ਕਰਨੇ ਆ ਯਾਰ, ਵਿਆਹ ਵੇਲੇ ਤਾਂ ਤੈਨੂੰ ਪੇਪਰ ਨੇ ਰੋਕ ਲਿਆ, ਜੇ ਹੁਣ ਅਸੀਂ ਤੈਨੂੰ ਰੋਕਾਂਗੇ ਤਾਂ ਕੰਮ ਖਰਾਬ ਹੋ ਜੂ। ਪਰ ਮੈਨੂੰ ਇੱਕ ਗੱਲ ਦੱਸ, ਤੂੰ ਸ਼ਗਨ ਕਰਨਾ ਕਿਹੜਾ ਗਾ? ਰਾਹੀ ਸ਼ਗਨ ਜਿਹੜਾ ਹੁੰਦਾ ਹੈਗਾ ਉਹ ਗੋਡਾ ਬਿਠਾਈ ਦਾ। ਨਾ ਪੁੱਤ, ਇਹ 'ਚ ਸੰਗਣ ਵਾਲੀ ਗੱਲ ਕਿਹੜੀ ਹੈ, ਮੇਰੇ ਮੁੰਡੇ ਨਾਲੋਂ ਤਾਂ 2 ਮਹੀਨੇ ਛੋਟਾ ਹੈ ਐਸੇ ਤਾਂ ਇਹ। ਉਹ ਤਾਈ 2 ਮਹੀਨੇ ਹੀ ਵਾਲੇ ਘੱਟ ਨਹੀਂ ਹੁੰਦੇ ਹੈਗੇ, ਹੈਗੇ ਤਾਂ ਦਿਓਰੀਆਂ ਗਾ, ਸ਼ਗਨ ਤਾਂ ਮੈਂ ਪੂਰੇ ਕਰੂੰਗਾ ਹੀ, ਬਸ ਗੱਲ ਖਤਮ ਹੈ। ਉਹ ਕਰ ਲਾ ਉਹ ਗੁਰੂ ਜਿਹੜੇ ਤੂੰ ਸ਼ਗਨ ਕਰਨੇ ਨੇ। ਉਹ ਐਂ ਨਹੀਂ ਸ਼ਗਨ ਪੂਰੇ ਹੁੰਦੇ ਹੈਗੇ, ਨਾਲੇ ਪੈਸੇ ਵੀ ਲੱਗਣਗੇ ਤੇ। ਓਹੋ ਪੁੱਤ, ਪੈਸੇ ਵੀ ਦੇਵਾਂਗੇ, ਤੂੰ ਫਿਕਰ ਕਿਉਂ ਕਰ ਦੇਂਗਾ, ਨਾਲੇ ਵਿਆਹ ਕਿਹੜਾ ਹਜੇ ਪੁਰਾਣਾ ਹੋ ਚੁੱਕਾ। ਲੈ ਪੁੱਤ, ਆ ਟਰੇ ਧਰ, ਲੁੱਟ ਹੋ ਕੇ ਬਹਿ ਜਾਉਗਾ। ਲੈ ਮੈਨੂੰ ਫੜਾ ਦੇ। ਉਹ ਭਾਰ ਨਾ ਦਈ ਉਹ ਗੋਡੇ ਤੇ, ਉਹ ਤਾਂ ਪਹਿਲੀ ਨਾਜ਼ੁਕ ਜੀ ਆ ਵਿਚਾਰੀ। ਕਿਉਂ ਬਾਈ ਤੈਨੂੰ ਬਾਹਲੀ ਫਿਕਰ ਹੈਗੀ, ਮੇਰੀ ਵੀ ਤਾਂ ਭਾਬੀ ਹੈਗੀ, ਨਾਲੇ ਕੱਢੋ 11,000 ਰੁਪਇਆ ਜੇ ਬਚਾਉਣਾ ਹੋਵੇ ਗੋਡਾ, ਅਤੇ ਲੈਣਾ ਵੀ 11,000 ਮੈਂ ਭਾਬੀ ਦੇ ਪਰਸ 'ਚ ਹੀ ਹੈਗਾ।
ਓਹੋ ਪੁੱਤ 11,000 ਬਾਲਾ ਨਹੀਂ ਹੈ, ਤੂੰ ਤਾਂ ਜਮੀ ਉਤਲੇ ਸਿਰੇ ਤੇ ਚੜ ਕੇ ਬਹਿ ਗਿਆ, ਥੋੜਾ ਘੱਟ ਕਰ, ਭਰਜਾਈ ਹੈ ਤੇਰੀ, ਇੰਨਾ ਕੁ ਤਾਂ ਰਹਿਮ ਕਰ। ਘਟਾ ਲਾ ਬਾਈ, ਸ਼ਗਨ ਕਰਦਾ ਏ ਕਿ ਸੌਦਾ ਕਰਦਾ ਏ। ਬੋਲਿਆ ਦੋ ਫਿਰ ਕਿੰਨੇ ਦਿਨ ਹੋ ਗਏ? ਵੇ ਪੱਤਾ, ਹੁਣ ਤਾਂ ਤੂੰ 1100 ਲੈ ਜਾ, ਜੇ ਤੂੰ ਵਿਆਹ ਤੇ ਆਇਆ ਹੁੰਦਾ ਉਦੋਂ ਮੌਕੇ ਤੇ ਤੈਨੂੰ 5500 ਵੀ ਦੇ ਦਿੰਦੇ, ਇੰਨੀ ਮਾੜੀ ਨੀਤ ਨਹੀਂ ਹੈਗੀ ਤੇ ਤਾਈ ਦੀ। ਉਹ ਚੱਲ ਤਾਈ, ਜਿਹੜੇ ਤੱਲ ਹੈਗੇ ਨੇ ਉਹੀ ਦੇ ਦੇ, ਤੁਹਾਡਾ ਤਾਂ ਇਹ ਨਹੀਂ ਪਤਾ ਹੈਗਾ ਕਿਤੇ ਬਾਅਦ 'ਚ ਵੀ ਮੁੱਕਰੀ ਜਾਊਂ। ਲੈ ਪੁੱਤ, ਇਹ ਲੈ ਚੱਕ ਪੈਸੇ, ਛੱਡ ਮੇਰੀ ਨੂੰਹ ਰਾਣੀ ਦਾ ਗੋਡਾ, ਲੈ ਗਿਣ ਲੈ ਆਪਦੇ ਪੈਸੇ ਤਾਂ ਪੂਰੀ ਨੇਗੇ। ਠੀਕ ਹੈ, ਉਹ ਲੈ ਤਾਈ, ਛੱਡ ਤਾ ਭਾਬੀ ਦਾ ਗੋਡਾ, ਨਾਲੇ ਮੈਨੂੰ ਤਾਂ ਉਹੀ ਤਰਸ ਆ ਗਿਆ ਤੇ ਵਿਚਾਰੀ ਤੇ, ਨਹੀਂ ਮੈਂ ਤਾਂ 1-5 ਨਹੀਂ ਘੱਟ ਕਰਦਾ ਸੀਗਾ। ਅੱਛਾ, ਐਂ ਕਰੋ ਮੰਮੀ, ਤੁਸੀਂ ਇਹਦੇ ਵਾਸਤੇ ਨਾ ਚਾਹ ਲਿਆਓ। ਹਾਂ ਤਾਈ ਜੀ, ਚਾਹ ਮੰਗਾਓ ਭਾਬੀ ਤੋਂ ਮੇਰੇ ਲਈ। ਜਾ ਪੁੱਤ, ਆਪਦੇ ਦਿਓਰ ਲਈ ਵਧੀਆ ਜੀ ਚਾਹ ਬਣਾ ਕੇ ਲਿਆ। ਜੀ ਮੰਮੀ ਜੀ। ਤੂੰ ਬਹਿ ਜਾ ਪੁੱਤ, ਖੜਿਆ ਕਿਉਂ ਹੈ, ਬਹਿ ਜਾ। ਕਿੰਨਾ ਹਾਈ ਪਰਸਨੈਲਿਟੀ ਹੈ, ਕਿੰਨੀ ਸੋਹਣੀ ਖੁਸ਼ਬੂ ਆਉਂਦੀ ਹੈ ਉਹਦੇ ਹੱਥਾਂ 'ਚੋਂ। ਇੱਕ ਮੇਰੇ ਵਾਲੇ ਦੇਖ ਲਓ, ਜਮੀ ਬੇਕਾਰ ਜਿਹਾ, ਹੁਣ ਤਾਂ ਮੈਨੂੰ ਇਹ ਚੰਗਾ ਹੀ ਨਹੀਂ ਲੱਗਣਾ, ਹੁਣ ਤਾਂ ਮੈਨੂੰ ਮੇਰਾ ਦਿਓਰ ਚੰਗਾ ਲੱਗਣਾ। ਇੱਕ ਮੈਂ ਬੇਕਾਰ ਜੇ ਨਾਲ ਪਤਾ ਨਹੀਂ ਕਿੱਥੋਂ ਫਸ ਗਈ, ਕਾਸ਼ ਮੇਰਾ ਮੇਰੇ ਦਿਓਰ ਨਾਲ ਵਿਆਹ ਹੋਇਆ ਹੁੰਦਾ। ਉਹ ਤੂੰ ਸਾਡਾ ਚੰਗਾ ਸ਼ਗਨ ਕਰਾਇਆ ਫਿਰ ਹੈ। ਉਹ ਸੱਚ ਮੈਂ ਤਾਂ ਐਂ ਕਹਿੰਦਾ ਸੀਗਾ, ਤੁਸੀਂ ਤਾਂ ਚਾਹ ਗੁੜ ਦੀ ਪੀਨੇ ਹੋਗੇ। ਹਾਂ ਕਰਦਾ ਮੈਂ, ਭਰਜਾਈ ਨੂੰ ਕਹਿ ਕੇ ਆਉਣਾਗਾ ਕਿਤੇ ਗੁੜੀ ਨਾ ਪਾ ਦੇ ਚਾਹ 'ਚ। ਉਹ ਪੁੱਤ ਤੂੰ ਬੈਠ, ਮੈਂ ਕਿਹਾ ਹੁੰਦੀ ਹਾਂ। ਉਹ ਕੋਈ ਨਾ, ਤੂੰ ਬੈਠਦਾ ਹੀ ਰਹਾਂ, ਮੈਂ ਆਪ ਹੀ ਕਿਹਾ ਹੁਣਾ ਜਾ ਕੇ। ਉਹ ਚੱਲ ਚੰਗਾ, ਛੇਤੀ ਦਿਨ ਕਹਿ ਕੇ ਆਉਣੂ ਕਿਤੇ ਗੁੜੀ ਪਾ ਦੇ। ਜੀ ਤੁਸੀਂ? ਹਾਂਜੀ ਮੈਂ। ਤੁਸੀਂ ਨਾ ਸੋਹਣੇ ਬਹੁਤ ਹੋਗੇ, ਬਰਫੀ ਦਾਂਗਾ, ਜੀ ਕਰਦਾ ਨਾ ਤੁਹਾਨੂੰ। ਉਹ ਸੱਚ ਮੈਂ ਤੁਹਾਨੂੰ ਐਂ ਕਹਿਣਾ ਸੀਗਾ ਵੀ ਚਾਹ 'ਚ ਖੰਡ ਪਾਇਓ ਕਿਤੇ ਗੁੜੀ ਪਾ ਦਿਓ, ਮੈਂ ਖੰਡ ਵਾਲੀ ਚਾਹ ਪੀਂਦਾ ਨਾ। ਜੀ ਠੀਕ ਹੈ ਜੀ। ਅਤੇ ਕੱਪੀ 'ਚ ਦਿਓਰ ਲਈ ਥੋੜ੍ਹਾ ਜਿਹਾ ਪਿਆਰ ਵੀ ਪਾ ਦਿਓ। ਪਿਆਰ? ਹਾਂਜੀ। ਅਤੇ ਤੁਹਾਡੇ ਦੰਦ ਵੀ ਬਹੁਤ ਸੋਹਣੇ ਨੇ। ਕੀ ਗੱਲ ਮੈਡਮ, ਅੱਜ ਬਹੁਤ ਖੁਸ਼ ਲੱਗ ਰਹੇ ਹੋ, ਇੰਨੀ ਖੁਸ਼ੀ ਕਾਹਦੀ, ਦੱਸੋ ਵੀ ਕਦੋਂ ਦਾ ਨੋਟ ਕਰੀ ਜਾਂਦਾ ਮੈਂ। ਉਹ ਨਾ ਨਾ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਚੱਲ ਦੱਸ ਦਿਓ, ਕੋਈ ਨਹੀਂ। ਨਾਲ ਤੁਸੀਂ ਪੈਰ ਧੋ ਕੇ ਆਏ ਹੋ? ਉਹ ਮੇਰੇ ਪੈਰ ਸਾਫ਼ ਨੇ ਜਨਾਬ, ਮੈਂ ਕਿਹੜਾ ਮਿੱਟੀ 'ਚ ਖੇਡ ਕੇ ਆਇਆ। ਤੁਹਾਡੇ ਨਾ ਪੈਰਾਂ 'ਚ ਇੰਨੀ ਸਮੈਲ ਆਉਂਦੀ ਹੈ, ਜੇ ਪੈਣਾ ਨਾ ਤਾਂ ਨਾ ਕਿਉਂ ਚੁੱਪ ਕਰਕੇ। ਉਹ ਮੈਂ ਦੁਪਹਿਰੀ ਤਾਂ ਨਹਾਤਾ ਜਨਾਬ, ਇੰਨਾ ਜ਼ੁਲਮ ਵੀ ਨਾ ਕਰੋ। ਦੇਖੋ ਜੀ, ਤੁਸੀਂ ਨਾ ਆਪਦੀ ਸਫਾਈ ਰੱਖਿਆ ਕਰੋ। ਮੈਨੂੰ ਨਹੀਂ ਪਸੰਦ ਹੈਗਾ ਤੁਸੀਂ ਗੰਦੇ ਮੰਦੇ ਪੈਰ ਬੈੱਡਾਂ 'ਤੇ ਲੈ ਆਉਂਦੇ ਹੋ, ਜੇ ਤੁਸੀਂ ਨਹੀਂ ਨਹਾਉਣਾ ਨਾ ਤਾਂ ਆਪਣਾ ਮੰਜੇ 'ਤੇ ਪੈ ਜਾਓ।
ਉਹ ਕੋਈ ਨਾ ਜੀ, ਮੈਂ ਨਹਾ ਲੈਣਾ। ਨਾਲੇ ਨਾ ਬ੍ਰਸ਼ ਵੀ ਕਰਿਆ ਕਰੋ, ਤੁਹਾਡੇ ਨਾ ਮੂੰਹ ਤੋਂ ਸਮੈਲ ਆਉਂਦੀ ਹੈ। ਉਹ ਕਰ ਲੈਣਾ, ਅਚਾਨਕ ਪਤਾ ਨਹੀਂ ਤੈਨੂੰ ਕੀ ਹੋ ਗਿਆ, ਆ ਕੁਝ ਜ਼ਿਆਦਾ ਹੀ ਸਫਾਈ ਰੱਖਣ ਦੇ ਬਾਰੇ ਕਹਿਣ ਲੱਗੀ ਮੈਨੂੰ ਹੁਣ ਤੂੰ। ਮੇਰੇ ਨਾਲ ਨਾ ਬੈਸ ਹੋਣਾ, ਚੱਲ ਜਾ ਇੱਥੋਂ ਦੀ। ਉਹ ਜਾਣਾ ਯਾਰਾ, ਇੱਕ ਤਾਂ ਪਾਣੀ ਵੀ ਠੰਡਾ ਹੋਊਗਾ, ਨਾਲੇ ਉੱਤੋਂ ਇੰਨੀ ਠੰਡ ਚ ਕੌਣ ਲਾਊਗਾ ਯਾਰਾ। ਪਤਾ ਨਹੀਂ ਕਿਉਂ ਮੈਨੂੰ ਇਸ ਤੋਂ ਮੁਸ਼ਕ ਜਿਹੀ ਆਉਂਦੀ ਰਹਿੰਦੀ ਹੈ। ਉਹ ਵੇਖ ਲਾ ਕਿੰਨੀ ਸਫਾਈ ਰੱਖਦਾ, ਉਹਦੀ ਰੀਸ ਕਿੱਥੇ ਕਰ ਲੂ ਬੁੱਜਣ ਗਿਆ। ਚੱਲ ਨਿਕਲ ਆ, ਇੰਨੇ ਟਾਈਮ ਨੂੰ ਮੈਂ ਸੋ ਜਾਂਦੀ ਹਾਂ, ਇਹਨਾਂ ਕਿਹੜਾ ਮੱਥਾ ਮਾਰੂਗਾ। ਨਾਲੇ ਤੁਸੀਂ ਕਿਹੜਾ ਕਦੇ ਸਿਨੇਮੇ ਗਏ ਹੋਣਗੇ ਫਿਲਮ ਦੇਖਣਾ। ਪੁੱਛ ਲੈਣਾ ਜੇ ਮੰਨ ਗਈ। ਉਹ ਮੰਨ ਜੂਗੀ, ਤੂੰ ਕਿਉਂ ਟੈਨਸ਼ਨ ਲੈਣਾ ਹੈਗਾ। ਤੂੰ ਇੱਕ ਵਾਰੀ ਕਹਿ ਦੀ ਨਾ ਵੀ ਤੇਰੇ ਦਿਓਰ ਨੇ ਕਿਹਾ ਹੈਗਾ, ਫਿਰ ਉਹਨੇ ਮਨਾ ਕਰਨਾ ਹੈਗਾ। ਠੀਕ ਹੈ, ਮੈਂ ਪੁੱਛਦਾ। ਚੱਲ ਫਿਰ ਤੁਸੀਂ ਐਂ ਕਰੋ, ਘੰਟੇ ਤੋਂ ਪਹਿਲਾਂ ਤਿਆਰ ਹੋ ਜਾਓ, ਗੱਡੀ ਮੈਂ ਲੈ ਕੇ ਆ ਰਿਹਾ ਆਪਦੀ। ਚੱਲ ਫਿਰ ਆ ਜਾ। ਕਿਹਦਾ ਫੋਨ ਸੀਗਾ, ਕੌਣ ਆ ਰਿਹਾ ਨਾਲੇ? ਉਹ ਤੇਰਾ ਦਿਓਰ ਆ ਯਾਰ, ਕਹਿੰਦਾ ਭਾਬੀ ਨੂੰ ਫਿਲਮ ਦਿਖਾਉਣੀ ਆ। ਉਹ ਬਾਲੀ ਜਿੱਦ ਕਰਦਾ ਯਾਰ। ਚੱਲ ਫਿਰ ਆਪਾਂ ਚਲੇ ਜਾਂਦੇ ਆ। ਅੱਛਾ, ਉਹ ਨਾਲ ਜਾਊਗਾ? ਉਹ ਹਾਂ, ਉਹ ਆਪਾਂ ਨੂੰ ਨਾਲ ਲੈ ਕੇ ਜਾਊਗਾ, ਤੂੰ ਤਿਆਰ ਹੋ ਜਾ। ਚਲੋ ਠੀਕ ਹੈ ਜੀ। ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ ਵੇ ਸਾਨੂੰ, ਇਸ਼ਕ ਤੇਰੇ ਦਾ ਨਸ਼ਾ ਹੋ ਗਿਆ ਵੇ ਸਾਡਾ, ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ। ਰਾਤਾਂ ਨੂੰ ਨੀਂਦ ਨਾ ਆਵੇ, ਦਿਲ ਤੈਨੂੰ ਵੇਖਣ ਚਾਵੇ, ਰੁਕ ਗਈਆਂ ਘੜੀਆਂ ਸੋਹਣੀਏ ਇੱਕ ਪਲ ਨਾ ਕੱਟਿਆ ਜਾਵੇ। ਰਾਤਾਂ ਨੂੰ ਨੀਂਦ ਨਾ ਆਵੇ, ਦਿਲ ਤੈਨੂੰ ਵੇਖਣ ਚਾਵੇ, ਰੁਕ ਗਈਆਂ ਘੜੀਆਂ ਸੋਹਣੀਏ ਇੱਕ ਪਲ ਨਾ ਕੱਟਿਆ ਜਾਵੇ। ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ ਵੇ ਸਾਨੂੰ, ਇਸ਼ਕ ਤੇਰੇ ਦਾ ਨਸ਼ਾ ਹੋ ਗਿਆ ਵੇ ਸਾਡਾ, ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ। ਅੱਛਾ, ਤੁਹਾਨੂੰ ਮੈਂ ਸੋਹਣੀ ਲੱਗਦੀ ਹਾਂ, ਤੁਸੀਂ ਤਾਂ ਚੰਡੀਗੜ੍ਹ ਰਹਿੰਦੇ ਹੋ, ਤੁਹਾਡੀ ਤਾਂ ਬਹੁਤ ਸਹੇਲੀਆਂ ਹੋਣੀਆਂ। ਉਹ ਨਾ ਜੀ ਨਾ, ਕੁੜੀਆਂ ਤਾਂ ਉੱਥੇ ਬਹੁਤ ਨੇਗੀਆਂ, ਪਰ ਮੈਨੂੰ ਨਹੀਂ ਕੋਈ ਜੱਚੀ ਹੈਗੀ, ਸਿਰਫ ਤੁਹਾਡੇ ਤੋਂ ਬਣਾ। ਭਾਬੀ ਲੱਗਦੀ ਹੈ ਮੈਂ ਤੁਹਾਡੀ? ਉਹ ਲੱਗਦੇ ਸੀਗੇ, ਜਦੋਂ ਮੈਂ ਤੁਹਾਨੂੰ ਦੇਖਿਆ ਨਾ, ਮੈਨੂੰ ਤਾਂ ਬਿਲਕੁਲ ਵੀ ਨੀਂਦ ਨਹੀਂ ਆਉਂਦੀ ਹੈਗੀ। ਜੇ ਨੀਂਦ ਆਉਂਦੀ ਵੀ ਹੈ ਨਾ, ਹਰ ਵਕਤ ਸੋਣਾ ਜੇ ਤੁਸੀਂ ਨੂੰ ਰਹਿੰਦੇ ਹੋਗੇ। ਆਹੀ ਗੱਲ ਇੱਧਰ ਹੈ। ਉਹ ਯਾਰ ਸੱਚੀ ਦੱਸਾਂ ਨਾ, ਮੈਨੂੰ ਤਾਂ ਤੁਹਾਡੇ ਨਾਲ ਪਿਆਰ ਹੋ ਗਿਆ ਬਹੁਤ ਜ਼ਿਆਦਾ। ਉਹ ਯਾਰ ਤੂੰ ਮੈਨੂੰ ਐਂ ਦੱਸ, ਤਾਂ ਆਹ ਝੁੱਡੂ ਜਿਹੇ 'ਚ ਕੀ ਦੇਖਿਆ ਹੈਗਾ? ਮੇਰੀ ਤਾਂ ਅਰੇਂਜ ਮੈਰਿਜ ਹੈ, ਹੁਣ ਜਿੱਥੇ ਘਰਦਿਆਂ ਨੇ ਕਰਤਾ ਕਰਾਉਣਾ ਹੀ ਪੈਣਾ ਸੀਗਾ। ਜੇ ਮੈਂ ਸੱਚ ਦੱਸਾਂ, ਮੈਨੂੰ ਤਾਂ ਭੋਰਾ ਨਹੀਂ ਪਸੰਦ ਇਹ। ਉਹ ਇਹਨੂੰ ਕੁੜੀ ਕੌਣ ਦਿੰਦਾ ਸੀਗਾ, ਤੂੰ ਐਂ ਨਹੀਂ ਫਸ ਗਈ? ਹਾਂ ਪਤਾ ਮੈਨੂੰ। ਉਹ ਚੱਲ ਤਾਂ ਵਧੀਆ ਹੋਇਆ, ਜੇ ਤੂੰ ਇੱਥੇ ਵਿਆਹ ਨਾ ਕਰਾ ਚਾਹੁੰਦੀ
ਆਪਾਂ ਦੀਆਂ ਮਿਲਦੇ। ਹਾਂ ਸਹੀ ਹੈ ਗੱਲ ਤੁਹਾਡੀ, ਨਾਲੇ ਉਸ ਦਿਨ ਵਾਲੀ ਮੂਵੀ ਬਹੁਤ ਸੋਹਣੀ ਸੀਗੀ। ਉਹ ਤੇਰੇ ਤੋਂ ਵੱਧ ਕਿੱਥੇ ਸੋਹਣੀ ਸੀਗੀ। ਆਹਾਂ ਇੰਨੀਆਂ ਸਿਫਤਾਂ ਮੇਰੀਆਂ। ਤੁਸੀਂ ਫੋਨ ਨਾ ਕੱਟਿਓ, ਮੈਂ ਦੇਖਦੀ ਹਾਂ। ਲੱਗਦਾ ਤਾਈ ਆ ਗਈ। ਉਹ ਕੀ ਹੋ ਗਿਆ ਮੰਮੀ, ਗੇਟ ਕਾਹਨੂੰ ਭੰਨੀ ਜਾਂਦੇ ਹੋ? ਉਹ ਪੁੱਤ ਦੁਪਹਿਰ ਦਾ ਟਾਈਮ ਹੋ ਚੱਲਿਆ, ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਤੂੰ ਚਾਹ ਧਰ ਲੈਂਦੀ, ਮੈਂ ਡੰਗਰਾਂ ਵੱਲ ਦੇਖ ਲੈਂਦੀ। ਓਹ ਮੰਮੀ ਮੈਂ ਸਹੇਲੀ ਨਾਲ ਗੱਲ ਕਰਦੀ ਹਾਂ, ਤੁਸੀਂ ਆਪੇ ਧਰ ਲਓ ਜਾ ਕੇ ਚਾਹ। ਚੱਲ ਕੋਈ ਨਾ ਪੁੱਤ, ਤੂੰ ਕਰ ਲੈ ਗੱਲ, ਮੈਂ ਧਰ ਲੈਣੀ ਹੈ ਚਾਹ, ਬਾਅਦ 'ਚੋਂ ਜਾ ਆਊਂ ਮੈਂ ਡੰਗਰਾਂ ਕੋਲ। ਚੰਗਾ ਠੀਕ ਹੈ ਮੰਮੀ। ਹੈਲੋ। ਅੱਛਾ ਤਾਂ ਫਿਰ ਦੁਪਹਿਰ ਦੀ ਚਾਹ ਦਾ ਬਣਾਇਆ ਸੀਗਾ। ਆਪੇ ਧਰ ਲੈਣਗੇ ਚਾਹ, ਮੇਰਾ ਨਹੀਂ ਜੀ ਕਰਦਾ ਹੁਣ ਚਾਹ ਧਰਨ ਨੂੰ। ਉਹ ਤੇਰਾ ਦਾ ਜੀ ਹੁਣ ਮੇਰੇ ਨਾਲ ਨਹੀਂ ਲੱਗਦਾ। ਸੱਚੀ ਗੱਲ ਹੈ, ਹੁਣ ਤਾਂ ਫੋਨ ਕੱਟਣ ਨੂੰ ਜੀ ਨਹੀਂ ਕਰਦਾ। ਉਹ ਕੋਈ ਨਾ ਮਿਲ ਲੈਂਦੇ ਹੈਗੇ, ਜੇ ਤੂੰ ਕਹਿੰਦੀ ਹੈਗੀ ਦਿਲ ਤਾਂ ਮੇਰਾ ਹੀ ਬਥੇਰਾ ਕਰਦਾ ਹੈਗਾ, ਤੂੰ ਐਂ ਕਰੀ ਨਾ ਜਦੋਂ ਫ੍ਰੀ ਹੋਈ ਮੈਨੂੰ ਕਾਲ ਕਰ ਲਈ ਬਾਅਦ 'ਚ। ਠੀਕ ਹੈ ਜੀ। ਮੰਮੀ ਜੀ ਰੋਟੀ ਖਾ ਲਓ। ਲਿਆਤੀ ਜੇ ਲਿਆ, ਤੂੰ ਤਾਂ ਰੰਗੀ ਲਾਤੇ। ਸੱਚੀ ਆ ਸਿਆਲ 'ਚ ਤਾਂ ਨਾ ਠੰਡੀਆਂ ਰੋਟੀਆਂ ਸਵਾਦ ਨਹੀਂ ਲੱਗਦੀਆਂ, ਗਰਮ ਗਰਮ ਤਾਂ ਹਜੇ ਖਾਧੀ ਜਾਂਦੀ ਹੈ। ਓਹੋ ਮੰਮੀ ਇਹ ਤਾਂ ਮੇਰਾ ਫਰਜ਼ ਹੈ। ਜਿਉਂਦੀ ਵੱਸਦੀ ਰਹਿਤੀ ਹੈ। ਮੰਮੀ ਕਿਵੇਂ ਪਏ ਨੇ ਜੀ? ਦੇਖਦੇ ਹੋ ਮੰਮੀ ਦੀ ਹਾਲਤ ਠੀਕ ਨਹੀਂ ਲੱਗਦੀ। ਪੁੱਤ ਦਰਦ ਹੀ ਵਾਲਾ ਹੋ ਹੀ ਜਾਂਦਾ, ਐਵੇਂ ਲੱਗਦਾ ਜੀ ਮੈਂ ਧਰਤੀ ਘੁੰਮੀ ਜਾਂਦੀ ਹੈ, ਚੱਕਰ ਵੀ ਚੜੇ ਪਏ ਨੇ, ਪਤਾ ਨਹੀਂ ਕੀ ਹੋ ਗਿਆ। ਹੁਣ ਤਾਂ ਮੈਂ ਚੰਗੀ ਭਲੀ ਸੀ ਗਿੰਦਕ ਪਹਿਲਾਂ। ਉਹ ਕੋਈ ਨਹੀਂ ਮੰਮੀ, ਮੈਂ ਕਰਦਾ ਡਾਕਟਰ ਨੂੰ ਫੋਨ, ਉਹ ਕਰ ਲੂ ਆ ਕੇ ਚੈੱਕ ਤੈਨੂੰ। ਜੀ ਕਿਹੜੇ ਡਾਕਟਰ ਨੂੰ ਫੋਨ ਕਰੋਗੇ? ਉਹ ਪਿੰਡਾਂ ਵਾਲਿਆਂ ਨੂੰ। ਹਾਂ ਉਹ ਕਿਹੜੇ ਡਾਕਟਰ ਨੇ? ਤੁਸੀਂ ਮੰਮੀ ਨੂੰ ਨਾ ਸ਼ਹਿਰ ਤੋਂ ਦਵਾਈ ਦਵਾਓ, ਜੇ ਰਾਤ ਮੰਮੀ ਦੀ ਹਾਲਤ ਖਰਾਬ ਹੋ ਗਈ ਆਪਾਂ ਕਿੱਥੇ ਭੱਜਦੇ ਫਿਰਾਂਗੇ। ਸਹੀ ਕਹਿਣੀ ਆ ਤੂੰ। ਚੱਲ ਮੰਮੀ ਤੁਸੀਂ ਖੜੇ ਹੋ, ਮੈਂ ਉਸ ਨੂੰ ਸ਼ਹਿਰ ਲੈ ਚੱਲ ਦਾਂਗਾ। ਲੈ ਚੱਲ ਪੁੱਤ ਜਿੱਥੇ ਲੈ ਕੇ ਜਾਣਾ। ਦਰਦੀ ਵਾਲਾ ਹੋਈ ਜਾਂਦਾ।
ਜਲਦੀ ਆ ਜਾਓ, 10 ਮਿੰਟ ਹੋ ਗਏ ਉਹਨਾਂ ਨੂੰ ਗਏ ਨੂੰ। ਉਹ ਬਸ ਮੈਂ ਤਾਂ ਆ ਗਿਆ, ਤੂੰ ਐਂ ਕਰ ਫੋਨ ਕੱਟ ਤੇ ਗੇਟ ਖੋਲ। ਗੇਟ ਤਾਂ ਖੁੱਲ੍ਹਾ ਹੀ ਹੈ। ਕੌਣ ਆ ਗਿਆ ਹੁਣ? ਅਲਾਰਮ ਦਾ ਮੈਨੂੰ ਤੁਹਾਡੇ ਮੋਟਰਸਾਈਕਲ ਦੀ ਲੱਗਦਾ ਹੈ। ਲੱਗਦਾ ਮਾਂ ਪੁੱਤ ਆ ਗਏ ਨੇ। ਇਹ ਐਡੀ ਛੇਤੀ ਕਿਵੇਂ ਆ ਗਏ? ਤੁਸੀਂ ਐਂ ਕਰੋ, ਤੁਸੀਂ ਇੱਥੇ ਜਾ ਕੇ ਲੁਕ ਜਾਓ, ਮੈਂ ਦੇਖਦੀ 15 ਮਿੰਟ 'ਚ ਕਿਵੇਂ ਆ ਗਏ। ਜੀ ਤੁਸੀਂ? ਓਏ ਹਾਂ ਯਾਰ, ਮੈਂ ਆਹ ਨਾ ਮੋਟਰਸਾਈਕਲ ਘਰੇ ਲਾਉਣ ਆਇਆ ਸੀਗਾ, ਮੰਮੀ ਅੱਡੇ ਤੇ ਬੈਠੇ ਨੇ। ਅੱਛਾ, ਦਵਾਈ ਫਿਰ? ਉਹਨਾਂ ਨੂੰ ਚੱਕਰ ਵਾਲੇ ਆਉਂਦੇ ਨੇ, ਇੱਥੋਂ ਤਾਂ ਡਿੱਗ ਪੈਣਗੇ ਤੇ ਆਪਣੀ ਗੱਡੀ ਖਰਾਬ ਆ। ਉਹ ਮੈਂ ਮੁੰਡੇ ਨੂੰ ਫੋਨ ਕਰਿਆ ਸੀ, ਉਹ ਆਉਂਦਾ ਗਾ। ਕੋਈ ਨੀ ਜੀ, ਤੁਸੀਂ ਅੰਦਰ ਸਾਈਡ ਤੇ ਖੜਾ ਕਰ ਦਿਓ। ਆ ਲੈ ਚਾਬੀ ਫੜ, ਜੇ ਕੋਈ ਉੱਪਰ ਆਉਣ ਲੱਗਿਆ ਨਾ ਬਾਰ ਨਾ ਖੋਲੀ, ਪੁੱਛ ਕੇ ਖੋਲੀ ਜੇ ਕੋਈ ਆਇਆ ਵੀ। ਕਿਉਂ, ਚਲਾ ਗਿਆ ਤੇਰਾ ਪਰਾਉਣਾ? ਆਹੋ ਚਲਾ ਗਿਆ, ਉਹ ਡਿਸਟਰਬ ਕਰਤਾ। ਹੋਰ ਯਾਰ, ਮੇਰੇ ਤਾਂ ਇਹਨੇ ਸਾਈਂ ਚਾੜਤੇ ਸੀਗੇ। ਆ ਜਾਓ ਅੰਦਰ ਚੱਲੀਏ। ਯਾਰ ਮੇਰੀਆਂ ਤਾਂ ਲੱਤਾਂ ਕੰਬੀਆਂ ਹੁੰਦੀਆਂ ਨੇਗੀਆਂ। ਓਹੋ ਡਰਦੇ ਕਿਉਂ, ਹੁਣ ਨਹੀਂ ਆਉਂਦੇ ਹੋ, ਚਲੋ ਚੱਲੀਏ ਅੰਦਰ। ਚੱਲ ਫਿਰ। ਦਲੇਰ ਬਣੋ ਮਾੜੇ ਮੋਟੇ, ਤੁਸੀਂ ਤਾਂ ਐਵੇਂ ਡਰਦੇ ਹੋ। ਉਹ ਯਾਰ ਡਰਦਾ ਕਾਹਨੂੰ ਹੈਗਾ, ਵੇਖ ਕੇ ਤਾਂ ਡਰ ਲੱਗਦਾ ਹੈਗਾ।
ਡਰੋ ਨਾ ਤੁਸੀਂ, ਬਹੁਤ ਤੇਜ਼ ਦਿਮਾਗ ਆ ਮੇਰਾ। ਉਹ ਯਾਰ ਡਰਦਾ ਕਿੱਥੇ ਹੈਗਾ ਮੈਂ, ਬਸ ਐਵੇਂ ਚੇਪ ਜੀ ਆਉਂਦੀ ਹੈਗੀ। ਅੱਛਾ ਇਹ ਦੱਸੋ ਮੈਨੂੰ, ਤੁਸੀਂ ਕਿੰਨਾ ਕੁ ਪਿਆਰ ਕਰਦੇ ਹੋ ਮੈਨੂੰ? ਜਾਣ ਤੋਂ ਵੱਧ ਕੇ। ਸੱਚੀ? ਉਹ ਹਾਂ ਸੱਚੀ ਯਾਰ, ਤਾਂ ਹੀ ਤਾਂ ਤੇਰੇ ਨਾਲ ਮੈਂ ਫੋਟੋਆਂ ਖਿੱਚੀਆਂ ਸੀਗਾ। ਸੱਚੀ? ਤੁਹਾਨੂੰ ਦੇਖ ਕੇ ਤਾਂ ਨਾ ਮੇਰਾ ਦਿਲ ਜਿਹਾ ਨਹੀਂ ਭਰਦਾ। ਅੱਛਾ ਯਾਰ, ਦੇਖਣ ਨਾਲ ਥੋੜ੍ਹਾ ਸਰਦਾ ਹੁੰਦਾ, ਥੋੜ੍ਹਾ ਨੇੜੇ ਤਾਂ ਜਾ। ਮੰਮੀ ਜੀ ਆ ਗਏ ਤੁਸੀਂ? ਹਾਂ ਪੁੱਤ, ਚਾਹ ਬਣਾਵਾਂ? ਨਾ ਨਾ ਪੁੱਤ, ਚਾਹ ਤਾਂ ਨਹੀਂ ਪੀਣੀ, ਪਹਿਲੀ ਤੇਜ਼ਾਬ ਜਿਹਾ ਬਣੀ ਜਾਂਦਾ ਬਸ। ਕੀ ਕਹਿੰਦਾ ਡਾਕਟਰ? ਉਹ ਡਾਕਟਰ ਕਹਿੰਦਾ ਨਾ ਮੰਮੀ ਦਾ ਬਲੱਡ ਬਲੁੱਡ ਘੱਟ ਗਿਆ ਹੋਣਾ, ਅਤੇ ਆਹ ਦਵਾਈਆਂ ਦਿੱਤੀਆਂ ਨੇ। ਇੱਕ ਵਾਰੀ ਤਾਂ ਇਹਨਾਂ ਨੂੰ ਦਵਾਈ ਦੇ ਤੀ, ਹੁਣ ਇਹਨਾਂ ਨੂੰ ਨੀਂਦ ਆ ਰਹੀ ਹੈਗੀ। ਐਂ ਕਰ ਕੱਪੜਾ ਲਿਆ ਦੇ ਇਹਨਾਂ ਨੂੰ, ਇਹ ਹੁਣ ਪੈ ਜਾਣਗੇ। ਹਾਂਜੀ ਮੈਂ ਲਿਆ ਦਿੰਦੀ ਹਾਂ। ਨਾ ਪੁੱਤ, ਕੱਪੜੇ ਨੂੰ ਤੂੰ ਰਹਿਣ ਦੇ, ਠੰਡ ਵਾਲੀ ਹੋ ਰਹੀ ਹੈ, ਮੈਂ ਅੰਦਰ ਹੀ ਪੈ ਜਾਂਦੀ ਹਾਂ। ਕਰੋ ਤੁਸੀਂ ਗੱਲਾਂ। ਮੈਂ ਨਾ ਖੇਤ ਗੇੜਾ ਮਾਰਿਆ ਵਾਂ, ਤੂੰ ਕਰ ਲਾ ਘਰ ਦੇ ਕੰਮ, ਚੰਗਾ? ਹਾਂਜੀ ਤੁਸੀਂ ਜਾਇਓ। ਹਾਂ ਤੇ ਉਹਨਾਂ ਮੰਮੀ ਦਾ ਖਿਆਲ ਰੱਖ ਲਈ ਮਾੜਾ ਜਿਹਾ, ਦੇਖ ਲਈ। ਚਲੋ ਠੀਕ ਹੈ ਜੀ। ਸੱਚੀ ਮਰ ਜਾਣੀ ਬਾਹਲੀ ਸੋਹਣੀ ਹੈਗੀ। ਵੈਸੇ ਆਹ ਤਾਂ ਵਧੀਆ ਕੀਤਾ, ਮੈਂ ਇਹਦੀਆਂ ਫੋਟੋਆਂ ਖਿੱਚ ਲਈਆਂ, ਕਦੇ ਇਹੀ ਕੰਮ ਕੱਢ ਜਾਣਗੀਆਂ। ਵੈਸੇ ਭਾਬੀ ਹੋਵੇ ਨਾ ਇਹਦੇ ਵਰਗੀ, ਸੱਚੀ ਜੀ ਲਵਾ ਕੇ ਰੱਖਦਾ, ਦਿਲ ਕਰਦਾ ਨਾ ਬਸ ਇਹਦੀਆਂ ਤਸਵੀਰਾਂ ਦੇਖੀ ਜਾਣਾ। ਉਹ ਹੈਲੋ, ਸਤਿ ਸ਼੍ਰੀ ਅਕਾਲ ਭਾਬੀ ਜੀ। ਭਾਬੀ ਕਿਉਂ ਕਹਿੰਦਾ? ਉਹ ਛੇੜਦਾ ਸੀਗਾ ਮੈਂ ਤੈਨੂੰ। ਹੋਰ ਦੱਸ, ਇਹਨੂੰ ਸ਼ੱਕ ਤਾਂ ਨਹੀਂ ਹੋਇਆ ਹੈਗਾ ਆਪਣੇ 'ਤੇ? ਨਾ ਨਾ ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਤੇਰਾ ਭਰਾ ਚਲਾ ਗਿਆ ਖੇਤ ਤੇ ਤਾਈ ਤੇਰੀ ਅੰਦਰ ਪਈ ਹੈ। ਉਹ ਚੱਲ ਸ਼ੁਕਰ ਹੈ ਯਾਰ, ਮੈਨੂੰ ਤਾਂ ਨਾ ਤੇਰੀ ਓ ਯਾਦ ਆ ਜਾਂਦੀ ਸੀਗੀ, ਮੈਂ ਤਾਂ ਤੇਰੀਆਂ ਹੀ ਤਸਵੀਰਾਂ ਦੇਖੀ ਜਾਂਦਾ ਸੀਗਾ। ਝੂਠ ਯਾਰ, ਸੱਚੀ ਸੌਂ ਲੱਗੇ ਬਸ, ਤੈਨੂੰ ਵੀ ਦੇਖੀ ਜਾਂਦਾ ਸੀਗਾ ਮੈਂ, ਅਤੇ ਨਾਲ ਹੀ ਫੋਨ ਆ ਗਿਆ ਤੇਰਾ। ਮੈਨੂੰ ਤਾਂ ਦੇਖ ਕੇ ਗਿਆ ਹੁਣੇ, ਇੰਨੀ ਛੇਤੀ ਫੋਟੋਆਂ ਦੇਖਣ ਦੀ ਕੀ ਲੋੜ ਪੈ ਗਈ? ਯਾਰ ਤੇਰੀ ਨਾ ਮੈਨੂੰ ਕੋਈ ਇੱਕ ਨਿਸ਼ਾਨੀ ਚਾਹੀਦੀ ਹੈਗੀ। ਕੀ? ਉਹ ਯਾਰ ਤੈਨੂੰ ਪਤਾ ਹੈਗਾ ਅੱਜ ਮੇਰੇ ਫੋਨ ਦੀ ਸਕਰੀਨ ਟੁੱਟ ਗਈ, ਆ ਤੇਰੇ ਪਿਆਰ ਦੇ ਚੱਕਰ 'ਚ। ਕਦੋਂ? ਜਦੋਂ ਨਾ ਤਾਂ ਮੇਰੇ ਕਮਰੇ 'ਚ ਵੜਿਆ ਸੀਗਾ ਮੈਨੂੰ, ਉਦੋਂ ਦਾ ਨਾ ਹੁਣ ਤੱਕ ਡਰ ਹੀ ਲੱਗੀ ਜਾਂਦਾ ਗਾ। ਕਿਉਂ? ਉਹ ਯਾਰ ਥੋੜ੍ਹੇ ਦਿਨ ਪਹਿਲਾਂ ਹੀ ਪਵਾਈ ਸੀਗੀ ਸਕਰੀਨ। ਕਿਉਂ? ਜਦੋਂ ਮੈਨੂੰ ਗੁੱਸਾ ਆ ਜਾਏ ਨਾ ਮੈਂ ਤਾਂ ਬਸ ਫੋਨ ਛੱਡ ਦਾ ਨਾ ਉਹਨਾਂ, ਅਤੇ ਅੱਜ ਆ ਤੇਰੇ ਪਿਆਰ ਦੇ ਚੱਕਰ 'ਚ ਹੀ ਲੱਗ ਗਏ ਰੰਗ ਭਾਗ। ਹੁਣ ਫਿਰ? ਯਾਰ ਹੁਣ ਤਾਂ ਮੈਂ ਕਿਸੇ ਬਹਾਨੇ ਘਰਦਿਆਂ ਤੋਂ ਪੈਸੇ ਵੀ ਨਹੀਂ ਮੰਗ ਸਕਦਾ ਹੈਗਾ, ਕਿਉਂਕਿ ਹੁਣ ਕਿਹੜਾ ਮੈਂ ਚੰਡੀਗੜ੍ਹ ਜਾਂਦਾ ਗਾ, ਤਾਂ ਹੀ ਤਾਂ ਤੈਨੂੰ ਕਹਿਣਾ ਯਾਰ ਕਰ ਦੇ ਕੋਈ ਹੱਲ ਨਾ, ਜਦੋਂ ਮੇਰੇ ਕੋਲ ਪੈਸੇ ਆ ਗਏ ਨਾ ਜਿੰਨੇ ਮਰਜ਼ੀ ਲੈ ਲਈ ਤੂੰ ਮੇਰੇ ਤੋਂ। ਮੇਰੇ ਕੋਲ ਕਿੱਥੇ ਨੇ ਪੈਸੇ? ਉਹ ਯਾਰ ਜੇ ਤੇਰੇ ਕੋਲ ਪੈਸੇ ਨੇਗੇ ਨਾ, ਤੂੰ ਕੋਈ ਮੈਨੂੰ ਆਪਦੇ ਕੋਲ ਕੀਮਤੀ ਚੀਜ਼ ਦੇ ਦੇ, ਇੱਕ ਵਾਰੀ ਡੰਗ ਤਾਂ ਟਪਾ ਦੇ। ਕਿਹੜੀ ਚੀਜ਼? ਮੇਰੇ ਕੋਲ ਤਾਂ ਕੋਈ ਕੀਮਤੀ ਚੀਜ਼ ਵੀ ਨਹੀਂ ਹੈਗੀ। ਯਾਰ ਤੇਰੇ ਕੰਨਾਂ ਵਿੱਚ ਟੌਕਸ ਨਹੀਂ ਪਾਏ ਹੋਏ, ਉਹੀ ਦੇ ਦੇ ਤੂੰ ਮੈਨੂੰ। ਕਿਉਂ ਫਸਾਉਣ 'ਤੇ ਤੁਲਿਆ ਹੋਇਆ ਮੈਨੂੰ? ਜੇ ਕੰਨਾਂ ਦੇ ਕਾਂਟੇ ਤੈਨੂੰ ਲਾ ਕੇ ਦੇਤੇ ਮੈਂ ਫਸ ਨਹੀਂ ਜਾਊਂਗੀ। ਯਾਰ ਤੂੰ ਐਂ ਇੱਕ ਨਾਲ ਥੋੜ੍ਹੀ ਫਸੇਂਗੀ, ਤੂੰ ਇੱਕ ਦੇ ਦੇ ਮੈਨੂੰ, ਤੂੰ ਘਰੇ ਕਹਿ ਦੇ ਵੀ ਡਿੱਗ ਗਿਆ, ਅਤੇ ਥੋੜ੍ਹੇ ਟਾਈਮ ਤੱਕ ਤੂੰ ਮੈਨੂੰ ਦੂਜਾ ਦੇ ਦੀ, ਅਤੇ ਮੈਂ ਤੈਨੂੰ ਉਹਦੇ ਨਾਲ ਦਾ ਬਣਾ ਕੇ ਦੇ ਦੂੰਗਾ। ਕੋਈ ਨਹੀਂ ਦੇ ਦੂੰਗੀ, ਕੰਨਾਂ ਦੀ ਵਾਲੀ ਤੇਰੇ ਤੋਂ ਪਿਆਰੀ ਤਾਂ ਨਹੀਂ। ਅਤੇ ਫਿਰ ਕਦੋਂ ਦਵੇਂਗੀ? ਮੈਂ ਕੱਲ੍ਹ ਨੂੰ ਘਰ ਦੇ ਬਾਹਰ ਝਾੜੂ ਲਾਊਂਗੀ ਅਤੇ ਮੈਂ ਤੈਨੂੰ ਫੋਨ ਕਰ ਦੂੰਗੀ, ਤੂੰ ਆ ਜਾਈ ਬਸ। ਚੱਲ ਚੰਗਾ ਚੰਗਾ।
ਅੱਜ ਤੂੰ ਲੱਗੀ ਗਲੀ ਚ ਝਾੜੂ ਲਾਣਾ। ਓ ਹਾਂ ਮੰਮੀ, ਤੁਸੀਂ ਬਿਮਾਰ ਸੀ, ਮੈਂ ਸੋਚਿਆ ਮੈਂ ਹੀ ਕਰਦਾ। ਓ ਪੁੱਤ, ਮੈਂ ਇੰਨੀ ਵੀ ਬਿਮਾਰ ਨਹੀਂ ਹੈਗੀ, ਨਾਲੇ ਹੁਣ ਤਾਂ ਮੈਂ ਠੀਕ ਹਾਂ। ਆ ਫੜਾ ਮੈਨੂੰ ਝਾੜੂ, ਆ ਕਰਕੇ ਕੂੜਾ ਜਾ ਇਕੱਠਾ, ਮੈਂ ਆਪੀ ਸਿੱਟਿਆਉਂਗੀ। ਓ ਨਾ ਨਾ ਮੰਮੀ, ਤੁਸੀਂ ਕਾਹਨੂੰ ਖੇਜਲ ਕਰਦੇ ਹੋ, ਤੁਸੀਂ ਜਾ ਕੇ ਆਰਾਮ ਕਰੋ, ਮੈਂ ਆਪੇ ਕਰ ਦੂੰ। ਨਹੀਂ ਪੁੱਤ, ਤੂੰ ਨਵੀਂ ਵਿਆਹੀ ਹੈ, ਹਾਲੇ ਇੰਨਾ ਕੰਮ ਥੋੜੀ ਕਰਵਾਉਣਾ ਮੈਂ ਤੇਰੇ ਤੋਂ। ਆ ਫੜਾ ਝਾੜੂ ਮੈਨੂੰ। ਠੀਕ ਹੈ ਮੰਮੀ ਜੀ, ਤੁਸੀਂ ਲਾ ਲਓ ਝਾੜੂ, ਇੰਨੇ ਮੈਂ ਹੋਰ ਕੋਈ ਕੰਮ ਕਰ ਲੈਂਦੀ ਹਾਂ। ਪੁੱਤ, ਐਂ ਤਾਂ ਮੈਂ ਤੈਨੂੰ ਕਹੀ ਜਾਂਦੀ ਸੀ, ਪਰ ਤੂੰ ਸੁਣਦੀ ਕਿੱਥੇ ਹੈ, ਜਾ ਕਰ ਲੈ ਕੰਮ ਅੰਦਰ। ਹਾਂ ਯਾਰ, ਕੀ ਹੈ ਹੁਣ ਦੱਸ। ਯਾਰ ਗੁੱਸੇ ਚ ਕਾਹਤੋਂ ਤੁਸੀਂ, ਪਹਿਲਾਂ ਪੂਰੀ ਗੱਲ ਤਾਂ ਸੁਣ ਲਓ। ਉਹ ਕੀ ਗੱਲ ਹੈ, ਨਾਲੇ ਤਾਂ ਮੂੰਹੋਂ ਚੰਗੀ ਬਣਦੀ ਆ ਤੂੰ, ਨਾਲੇ ਦਿਮਾਗ ਤੋਂ ਚਲਾਕ ਬਣਦੀ ਆ, ਕਿੱਡੀ ਹੁਸ਼ਿਆਰੀ ਵਰਤੀ ਆ ਤੂੰ। ਮੈਂ ਕੋਈ ਹੁਸ਼ਿਆਰੀ ਨਹੀਂ ਵਰਤੀ, ਸੌਣ ਲੱਗੇ ਮੈਨੂੰ ਤੁਹਾਡੀ। ਤਾਂ ਹੀ ਦੱਸ ਫਿਰ, ਬਾਹਰੇ ਕੀ ਕਰਦੀ ਸੀਗੀ? ਮੈਂ ਤਾਂ ਝਾੜੂ ਚੁੱਕ ਕੇ ਆਈ ਸੀਗੀ ਬਾਹਰ ਬਹਾਨੇ ਨਾਲ, ਮੈਨੂੰ ਕੀ ਪਤਾ ਸੀਗਾ ਵੀ ਪਿੱਛੇ ਮੰਮੀ ਆ ਜੂਗੀ ਬੱਠਲ ਲੈ ਕੇ। ਉਹ ਤੂੰ ਕਹਿ ਵੀ ਤਾਂ ਸਕਦੀ ਸੀ ਫਿਰ ਜਾਣ ਨੂੰ। ਮੈਂ ਤਾਂ ਕਿਹਾ ਬਹੁਤ ਸੀ, ਮੇਰੀ ਮਨ ਦਾ ਕੌਣ ਹੈ, ਮੈਨੂੰ ਕਹਿੰਦੀ ਤੂੰ ਨਵੀਂ ਵਿਆਹੀ ਹੈ, ਇੱਥੇ ਬਾਹਰ ਚੰਗਾ ਜਿਹਾ ਨਹੀਂ ਲੱਗਦਾ, ਨਾਲੇ ਗੱਲ ਸੁਣੋ, ਹਾਲੇ ਮੈਂ ਅੰਦਰ ਹਾਂ, ਤੁਸੀਂ ਆਇਓ ਨਾ ਬਾਹਰ। ਉਹ ਯਾਰ ਮੈਂ ਨਹੀਂ ਆਉਂਦਾ ਹੈਗਾ, ਮੈਂ ਦੱਸ ਕੀ ਕਰੂੰਗਾ ਹੁਣ, ਤੂੰ ਨਾਲੇ ਮੈਨੂੰ ਇਹ ਦੱਸ ਹੁਣ ਟੌਪਸ ਕਦੋਂ ਫੜਾਏਗੀ? ਬਸ ਜਿਵੇਂ ਹੀ ਟਾਈਮ ਲੱਗੂ ਜੀ। ਮੈਂ ਆ, ਅੰਦਰੋਂ ਗੇਟ ਕਿਉਂ ਲਾਇਆ? ਖੋਲਦੀ ਆ। ਤੇਰਾ ਨਾ ਭਾਈ ਆ ਗਿਆ, ਮੈਂ ਤੈਨੂੰ ਬਾਅਦ ਚ ਕਰਦੀ ਆ। ਚੱਲ ਨੰਬਰ ਤਾਂ ਡਿਲੀਟ ਹੋ ਗਿਆ। ਆ ਕਿਹਦੇ ਨਾਲ ਕਰਦੀ ਸੀ ਫੋਨ ਤੇ ਗੱਲਾਂ? ਗੱਲਾਂ ਮੈਂ ਤਾਂ ਕਿਸੇ ਨਾਲ ਨਹੀਂ ਕਰਦੀ ਸੀ ਫੋਨ ਤੇ ਗੱਲਾਂ, ਤੁਹਾਨੂੰ ਕਿਹਨੇ ਆਖਤਾ? ਗੱਲਾਂ ਕਰਦੀ ਦੀ ਆਵਾਜ਼ਾਂ ਤਾਂ ਆਈ ਜਾਂਦੀਆਂ ਸੀ ਅੰਦਰੋਂ। ਉਹ ਨਹੀਂ ਜੀ, ਮੈਂ ਤਾਂ ਵੀਡੀਓ ਦੇਖਦੀ ਸੀ ਫੇਸਬੁੱਕ ਤੇ, ਮੈਂ ਤਾਂ ਕਿਸੇ ਨਾਲ ਨਹੀਂ ਗੱਲਾਂ ਕਰਦੀ ਸੀ। ਲੈ ਦਿਖਾ ਕਿਹੜੀਆਂ ਰੀਲਾਂ ਦੇਖਦੀ ਸੀ ਇਕੱਲੀ ਇਕੱਲੀ? ਉਹੀ ਜੋ ਤੁਹਾਡੇ ਫੋਨ 'ਚ ਚੱਲਦੀ ਹੈ। ਉਹ ਮੈਂ ਖੇਤ ਜਾਣਾ ਯਾਰ, ਜੇ ਤੂੰ ਮੈਨੂੰ ਰੋਟੀ ਪਾ ਦੇ ਤਾਂ ਫਿਰ ਮੈਂ ਖੇਤ ਜਾਵਾਂ। ਹਾਂਜੀ, ਮੈਂ ਹੁਣੇ ਲਿਆਈ ਤੁਹਾਡੇ ਲਈ ਰੋਟੀ ਪਾ ਕੇ। ਹਾਂ ਲਿਆ, ਨਾਲੇ ਤੂੰ ਐਂ ਕਰ ਆਪਦਾ ਫੋਨ ਦੇ ਦੇ, ਜਿੰਨਾ ਚਿਰ ਤੂੰ ਰੋਟੀ ਲਿਆਵੇਂਗੀ ਮੈਂ ਵੀਡੀਓ 'ਚ ਦੇਖ ਲੈਣਾ। ਚੰਗਾ, ਤੁਹਾਡੇ ਕੋਲ ਵੀ ਤਾਂ ਹੈਗਾ ਤੁਹਾਡਾ ਫੋਨ। ਉਹ ਮੇਰੇ ਵਾਲੇ ਦਾ ਨੈੱਟ ਪੈਕ ਖਤਮ ਹੋ ਗਿਆ। ਆ ਲਿਓ ਜੀ। ਹਾਂ ਜਾ ਹੁਣ ਪਾ ਲਿਆ। ਚੱਲ ਮੈਂ ਤਾਂ ਫੋਨ ਚੈੱਕ ਕਰਦਾ ਹਾਂ। ਕਿਤੇ ਹੋਰ ਹੀ ਨਾ ਕੋਈ ਨਵਾਂ ਸੱਪ ਕੱਢ ਦੇਵੇ, ਛੇਤੀ ਛੇਤੀ ਫਾਹਾ ਵੜਦੀ ਇਹਦਾ।
ਆ ਲਓ ਜੀ ਰੋਟੀ। ਲਿਆਓ ਜੀ ਰੋਟੀ। ਅੱਜ ਡੋਲੂ ਜੀ ਕਿਵੇਂ ਰੋਟੀ ਫੜਾਤੀ ਦਾ? ਓਹੋ ਟਿਫਨ ਤਾਂ ਤੁਸੀਂ ਖੇਤ ਹੀ ਭੁੱਲ ਗਏ, ਨਾਲੇ ਲੈ ਜਾਓ ਰੋਟੀ ਤੇ ਨਾਲੇ ਟਿਫਨ ਚੱਕ ਲਿਆਇਓ। ਚਲੋ ਹੁਣ ਐਂ ਕਰੋ, ਛੋਟੀ ਬੋਤਲਾਂ ਜਿਹੜੀ ਚਾਹ ਲਈ ਉਹ ਭਰ ਦਿਓ, ਮੈਂ ਖੇਤੇ ਜਾ ਕੇ ਪੀ ਲੂੰਗਾ ਚਾਹ। ਹਾਂਜੀ ਮੈਂ ਭਰਦੀ ਹਾਂ। ਚਲੋ ਠੀਕ ਹੈ। ਲੈ ਵੀ ਗੁਰੀ ਸਿਆ, ਇਦੋਂ ਪਹਿਲਾਂ ਉਹ ਆਵੇ ਤੂੰ ਤੱਤਰ ਹੋ ਜਾ। ਪੁੱਤ ਖੇਤ ਚੱਲਿਆ? ਹਾਂ ਬੇਬੇ ਖੇਤ ਜਾਣਾ। ਰੋਟੀ ਖਾ ਗਿਆ ਹੈ? ਬਾਹਰ ਨਾਲ ਲੈ ਗਿਆ ਮੈਂ ਰੋਟੀ। ਜਿੱਤੇ ਮੀਤ ਕੀ ਕਰਦੀ ਹੈ? ਮੀਤ ਅੰਦਰ ਹੀ ਆ। ਚੰਗਾ ਚੰਗਾ। ਮੇਰਾ ਫੋਨ ਕਿੱਥੇ ਗਿਆ? ਹੁਣ ਤਾਂ ਉਰੇ ਬੈਠੇ ਚਲਾਈ ਜਾਂਦੇ ਸੀਗੇ, ਮੈਂ ਤਾਂ ਗੱਲ ਵੀ ਕਰਨੀ ਸੀ ਬੰਟੀ ਨਾਲ। ਕੀ ਹੋ ਗਿਆ ਪੁੱਤ, ਕੀ ਲੱਭਦੀ ਹੈ? ਉਹ ਮੰਮੀ ਮੈਂ ਫੋਨ ਲੱਭਦੀ ਸੀਗੀ, ਹੁਣ ਤਾਂ ਉਰੇ ਬੈਠੇ ਚਲਾਈ ਜਾਂਦੇ ਸੀਗੇ, ਹੁਣ ਪਤਾ ਨਹੀਂ ਕਿੱਥੇ ਗਿਆ। ਉਹ ਤਾਂ ਭਾਈ ਮੁੰਡੇ ਕੋਲ ਸੀ, ਮੈਂ ਆਪ ਦੇਖੇਗਾ। ਅੱਛਾ ਮੰਮੀ। ਹਾਂ ਪੁੱਤ, ਹੁਣ ਤਾਂ ਉਹ ਫੋਨ ਤੇਰੇ ਘਰ ਵਾਲੇ ਕੋਲੇ ਵੱਗ ਗਿਆ, ਉਹ ਚਲਾਈ ਜਾਂਦਾ ਸੀ, ਕੁਛ ਦੇਖੀ ਜਾਂਦਾ ਸੀਗਾ। ਮੰਮੀ ਇਹਨਾਂ ਕੋਲ ਫੋਨ ਹੈਗਾ ਤਾਂ ਹੈ ਆਪਦਾ, ਮੇਰਾ ਫੋਨ ਚੱਕ ਕੇ ਲੈ ਕੇ ਜਾਣ ਦੀ ਕੀ ਲੋੜ ਸੀਗੀ, ਮੈਂ ਤਾਂ ਘਰੇ ਗੱਲ ਵੀ ਕਰਨੀ ਸੀਗੀ। ਉਹ ਪੁੱਤ ਕੋਈ ਗੱਲ ਨਹੀਂ, ਜਦੋਂ ਮੁੰਡਾ ਖੇਤੋਂ ਆ ਗਿਆ ਉਦੋਂ ਲੈ ਲਈ ਫੋਨ, ਤੂੰ ਕਰ ਲਈ ਗੱਲ। ਠੀਕ ਹੈ ਮੰਮੀ ਜੀ। ਉਹ ਪੁੱਤ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ, ਗੁਰੂ ਘਰ ਬਾਬੇ ਨੇ ਅਲੋਸਮੈਂਟ ਕੀਤੀ ਸੀ ਬਈ ਇੱਕ ਅੱਧੇ ਘੰਟੇ ਤਾਈਂ ਲਾਈਟ ਦਾ ਕੱਟ ਵੱਜੂਗਾ, ਆਹ ਕੱਪੜੇ ਜੇ ਮੈਂ ਇਕੱਠੇ ਕਰ ਲਏ ਇਹਨਾਂ ਨੂੰ ਧੋ ਦਿੰਦੀ ਮਸ਼ੀਨ 'ਚ। ਉਹ ਮੰਮੀ ਕੱਪੜੇ ਮੈਂ ਕੱਲ੍ਹ ਧੋ ਲਾਂਗੀ, ਨਾਲੇ ਜੇ ਲਾਈਟ ਚੱਲ ਗਈ ਔਖਾ ਹੋ ਜੂਗਾ, ਮੇਰੇ ਢਿੱਡ 'ਚ ਦਰਦ ਹੋਈ ਜਾਂਦਾ। ਕੀ ਦਰਦ ਹੁੰਦਾ ਪੁੱਤ? ਓਹੋ ਜਦੋਂ ਮੁੰਡਾ ਆਇਆ ਸੀ ਤੂੰ ਉਹਨੂੰ ਦੱਸ ਦਿੰਦੀ, ਉਹ ਤੈਨੂੰ ਡਾਕਟਰ ਕੋਲ ਦਵਾਈ ਦਵੂਈ ਦਵਾ ਲਿਆਂਦਾ। ਉਹ ਮੰਮੀ ਉਦੋਂ ਨਹੀਂ, ਹੁਣੇ ਹੋਣ ਲੱਗਿਆ। ਚੱਲ ਕੋਈ ਨਾ ਪੁੱਤ, ਤੂੰ ਆਰਾਮ ਕਰ ਲੈ, ਮੈਂ ਧੋ ਦੂੰਗੀ ਕੱਪੜੇ, ਫਿਰ ਲਾਈਟ ਵਾਗੀ ਤਾਂ ਔਖਾ ਹੋ ਜੂਗਾ, ਕਰ ਲੈ ਆਰਾਮ। ਠੀਕ ਹੈ ਮੰਮੀ। ਪਹਿਲਾਂ ਇਹਦਾ ਮੁੰਡਾ ਲੈ ਗਿਆ ਬਿਨਾਂ ਮਤਲਬ ਤੋਂ ਮੇਰਾ ਫੋਨ ਚੱਕ ਕੇ, ਹੁਣ ਇਹ ਆ ਗਈ ਬੁੜੀ ਜੀ, ਵੀ ਲੈ ਧੋ ਲਾ ਕੱਪੜੇ। ਕੋਈ ਨਾ ਦੇਨੀ ਹੈ ਇਹਨਾਂ ਨੂੰ ਮੈਂ ਵਿਆਹ ਦੀ ਬੜੀ ਡਰੈਕਿੰਗ ਕਰਕੇ, ਮੇਰੇ ਤਾਂ ਸਾਹ ਚੜੇ ਪਏ ਨੇ, ਲੱਤਾਂ ਕੰਬੀ ਜਾਂਦੀਆਂ ਨੇ, ਕਿਤੇ ਉਹ ਮੇਰੇ ਫੋਨ 'ਤੇ ਫੋਨ ਹੀ ਨਾ ਕਰ ਲਵੇ, ਚੰਗੀ ਗੁੱਤ ਪੱਟੀ ਜਾਣੀ ਹੈ ਮੇਰੀ ਤਾਂ। ਨਾ ਮੈਂ ਘਰ ਦੀ ਰਹਿਣਾ ਅਤੇ ਨਾ ਮੈਂ ਘਾਟ ਦੀ। ਹੁਣ ਮੈਂ ਇਹਦੇ ਟੋਪਸ ਕਿੱਥੋਂ ਫੜ ਕੇ ਲਿਆਵਾਂ? ਮੈਂ ਐਂ ਕਰਦਾਂਗਾ, ਇੱਕ ਮਠਿਆਈ ਦਾ ਡੱਬਾ ਲੈ ਜਾਂਦਾ ਇਹਨਾਂ ਦੇ ਘਰੇ, ਤਾਈ ਨੂੰ ਆਖ ਦੂੰਗਾ ਵੀ ਪੁਰਾਣੇ ਪੇਪਰ ਦਾ ਰਿਜ਼ਲਟ ਆਇਆ ਹੈਗਾ, ਨੰਬਰ ਚੰਗੇ ਆਏ ਨੇ, ਤਾਂ ਹੀ ਡੱਬਾ ਲੈ ਕੇ ਆਇਆ। ਹਾਂ ਪਰ ਪਹਿਲਾਂ ਮੈਂ ਇਹਨੂੰ ਸੁਨੇਹਾ ਲਾ ਦਿੰਦਾ ਕਿ ਮੈਂ ਆਉਣਾਗਾ। ਸਪਰੇ ਜੀ ਕਰੀ ਤਾਂ ਜਾਂਦਾ, ਮੈਂ ਇਹਨੂੰ ਇੱਧਰ ਵੀ ਕਰਦੀ ਜਾਣਾ। ਇਹ ਤਾਂ ਛੱਡ ਯਾਰ, ਪਹਿਲਾਂ ਫੋਨ ਜੇ ਤਾਂ ਇਹਦਾ ਕਰਾਂ ਲੈਂਦਾ ਮੈਂ, ਜੇ ਤਾਂ ਇਹ ਕਿਸੇ ਨਾਲ ਗੱਲਾਂ ਕਰਦੀ ਹੋਈ ਤਾਂ ਇਹ ਫੋਨ ਆਊਗਾ ਜ਼ਰੂਰ, ਕਿਉਂਕਿ ਜਿੱਥੇ ਤੱਕ ਯਾਰ ਮੈਨੂੰ ਲੱਗਦਾ ਗਾ ਇਹ ਕੋਈ ਵੀਡੀਓ ਦੀ ਆਵਾਜ਼ ਤਾਂ ਹੈ ਨਹੀਂ ਸੀ, ਇਹ ਤਾਂ ਯਾਰ ਕਿਸੇ ਨਾਲ ਗੱਲਾਂ ਕਰਦੀ ਲੱਗਦੀ ਆ ਮੈਨੂੰ। ਪਰ ਜਦੋਂ ਮੈਂ ਇਹਦਾ ਯਾਰ ਫੋਨ ਚੈੱਕ ਕੀਤਾ ਸੀ ਉਹ ਤਾਂ ਯਾਰ ਨੰਬਰ ਵੀ ਨਹੀਂ ਹੈਗਾ ਸੀ ਕੋਈ, ਪਰ ਇਹ ਨੰਬਰ ਡਿਲੀਟ ਵੀ ਕਰ ਸਕਦੀ ਆ, ਕਿਉਂਕਿ ਅੱਜ ਕੱਲ੍ਹ ਇਹਦਾ ਧਿਆਨ ਮੇਰੇ ਵਿੱਚ ਤਾਂ ਘੱਟ ਹੀ ਹੁੰਦਾ ਗਾ। ਚੱਲ ਕੋਈ ਨਹੀਂ, ਪਤਾ ਲੱਗ ਜੂ ਕੀ ਗੱਲ ਆ ਕੀ ਨਾ। ਉਹ ਐਂ ਕਰੀ ਇੱਧਰ ਵੀ ਕਰਦੀ ਮਾੜਾ ਜਿਹਾ।
ਕਿਹਦਾ ਆ ਗਿਆ ਹੁਣ ਫੋਨ? ਆਹ ਦਿਓਰ, ਚੱਲ ਇੱਕ ਵਾਰੀ ਚੱਕ ਹੀ ਲੈਣਾ। ਹੈਲੋ ਯਾਰ ਗੁਰੀ, ਤੇਰਾ ਨਾ ਨੰਬਰ ਮੈਂ 50 ਵਾਰੀ ਲਾ ਲਿਆ, ਉਹ ਲੱਗ ਹੀ ਨਹੀਂ ਰਿਹਾ ਸੀਗਾ, ਤਾਂ ਕਰਕੇ ਮੈਨੂੰ ਭਰਜਾਈ ਵਾਲੇ ਤੇ ਲਾਉਣਾ ਪਿਆ। ਚੱਲ ਕੋਈ ਨਾ, ਕੋਈ ਕੰਮ ਸੀ? ਉਹ ਯਾਰ ਮੈਂ ਤਾਂ ਇਹ ਕਹਿਣਾ ਸੀ, ਉਹ ਡਿੰਪਲ ਦਾ ਵਿਆਹ ਨਹੀਂ ਹੈਗਾ 2 ਤਰੀਕ ਦਾ, ਉਹ ਕੱਪੜੇ ਕੁੱਪੜੇ ਜਿਹੇ ਲੈਣੇ ਸੀ। ਮਾਂ ਚੱਲ ਸ਼ੋਪਿੰਗ ਕਰ ਲਈਏ, ਤੂੰ ਮੇਰੇ ਨਾਲ ਵਗ ਚੱਲ ਯਾਰ, ਤੇਰੀ ਪਸੰਦ ਵਧੀਆ, ਕੱਪੜੇ ਵਧੀਆ ਲੈ ਲਾਂਗੇ। ਮਹਾਂ ਚੱਲ ਕੋਈ ਨਹੀਂ, ਮੈਂ ਚੱਲ ਪੈਣਾ ਯਾਰ, ਮੈਂ ਹੁਣ ਖੇਤ ਸੀਗਾ, ਘਰੇ ਜਾ ਕੇ ਨਾ ਨੂ ਕੇ ਫਿਰ ਚੱਲਦੇ ਆਪਾਂ। ਚੰਗਾ ਉਹ ਚੱਲ, ਬਾਕੀ ਹਜੇ ਤੂੰ ਤਿਆਰ ਨਾ ਹੋਈ, ਬਾਕੀ ਤੈਨੂੰ ਮੈਂ ਦੱਸਦਾ, ਉਹ ਜੋਤ ਵੀ ਕਹਿਣਾ ਸੀਗਾ ਨਾਲ ਜਾਣ ਨੂੰ, ਜੇ ਉਹਦੀ ਰੈਮ ਨਹੀਂ ਫਿਰ ਆਪਾਂ ਇਕੱਠੇ ਚੱਲਦੇ ਹਾਂ। ਚੱਲ ਇੱਕ ਵਾਰੀ ਦੁਬਾਰੇ ਫੋਨ ਕਰ ਦੇ ਜਦੋਂ ਜਾਣਾ ਹੋਇਆ। ਚੰਗਾ ਚੱਲ ਠੀਕ ਆ, ਓਕੇ ਚੱਲ ਠੀਕ ਹੈ। ਆਹ ਦੇਖ ਕਲਾ ਮਜ਼ਾ, ਬ੍ਰਾਂਡ ਕਦੇ ਦੇਖਿਆ ਨਹੀਂ, ਪਾਇਆ ਨਹੀਂ, ਮੈਂ ਚੱਲੂ ਤੇਰੇ ਨਾਲ ਕੱਪੜੇ ਲੈਣ, ਉਹ ਤੇਰੀ ਪਸੰਦ ਨਾਲ ਤਾਂ ਮੈਂ ਹੀ ਚੰਗਾ ਹੋਇਆ। ਕੀ ਹੋਇਆ ਪੁੱਤ, ਦੁਖੀ ਜੀ ਲੱਗਦੀ ਹੈ, ਦੁੱਖ ਦਾ ਕੁਛ? ਉਹ ਨਾ ਨਾ ਬੇਬੇ, ਉਹੀ ਬੈਠੀ ਸੀ। ਉਹ ਬੇਬੇ, ਇਹਦਾ ਫੋਨ ਮੇਰੇ ਲਵੇ ਸੀ ਤਾਂ ਦੁਖੀ ਆ, ਆ ਫੜ ਇਹਦਾ ਫੋਨ, ਬਿਨਾਂ ਕਿੱਥੇ ਸਰਦਾ ਗਾ, ਭੁਲੇਖੇ ਨਾਲ ਵੱਗ ਗਈ ਮੇਰੇ ਲਵੇ। ਅੱਛਾ ਲੈ ਚਲਾ ਲੈ ਪੁੱਤ। ਬੇ ਪੁੱਤ, ਅੱਜ ਕੱਲ ਜਵਾਕਾਂ ਦਾ ਫੋਨ ਤੋਂ ਬਿਨਾਂ ਕਿੱਥੋਂ ਟਾਈਮ ਪਾਸ ਹੁੰਦਾ ਹੈ, ਐਂ ਕਰ ਪੁੱਤ, ਆ ਮੁੰਡਾ ਖੇਤੋਂ ਆਏ, ਨਾਲੇ ਤੈਨੂੰ ਰੋਟੀ ਲਿਆ ਦੇ, ਨਾਲੇ ਚਾਹ ਰੱਖ ਦੀ। ਚੰਗਾ ਹੋ ਜਾ ਖੜੀ, ਨਾਲੇ ਰੋਟੀਆਂ ਦੋ ਹੀ ਲੈ, ਬੜੀ ਭੁੱਖ ਨਹੀਂ ਹੈਗੀ ਹੁਣ। ਠੀਕ ਹੈ ਜੀ। ਹੋਰ ਦੱਸ ਬੇਬੇ, ਠੀਕ ਆ ਹੁਣ ਤੂੰ? ਹਾਂ ਪੁੱਤ, ਹੁਣ ਤਾਂ ਫਰਕ ਹੈ। ਚੱਲ ਦਵਾਈ ਦੂਈ ਟਾਈਮ ਨਾਲ ਲਈ ਜਾਈ। ਹਾਂ ਦਵਾਈ ਤਾਂ ਮੈਂ ਲੈ ਲਈ ਸੀਗੀ। ਤੂੰ ਦੱਸ ਪੁੱਤ, ਕਣਕ ਕਿਵੇਂ ਖੜੀ ਹੈ ਹੁਣ ਆਪਣੀ? ਕਣਕ ਤਾਂ ਵਧੀਆ ਖੜੀ ਹੈਗੀ, ਤੇ ਉਹ ਡਾਕਟਰ ਨੇ ਦੁਬਾਰੇ ਬੁਲਾਇਆ ਸੀ ਇੱਕ ਵਾਰੀ, ਕਿਵੇਂ ਕਰੀਏ, ਜਾਣਾ ਕਿ ਨਾ? ਊਂ ਤਾਂ ਪੁੱਤ ਫਰਕ ਲੱਗਦਾ ਮੈਨੂੰ। ਚਾ ਫਿਰ ਰਹਿਣ ਦਿੰਦੇ ਆ ਜੇ ਫਰਕ ਹੈਗਾ। ਹਾਂ ਕੋਈ ਜ਼ਰੂਰੀ ਵੀ ਨਹੀਂ ਹੈਗਾ, ਹੋਰ ਪੈਸੇ ਹੀ ਵੱਡੂਗਾ, ਪੈਸੇ ਵੱਡੂਗਾ, ਕਿਹੜਾ ਕੋਈ ਬੈਰੀ ਦਾ ਘਰ ਆ। ਹੈਲੋ, ਮੇਰੀ ਗੱਲ ਸੁਣ, ਫੋਨ ਨਾ ਮੇਰਾ ਤੇਰਾ ਭਰਾ ਲੈ ਗਿਆ ਸੀਗਾ, ਤਾਂ ਕਰਕੇ ਮੈਂ ਤੈਨੂੰ ਮੈਸੇਜ ਨਹੀਂ ਕੀਤਾ, ਉਹਨੂੰ ਨਾ ਸ਼ੱਕ ਪੈ ਗਿਆ ਸੀ ਤਾਂ ਕਰਕੇ ਉਹ ਮੇਰਾ ਫੋਨ ਲੈ ਗਿਆ, ਤੂੰ ਨਾ ਮੈਨੂੰ ਮੈਸੇਜ ਨਾ ਕਰੀ, ਮੈਂ ਆਪੇ ਤੈਨੂੰ ਫ੍ਰੀ ਹੋ ਕੇ ਮੈਸੇਜ ਕਰ ਦਾਂਗੀ, ਅਤੇ ਨਾਲੇ ਇੱਧਰੋਂ ਮੈਂ ਸਾਰੇ ਮੈਸੇਜ ਡਿਲੀਟ ਕਰਦੀ ਹਾਂ। ਚੱਲ ਮੈਸੇਜ ਤਾਂ ਹੋ ਗਏ ਡਿਲੀਟ, ਹੁਣ ਮੈਂ ਫਟਾਫਟ ਰੋਟੀ ਲੈ ਜਾਂਦੀ ਹਾਂ, ਕਿਤੇ ਹੋਰ ਸ਼ੱਕ ਨਾ ਪੈ ਜਾਏ ਇਹਨਾਂ ਨੂੰ। ਗੱਲ ਸੁਣ ਮੇਰੀ, ਮੁੰਡਾ ਘਰੇ ਨਹੀਂ ਹੈਗਾ, ਅਤੇ ਮੈਂ ਤੇਰੀ ਤਾਈ ਲੱਭ ਲੱਡੂ ਨੂੰ ਕਹਿ ਕੇ ਗਈ ਸੀ, ਉਹਨਾਂ ਦੇ ਲੱਡੂ ਬਟਾਇਆ ਵਾ, ਤੂੰ ਐਂ ਕਰੀ ਅੰਦਰੋਂ ਗੇਟ ਲਾ ਲਈ। ਹਾਂਜੀ ਮੰਮੀ, ਕੋਈ ਗੱਲ ਨਹੀਂ। ਉਹ ਤੈਨੂੰ ਪਤਾ ਹੀ ਆ ਪੁੱਤ, ਮੁੰਡਾ ਸੈਰ ਗਿਆ ਹੋਇਆਗਾ, ਅਤੇ ਜੋ ਕੋਈ ਵੀ ਐਰਾ ਗੇਰਾ ਬਾਜ ਮਾਰੇ ਨਾ, ਤੂੰ ਗੇਟ ਨਾ ਖੋਲੀ। ਚੰਗਾ ਚੰਗਾ ਮੰਮੀ, ਕੋਈ ਗੱਲ ਨਹੀਂ, ਮੈਂ ਤਾਂ ਨਹੀਂ ਖੋਲਦੀ ਗੇਟ। ਉਹ ਪੁੱਤ, ਆ ਲਟੇਰੇ ਜੇ ਨਾ ਚੋਰ ਠੱਗ ਜੇ ਵਾਧੂ ਫਿਰਦੇ ਨੇ ਮਾੜੇ ਮੰਗਤੇ ਜੇ, ਪਤਾ ਹੀ ਨਹੀਂ ਲੱਗਦਾ ਕਿਸੇ ਦਾ ਕਿਵੇਂ ਬਾਹਰ ਖਲਾ ਲੇ, ਤੈਨੂੰ ਪਤਾ ਹੀ ਹੈ ਟਾਈਮ ਕਿੰਨਾ ਮਾੜਾ ਰਿਹਾ, ਲੁੱਟ ਫੁੱਟ ਕੇ ਖੋ ਕੇ ਲੈ ਜਾਂਦੇ ਨੇ, ਫਿਰ ਉਰੇ ਮਗਰੋਂ ਵੇਲਾ ਹੱਥ ਨਹੀਂ ਆਉਂਦਾ, ਆਪਾਂ ਪਛਤਾਉਂਦੇ ਰਹਿੰਦੇ ਹਾਂ। ਐਂ ਕਰ ਪੁੱਤ, ਖੜੀ ਹੋ ਹੁਣੀ ਗੇਟ ਲਾ ਲੈ, ਮੈਂ ਚੱਲਦੀ ਹਾਂ। ਚੰਗਾ ਹਾਂਜੀ, ਤੁਸੀਂ ਚੱਲੋ, ਮੈਂ ਗੇਟ ਲਾਉਂਦੀ ਹਾਂ। ਹਾਂਜੀ ਹੈਲੋ, ਮੇਰੀ ਗੱਲ ਸੁਣ, ਕੋਈ ਘਰੇ ਨਹੀਂ ਹੈਗਾ, ਤੂੰ ਇੱਦਾਂ ਕਰ, ਤੂੰ ਆ ਕੇ ਮੇਰੇ ਕੋਲ ਟੋਪਸ ਲੈ ਜਾ। ਹਾਂ ਹਾਂ, ਮੈਂ ਬਸ ਗੇਟ 'ਚ ਹੀ ਖੜ ਰਹੀ ਹਾਂ।
ਜੀ ਆ ਲਓ। ਹਾਂਜੀ ਠੀਕ। ਆ ਕੀ ਤੇਰੇ ਹੱਥ 'ਚ? ਕੁਛ ਨਹੀਂ, ਉਹ ਤਾਂ ਨਾ ਉਹਨਾਂ ਦੀ ਮੋਟਰਸਾਈਕਲ ਦੀ ਚਾਬੀ ਡਿੱਗ ਗਈ ਸੀ, ਉਹੀ ਫੜਾਉਂਦੀ ਸੀ। ਉਹ ਬਾਈ ਯਾਰ, ਭਾਬੀ ਅੰਦਰੋਂ ਗੇਟ ਲਾਈ ਬੈਠੀ ਸੀਗੀ ਅਤੇ ਮੈਂ ਗੇਟ ਖੜਕਾ ਰਿਹਾ ਸੀ, ਮੈਨੂੰ ਕਹਿੰਦੀ ਬਾਅਦ 'ਚ ਆ ਜੀ, ਪਰ ਵੀ ਬਾਅਦ 'ਚ ਉਹਨੂੰ ਦੱਸ ਮੈਂ ਕਿਹੜਾ ਵੀ ਬਗਾਨਾ ਗਾ। ਉਹ ਜੀ, ਮੈਨੂੰ ਤਾਂ ਸ਼ੁਰੂ ਤੋਂ ਹੀ ਆਦਤ ਹੈ ਗੇਟ ਲਾ ਕੇ ਰੱਖਣ ਦੀ। ਉਹ ਕਮਲੀਏ ਦਿਓਰਾ ਤੇਰਾ, ਚੱਲ ਕੋਈ ਨਹੀਂ। ਅਤੇ ਇੱਕ ਗੱਲ ਹੋਰ, ਉਹ ਬਾਬਾ ਨਾ ਰੇੜੀ 'ਤੇ ਛੱਡ ਜੂ ਸਮਾਨ, ਮੈਂ ਸੌਦਾ ਪੱਤਾ ਲਿਆ ਆ। ਆ ਜਾ ਓਏ, ਚਾਹ ਪਾਣੀ ਪੀ ਲਾ ਤੂੰ ਵੀ ਆ ਕੇ। ਉਹ ਨਾ ਬਾਈ ਯਾਰ, ਚਾਹ ਤਾਂ ਨਹੀਂ ਪੀਣੀ ਹੈਗੀ, ਮੈਨੂੰ ਕੰਮ ਹੈਗਾ ਜ਼ਰੂਰੀ। ਉਹ ਕੁਛ ਨਹੀਂ ਹੁੰਦਾ, 10 ਮਿੰਟਾਂ ਨਾਲ ਆ ਜਾ, ਕੁੜ ਕੁੜ ਪੀ ਲਾਂਗੇ। ਚੱਲ ਵੀਰ ਜੇ ਬਾਲਾ ਕਹਿਣਾ ਤਾਂ ਆ ਜਾਂਦਾ ਗਾ। ਓਏ ਹੋਰ, ਆ ਜਾ ਉਤਰਿਆ ਲਾਓ ਕਲਾ ਦੀ, ਚੋਰ ਜੇ ਵਾਲੇ ਫਿਰਦੇ ਨੇ ਉਰੇ। ਕੋਈ ਨਾ ਬਾਈ ਚੱਲ। ਉਹ ਕੰਜਰ ਦਾ ਕਰਾਲਾ ਵਿਆਹ ਛੜੀ ਤੁਰੇ ਫਰੇਗਾ। ਉਹ ਕਰਾ ਲਾਂਗੇ ਬਾਈ ਯਾਰ, ਤੁਹਾਨੂੰ ਮੇਰੇ ਵਿਆਹ ਦੀ ਕੀ ਕਾਲੀ ਹੋ ਰਹੀ ਹੈਗੀ? ਉਹ ਕਾਲੀ ਤਾਂ ਕੀ ਆ, 27-28 ਸਾਲ ਦਾ ਹੋ ਗਿਆ, ਅੱਬਣਵੇਂ ਤਾਂ 31 ਦੀ ਹੋਵੇਗਾ। ਉਹ ਬਸ ਯਾਰ, ਉਹਦਾ ਚੱਲੀ ਜਾਂਦੀ ਆ ਗੱਲ, ਤੁਹਾਨੂੰ ਮੈਂ ਫੋਟੋ ਦਿਖਾਉਂਦਾ। ਲੈ ਦਿਖਾ ਫੋਟੋ ਕਿਹੜੀ ਹੈਗੀ, ਦੇਖ ਤੈਨੂੰ ਕਿਵੇਂ ਲੱਗਦੀ ਹੈ। ਤੇਰੀ ਪਸੰਦ ਚਾਹੀਦੀ ਆ ਭਰਾਵਾ। ਹਾਂ ਦੇਖ, ਕੁੜੀ ਤਾਂ ਸੋਹਣੀ ਆ ਬਤੰਦਰਾ। ਬਸ ਹੁਣ ਤਾਂ ਗੱਲ ਬਣੀ ਹੋ ਪਈ ਆ ਯਾਰ, ਇੱਕ ਦੋ ਦਿਨਾਂ ਤੱਕ ਉਹਨਾਂ ਨੇ ਦੇਖਣ ਆਉਣਾ ਗਾ। ਵਧੀਆ ਤਕੜੇ ਘਰ ਦੀ ਕੁੜੀ ਹੈਗੀ। ਤੂੰ ਹੋਰ ਕੀ ਭਾਲਦਾ ਬਤੰਦਰਾ, ਤੈਨੂੰ ਕਿਹੜਾ ਜ਼ਮੀਨ ਥੋੜ੍ਹੀ ਆਉਂਦੀ ਆ, 20 ਕਿੱਲੇ ਆਉਂਦੇ ਨੇ ਸੁੱਖ ਨਾਲ ਤੈਨੂੰ। ਹੋਰ ਬਈ ਇਹ ਤਾਂ ਹੈ, ਚਾਹੇ 20 ਹੋਣ ਚਾਹੇ 4, ਖਾਣੀਆਂ ਤਾਂ 2 ਵਕਤ ਦੀਆਂ ਰੋਟੀਆਂ ਹੈਗੀਆਂ। ਇਹ ਤਾਂ ਹੈਗੀ ਆ, ਲੈ ਇਹ ਵੀ ਲੈ ਚਾਹ, ਹੁਣ ਬਿਨਾਂ ਕਹੀ ਚਾਹ। ਉਹ ਬਸ ਬਈ ਯਾਰ, ਮੈਂ ਤਾਂ ਨਹੀਂ ਚਾਹ ਪੀਂਦਾ ਹੈਗਾ ਯਾਰ। ਪੀ ਲਾ ਯਾਰ, ਕੁੱਟਦਾ ਚਾਹ ਕੀ ਲੈ ਫੜ ਯਾਰ, ਫੜ ਹੁਣ ਤਾਂ ਪੀਣੀ ਪੈਣੀ ਆ, ਪੀ ਲਓ ਬਣ ਗਈ ਹੁਣ ਤਾਂ। ਦੇਖ ਤੇਰੀ ਭਰਜਾਈ ਇੰਨੇ ਪਿਆਰ ਨਾਲ ਕਹਿੰਦੀ ਆ ਤੈਨੂੰ। ਉਹ ਹੁਣ ਸੂਟ ਸਾਟ ਸਮਾਲਾ, ਨਵੇਂ ਸੁਰਮਾ ਪਾਉਣ ਦੀ ਤਿਆਰੀ ਕਰ ਲਾ, ਹੁਣ ਤੇਰੇ ਦਿਆਰ ਨੂੰ ਨਾ ਰਸਤੇ ਆਉਣ ਲੱਗ ਗਏ। ਰਿਸ਼ਤੇ? ਅੱਛਾ, ਆਹੋ ਦਿਖਾਵੇ ਆਪਦੀ ਭਰਜਾਈ ਨੂੰ ਇਹਦੀ ਦਰਾਣੀ ਦੀ ਫੋਟੋ। ਕਹਿੰਦੇ ਕਹਾਉਂਦੇ ਸਰਦਾਰਾਂ ਦੀ ਕੁੜੀ ਆ, ਬਰੇਟਾਂ ਸਾਈਡ ਦੀ ਆ। ਉਹ ਕਾਹਨੂੰ ਬਈ ਯਾਰ, ਹਜੇ ਕੋਈ ਪੱਕ ਨਹੀਂ ਠੱਕ ਨਹੀਂ ਕੋਈ ਹੈਗੀ, ਐਵੇਂ ਕਿਵੇਂ ਦਿਖਾਵਾਂ ਫੋਟੋ? ਲੈ ਵਿਖਾ ਤਾਂ ਸਹੀ ਫੋਟੋ। ਇੰਨੀ ਵੀ ਸੋਹਣੀ ਨਹੀਂ, ਪਰ ਚੱਲ ਕੋਈ ਗੱਲ ਨਹੀਂ, ਵਧਾਈਆਂ ਹੋਣ ਤੈਨੂੰ। ਉਹ ਲੈ ਭਰਜਾਈ, ਫੋਕੀਆਂ ਵਧਾਈਆਂ, ਹਜੇ ਕੋਈ ਪੱਕ ਨਹੀਂ ਹੋਈ, ਠੱਕ ਨਹੀਂ ਹੋਈ ਹੈਗੀ। ਉਹ ਬਣ ਜੂ ਗੱਲ, ਕਿੱਡੀ ਕੀ ਗੱਲ ਹੈਗੀ, ਕਹਿੰਦੇ ਕਹਾਉਂਦੇ ਬੰਦੇ ਨੇ ਨਾਲੇ ਇਹ ਭਰਾ ਅਮਰੀਕਾ 'ਚੋਂ ਆਜੂਗਾ ਫਿਰ ਵਿਆਹ। ਕਿਹਦਾ ਭਰਾ ਅਮਰੀਕਾ 'ਚੋਂ ਆਜੂਗਾ? ਕੁੜੀ ਦਾ, ਹੋਰ ਕਿਹਦਾ। ਅੱਛਾ ਚਲੋ ਤੁਸੀਂ ਕਰੋ ਗੱਲਾਂ, ਮੈਂ ਜਾਣੀ ਹਾਂ। ਆਸ਼ਕੀ ਮੇਰੇ ਨਾਲ ਅਤੇ ਵਿਆਹ ਕਿਸੇ ਹੋਰ ਨਾਲ, ਇਹ ਤਾਂ ਮੈਂ ਹੁਣ ਨਹੀਂ ਦਿੰਦੀ, ਭੁੱਲ ਜਾ। ਬਰੇਟਿਆਂ ਦੀ ਸਰਦਾਰਾਂ ਦੀ ਕੁੜੀ, ਮੈਨੂੰ ਤਾਂ ਉਹਦੀ ਸ਼ਕਲ ਵੀ ਬੁਰੀ ਲੱਗਦੀ ਹੈ। ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ, ਮੈਂ ਵਿਆਹ ਕਰਵਾਉਣਾ ਉਹਦੇ ਨਾਲ, ਅੱਜ ਹੀ ਗੱਲ ਮੁਕਾ ਦਿੰਦੀ ਹਾਂ। ਆ ਕੁੜੀ ਜੀ ਨਾ ਦੇਖ ਲੈ, ਜਮੀ ਨਹੀਂ ਸਾਫ਼ ਸਫਾਈ ਰੱਖਦੀ, ਕਿੰਨਾ ਗੰਦ ਪਾਇਆ ਰੱਖੇ। ਨਹੀਂ ਅੱਜ ਕੱਲ੍ਹ ਦੇ ਜਵਾਕਾਂ ਨੂੰ ਤਾਂ ਇੰਨਾ ਚਾਅ ਹੁੰਦਾ ਨਾ ਸਫਾਈ ਦਾ, ਬਸ ਛੱਡ ਦੇ ਗੱਲਾਂ। ਕਿੰਨਾ ਕਿੰਨਾ ਰੇਤਾ ਪੈ ਰਿਹਾ ਹੈਗਾ, ਮੈਂ ਹਲੇ ਚੱਲ ਆਪੀ ਹੌਲੀ ਹੌਲੀ ਲੱਗ ਜੂਗੀ, ਕਰਨ ਲੱਗ ਜੂਗੀ। ਹਾਏ ਮੈਂ ਮਰ ਜਾਂ, ਆਹ ਕਾਣਸ ਤਾਂ ਉਹਨੇ ਕਦੇ ਝਾੜ ਕੇ ਨਹੀਂ ਦੇਖੀ ਹੈਗੀ। ਦੇਖ ਤਾਂ ਲੈ ਕਿੰਨਾ ਰੇਤਾ ਪੈ ਰਿਹਾ, ਇਹ ਤਾਂ ਸਾਫ਼ ਕਰਨ ਵਾਲੀ ਪਈ ਹੈ। ਹੈਂ ਆਹ ਕੀ ਮੀਤ ਦਾ ਟੌਕਸ ਇੱਥੇ?
ਇਹ ਇੱਕ ਕਾਹਤੋਂ ਹੈ, ਦੂਜਾ ਕਿੱਥੇ ਹੈ? ਹਾਏ ਰੱਬਾ, ਇੰਨੇ ਮਹਿੰਗੇ ਸ਼ਾਮੇ ਦੇ ਟੋਕਸ ਨੇ। ਚੱਲ ਮੈਂ ਕਰਦੀ ਹਾਂ, ਉਸੇ ਨੂੰ ਪੁੱਛਦੀ ਹਾਂ, ਉਹ ਤਾਂ ਗੌਰ ਰੱਖਦੀ ਹੋਣੀ ਕਿਸੇ ਚੀਜ਼ ਦੀ। ਮੀਤਾ, ਮੀਤਾ। ਹਾਂਜੀ ਮੰਮੀ। ਪੁੱਤ ਮੈਨੂੰ ਐਂ ਦੱਸ, ਆਹ ਟੋਕਸ ਕਿੱਥੇ ਨੇ ਤੇਰੇ? ਨੰਗੇ ਕੰਨੀ ਫਿਰਦੀ ਹੈ। ਉਹ ਤਾਂ ਮੰਮੀ ਮੈਂ ਅੰਦਰ ਲਾ ਕੇ ਰੱਖਤੇ ਸੀ, ਕੰਨ ਦੁਖੀ ਜਾਂਦਾ ਸੀ ਮੇਰਾ। ਅੰਦਰ ਲਾ ਕੇ ਰੱਖਤੇ ਸੀ ਉਹ ਤਾਂ ਮੈਨੂੰ ਪਤਾ ਹੈ, ਉਹ ਤਾਂ ਮੈਨੂੰ ਮਿਲ ਵੀ ਗਿਆ ਇੱਕ ਟੋਕਸ ਤਾਂ, ਪਰ ਮੈਨੂੰ ਐਂ ਦੱਸ ਦੂਜਾ ਕਿੱਥੇ ਹੈ, ਦੂਜਾ ਕਿੱਥੇ ਰੱਖਿਆ ਤੈਂ? ਮੀਤ ਕੀ ਹੋਇਆ ਤੈਨੂੰ ਦੱਸ ਪੁੱਤ, ਦੂਜਾ ਟੋਕਸ ਕਿੱਥੇ ਹੈ? ਨਹੀਂ ਐਂ ਕਿੱਥੇ ਵੱਗ ਗਿਆ? ਜੇ ਤੂੰ ਰੱਖੇ ਹੋਣੇ ਤਾਂ ਦੋ ਇਕੱਠੇ ਰੱਖੇ ਹੋਣੇ, ਆ ਇੱਕ ਤਾਂ ਮੈਨੂੰ ਮਿਲ ਗਿਆ, ਐਂ ਦੂਜਾ ਕਿੱਥੇ ਵੱਗ ਗਿਆ? ਦੱਸ ਕੀ ਉਹਦੇ ਪੈਰ ਲੱਗ ਵੀ ਉਹ ਤੁਰਕੇ ਵੱਗ ਗਿਆ ਕਿਤੇ ਉਰਾਂ ਪਰਾਂ? ਨਹੀਂ ਬੋਲ ਪਿਆ ਕੁੜੀਏ, ਦੱਸ ਦੇ ਜਿਹੜਾ ਤੂੰ ਬੋਲਦੀ ਨਹੀਂ, ਕਿਤੇ ਤੇਰੇ ਥੋਂ ਡਿੱਗ ਤਾਂ ਨਹੀਂ ਪੈ ਗਿਆ? ਮੈਨੂੰ ਤਾਂ ਲੱਗਦਾ ਤੇਰੇ ਥੋਂ ਡਿੱਗੇ ਪਿਆ। ਦੱਸ ਦੇ ਪੁੱਤ, ਚੱਲ ਤੂੰ ਦੱਸ, ਡਰਨਾ ਮੈਂ ਕੁਛ ਨਹੀਂ ਕਹਿੰਦੀ ਤੈਨੂੰ, ਕਿੱਥੇ ਗਿਆ ਦੂਜਾ ਟੋਕਸ? ਮੰਮੀ ਇੱਕ ਤਾਂ ਗਿਰ ਗਿਆ ਮੇਰੇ ਤੋਂ, ਲੱਭਿਆ ਨਹੀਂ ਮੈਨੂੰ। ਹੈਂ, ਡਿੱਗ ਪਿਆ? ਨਹੀਂ ਉੱਥੇ ਤੇਰੇ ਬੈੱਡਾਂ ਤੇ ਹੋਣਾ, ਕਿਤੇ ਚਾਦਰ ਚੁਦਰ 'ਚ ਫਸ ਗਿਆ ਹੋਣਾ। ਚੱਲ ਐਂ ਕਰ, ਤੂੰ ਵੀ ਭਾਲਸ ਮਾਰ ਕੇ ਚੈੱਕ ਕਰ, ਮੈਂ ਵੀ ਦੇਖਦੀ ਹਾਂ। ਜਾ ਮੰਮੀ, ਉੱਥੇ ਪਿਆ ਹੋਣਾ ਕਿਤੇ। ਨਾ ਤੂੰ ਐਂ ਕਿਵੇਂ ਕਹਿ ਦਿੰਦੀ ਹੈ, ਕਹਿੰਦੀ ਉੱਥੇ ਪਿਆ ਹੋਣਾ ਕਿਤੇ? ਚੰਗੇ ਭਲੇ ਲੋਕ ਲੱਗਦੇ ਸੀ, ਐਂ ਕਿਵੇਂ ਡਿੱਗ ਪਏ ਹੋ? ਸੋਨੇ ਦੇ ਨੇ, ਕੋਈ ਲੋਹੇ ਦੇ ਨਹੀਂ ਹੈਗੇ। ਤੈਨੂੰ ਪਤਾ 65,000 ਤੋਂ ਟੱਪਿਆ ਪਿਆ ਸੋਨਾ, ਕਰਵਾਉਣੇ ਸੌਖੇ ਪਏ ਨੇ। ਆ ਜਾ ਕੇਰਾਂ, ਇੱਥੇ ਖੜੀ ਕੀ ਕਰਦੇ? ਚੱਲ ਪਾਲਾਂਗੇ। ਨਹੀਂ, ਆ ਜਾ ਆ ਜਾ, ਐਂ ਕਿੱਥੇ ਡਿੱਗ ਪਿਆ? ਹਾਏ ਰੱਬਾ, ਇੰਨੇ ਮਹਿੰਗੇ ਟੋਕਸ ਦੀਗੇ, ਇਹ ਕਿਹੜਾ ਰੋਜ਼ ਰੋਜ਼ ਕਰਵਾਏ ਜਾਂਦੇ ਨੇ? ਆ ਕੁੜੀ ਜੀ ਨਾ ਜਮੀ ਨਹੀਂ ਗੌਰ ਰੱਖਦੀ ਹੈਗੀ। ਹੁਣ ਮੈਂ ਜਦੋਂ ਆਪ ਹੀ ਦਿੱਤਾ ਉਹਨੂੰ ਟੋਪਸ, ਹੁਣ ਲੱਭਣ ਦਾ ਵੀ ਕੀ ਫਾਇਦਾ? ਦੇਖ ਕਿਵੇਂ ਕਮਲੀ ਹੋਈ ਫਿਰਦੀ ਹੈ ਬੁੜੀ। ਰਾਣੀ ਹਾਰ ਤਾਂ ਨਹੀਂ ਸੀ, 10-20,000 ਦਾ ਟੋਪਸ ਹੀ ਸੀ, ਮਲੰਗ ਕਿਸੇ ਥਾਂ ਦੇ। ਨਾਲੇ ਉਹਨੂੰ ਦੱਸਦੀ ਹਾਂ ਮੈਂ ਪਤਾ ਫਿਰਦਾ ਵਿਆਹ ਕਰਵਾਉਣ ਨੂੰ, ਇਹਦੇ ਫੇਰੇ ਤਾਂ ਮੈਂ ਕਰਵਾਉਂਦੀ ਹਾਂ। ਉਹ ਕੀ ਗੱਲ ਜਨਾਬ, ਕਰਤਾ ਫਿਰ ਆਰਡਰ ਆਉਣ ਦਾ? ਬਹੁਤਾ ਭੋਲਾ ਬਣਨ ਦੀ ਲੋੜ ਨਹੀਂ ਹੈਗੀ, ਇਸ ਗੱਲ ਦਾ ਤੈਨੂੰ ਵੀ ਪਤਾ ਚੰਗੀ ਤਰ੍ਹਾਂ। ਉਹ ਕਿਹੜੀ ਗੱਲ ਦਾ ਜਨਾਬ? ਮੈਨੂੰ ਆਪ ਤੂੰ ਉਸ ਕੁੜੀ ਦੀ ਫੋਟੋ ਦਿਖਾਈ ਹੈ, ਹਾਲੇ ਕਹਿੰਦਾ ਵੀ ਤੈਨੂੰ ਕੁਛ ਪਤਾ ਹੀ ਨਹੀਂ। ਲੈ ਯਾਰ, ਉਹ ਫੋਟੋ ਤਾਂ ਮੈਂ ਡਿਲੀਟ ਕਰਤੀ ਜਿਹੜੀ ਦੀ ਤੂੰ ਗੱਲ ਕਰਦੀ ਹੈਗੀ। ਨਾ ਵਿਆਹ ਕਰਾਉਣ ਨੂੰ ਫਿਰਦਾ, ਮੇਰੀ ਸੌਂਕਣ ਲਿਆਉਣ ਨੂੰ, ਕਦੇ ਸੋਚਿਆ ਮੇਰੇ ਬਾਰੇ? ਉਹ ਕਿਹੜਾ ਵਿਆਹ ਯਾਰ, ਨਾਲੇ ਕਦੋਂ ਵਿਆਹ? ਬੜਾ ਰੌਲਾ ਨਾ ਪਾ, ਨਾਲੇ ਗੱਲ ਸੁਣ ਲੈ ਪਹਿਲਾਂ ਮੇਰੀ ਪੂਰੀ, ਨਾਲੇ ਧਿਆਨ ਨਾਲ। ਮੈਂ ਕੋਈ ਗੱਲ ਨਹੀਂ ਸੁਣਨੀ, ਮੈਂ ਕਹਿਤਾ ਨਾ ਤੇਰੇ ਨਾਲ ਹੀ ਵਿਆਹ ਕਰਾਉਣਾ, ਗੱਲ ਖਤਮ। ਉਹ ਯਾਰ, ਇੱਕ ਵਿਆਹ ਤਾਂ ਤੂੰ ਹੁਣ ਕਰਾਈ ਫਿਰਦੀ ਹੈਗੀ, ਤੇ ਹੁਣ ਤੂੰ ਦੂਜਾ ਕਰਾਉਣ ਨੂੰ ਤਿਆਰ ਹੋ ਰਹੀ ਹੈਗੀ। ਮੈਂ ਸਿਰਫ ਤੈਨੂੰ ਪਿਆਰ ਕਰਦੀ ਹਾਂ, ਉਹ ਮੈਨੂੰ ਚੰਗਾ ਨਹੀਂ ਲੱਗਦਾ। ਨਾ ਤੂੰ ਬਿਨਾਂ ਚੰਗੇ ਤੂੰ ਵਿਆਹ ਕਰਾ ਲਿਆ ਉਹਦੇ ਨਾਲ। ਜੇ ਮੇਰੀ ਫਰੈਂਡਸ਼ਿਪ ਤੇਰੇ ਨਾਲ ਪਹਿਲਾਂ ਹੋਈ ਹੁੰਦੀ ਨਾ ਤਾਂ ਉਹ ਨਾਲ ਵਿਆਹ ਕਰਾਉਂਦੀ ਮੇਰੀ ਜੁੱਤੀ। ਹੁਣ ਤੂੰ ਮੈਨੂੰ ਇਹ ਦੱਸ, ਤੂੰ ਮੇਰੇ ਨਾਲ ਵਿਆਹ ਕਰਾਉਣਾ ਕਿ ਨਹੀਂ? ਉਹ ਵਿਆਹ ਤਾਂ ਕਰਾਉਣਾ ਮੈਂ ਤੇਰੇ ਨਾਲ, ਪਰ ਐਵੇਂ ਤਾਂ ਨਾ ਮੇਰੇ ਪੈਰਾਂ ਥੱਲੇ ਅੱਗ ਮਚਾ ਤੂੰ। ਨਾ ਉਧਰ ਤਾਂ ਬਹੁਤ ਫੋਟੋਆਂ ਦਿਖਾਉਂਦਾ ਸੀ ਵੀ ਆਹ ਕੁੜੀ ਹੈ। ਉਹ ਕਮਲੀਏ, ਉਹ ਕੋਈ ਕੁੜੀ ਨਹੀਂ ਹੈਗੀ ਸੀਗੀ, ਮੈਂ ਤੈਨੂੰ ਵੈਸੀ ਜੈਲਸ ਫੀਲ ਕਰਾਉਂਦਾ ਸੀਗਾ, ਦੇਖਦਾ ਸੀ ਤੂੰ ਕਿੰਨਾ ਕੁ ਮੱਚਦੀ ਹੈਗੀ, ਉਹੀ ਗੱਲ ਹੋਈ ਆ ਵਾਂ। ਹਾਂ, ਮੈਂ ਤੇਰੀ ਕੇਅਰ ਕਰਦੀ ਹਾਂ ਤਾਂ ਹੀ ਉਹ ਮੱਚਦੀ ਹਾਂ। ਮੈਂ ਨਹੀਂ ਚਾਹੁੰਦੀ ਕਿ ਤੇਰਾ ਵਿਆਹ ਹੋਵੇ, ਮੈਂ ਉਹਨੂੰ ਤਲਾਕ ਦੇਣਾ ਚਾਹੁੰਦੀ ਹਾਂ। ਉਹ ਯਾਰ, ਤੈਨੂੰ ਉਹਨੂੰ ਤਲਾਕ ਦੇਣ ਦੀ ਦੱਸ ਕੀ ਲੋੜ ਹੈ? ਤੂੰ ਐਵੇਂ ਰਹੀ ਚੱਲ, ਆਪਣਾ ਫੇਰ ਐਵੇਂ ਚੱਲੀ ਜਾਊਗਾ, ਜ਼ਰੂਰੀ ਥੋੜ੍ਹੀ ਹੁੰਦਾ ਗਾ ਕਿਉਂਕਿ ਆਪਾਂ ਨੇ ਵਿਆਹ ਹੀ ਕਰਾਉਣਾ ਗਾ। ਮੈਂ ਤੇਰੇ ਨਾਲ ਰਹਿਣਾ ਚਾਹੁੰਦੀ ਹਾਂ। ਉਹ ਯਾਰ, ਕੋਲੇ ਕੋਲੇ ਤਾਂ ਘਰ ਨੇ ਗਏ ਆਪਣੇ, ਨਿੱਤਾ ਆਪਣੀ ਗੱਲ ਹੋ ਜਾਂਦੀ ਹੈ, ਨਾਲੇ ਰੋਜ਼ ਮੈਂ ਤੁਹਾਡੇ ਘਰੇ ਆਉਣਾ ਗਾ, ਨਾਲੇ ਰਿਸ਼ਤੇ ਨੂੰ ਮੇਰੇ ਘਰ ਦੇ ਨਹੀਂ ਮੰਨਣੇ ਹੈਗੇ। ਯਾਰ, ਆਪਾਂ ਕਿਹੜਾ ਉਹਨਾਂ ਨੂੰ ਕੁਝ ਪੁੱਛਣਾ ਦੱਸਣਾ?
ਉਹ ਨਹੀਂ ਯਾਰ, ਮੇਰੇ ਮਾਂ ਪਿਓ ਨੇ ਉਹ ਮੈਨੂੰ ਘਰੋਂ ਕੱਢ ਦੇਣਗੇ। ਦੇਖਾ ਆਪਣਾ ਫੇਅਰ ਚੱਲਦਾ ਨਾ, ਮੈਂ ਵੀ ਤੈਨੂੰ ਪਸੰਦ ਕਰਦਾ ਗਾ ਤੇ ਇਹਨੂੰ ਆਪਦੀ ਸਾਈਡ ਰਹਿਣ ਦੇ। ਤਾਂ ਇਹਦਾ ਮਤਲਬ ਤੂੰ ਵਿਆਹ ਕਰਵਾਏਗਾ? ਹਟਦਾ ਨਹੀਂ ਤੂੰ। ਹੋਰ ਕਿਵੇਂ ਹੁਣ ਛੱਡਾ ਰਹੂੰਗਾ? ਜੇ ਇੰਨੀ ਸ਼ੌਂਕ ਹੈ ਵਿਆਹ ਕਰਵਾਉਣ ਦਾ, ਮੇਰੇ ਨਾਲ ਕਰਾ ਲੈ। ਮੇਰੀ ਭਾਬੀ ਲੱਗਦੀ ਆ ਤੂੰ, ਮੇਰੀ ਤੇਰੇ ਸਹੁਰੇ ਨਾਲ ਦੁਸ਼ਮਣੀ ਪੈ ਜੂਗੀ, ਤੇਰੇ ਘਰ ਵਾਲਾ ਮੈਨੂੰ ਮਾਰ ਦੂਗਾ ਜਾਂ ਉਹ ਮੇਰੇ ਹੱਥੋਂ ਮਰ ਜੂਗਾ। ਨਾਲੇ ਜਿਹੜਾ ਵਿਆਹ ਹੋਊਗਾ ਨਾ, ਉਹ ਤਾਂ ਇੱਕ ਦਿਖਾਵੇ ਦੀ ਹੋਊਗਾ, ਕਿਉਂਕਿ ਪਿਆਰ ਤਾਂ ਮੈਂ ਤੈਨੂੰ ਹੀ ਕਰਦਾ ਨਾ। ਮੈਂ ਕਿਵੇਂ ਜਰ ਲੂੰ ਤੇਰੀ ਜ਼ਿੰਦਗੀ 'ਚ ਕਿਸੇ ਬਗਾਨੀ ਕੁੜੀ ਨੂੰ? ਉਹ ਜਿਵੇਂ ਮੈਂ ਜਰਦਾ ਤੇਰੇ ਘਰ ਵਾਲੇ ਨੂੰ, ਤੂੰ ਅਫੇਅਰ ਰੱਖਣਾ ਰੱਖ ਸਕਦੀ ਹੈਗੀ, ਪਰ ਮੈਂ ਤੇਰੇ ਨਾਲ ਕੋਈ ਵਿਆਹ ਵੂ ਨਹੀਂ ਕਰਾ ਸਕਦਾ ਹੈਗਾ, ਗੱਲ ਖਤਮ ਹੈ। ਮਤਲਬ? ਉਹ ਮਤਲਬ ਇਹੀ, ਜਿੱਥੇ ਮੇਰੇ ਘਰ ਦੇ ਵਿਆਹ ਕਰਨਗੇ ਨਾ, ਵਿਆਹ ਤਾਂ ਮੈਂ ਉੱਥੇ ਕਰਾਊਂਗਾ। ਤੈਨੂੰ ਕੀ ਲੱਗਦਾ, ਤੇਰੀ ਜੰਨ ਮੂਹਰੇ ਨੱਚੂਗੀ, ਨਾਲੇ ਭਾਬੀ ਬਣ ਕੇ ਸੁਰਮਾ ਪਾਊਂਗੀ? ਭੁੱਲ ਜਾ, ਇੰਨੀ ਵੀ ਚੰਗੀ ਨਹੀਂ ਮੈਂ। ਜਦੋਂ ਮੈਂ ਆਪਦੇ ਘਰ ਵਾਲੇ ਨੂੰ ਧੋਖਾ ਦੇ ਸਕਦੀ ਹਾਂ ਤੇਰੇ ਖਾਤਰ, ਤਾਂ ਮੈਂ ਤੈਨੂੰ ਵੀ ਧੋਖਾ ਦੇ ਸਕਦੀ ਹਾਂ ਆਪਦੀ ਖਾਤਰ। ਹੋਰ ਫਿਰ ਸੁਣਦੇ ਲੈ, ਕਦੋਂ ਕਰਾ ਰਿਹਾ ਵਿਆਹ? ਪੈ ਗਿਆ ਸਕਣ? ਓਏ ਹਾਂ ਬਾਈ, ਆਹੀ ਫਰਵਰੀ ਦਾ ਵਿਆਹ ਗਾ ਉਹਦਾ। ਤਾਂ ਤੁਸੀਂ ਗਏ ਨਹੀਂ ਹੈਗੇ? ਉਹ ਨਹੀਂ ਯਾਰ, ਉਹ ਯਾਰ ਮੇਰੀ ਉਹਦੇ ਨਾਲ ਗੱਲ ਹੋਈ ਸੀਗੀ, ਉਹਨਾਂ ਦੇ ਘਰ ਘਰ ਦੀ ਗਏ ਨੇ ਛਕਣ ਤੇ। ਤਾਂ ਯਾਰ ਅਸੀਂ ਵਿਆਹ 'ਤੇ ਜਾਵਾਂਗੇ ਹੁਣ। ਕਹਿੰਦੇ ਕੋਈ ਆਈਲੈਟਸ ਵਾਲੀ ਆ ਗਈ ਹੈ? ਹਾਂ ਯਾਰ, 6:30 ਬੈਂਡ ਆਏ ਹੋਏ ਨੇ, ਇਹਨੇ ਤਾਂ ਹੁਣ ਬਾਹਰ ਮਾਰ ਜਾਣੀ ਆ ਡਾਰੀ। ਉਹ ਇਹਦੇ ਕੋਲ ਤਾਂ ਜ਼ਮੀਨ ਇੱਥੇ ਹੀ ਬਹੁਤ ਆ, ਪਰ ਹੁਣ ਤਾਂ ਜ਼ਮੀਨ ਵਾਲੇ ਵੀ ਬਾਹਰ ਜਾ ਰਹੇ ਨੇਗੇ। ਪਰ ਉਹ ਸਹੀ ਆ ਯਾਰ ਤੇਰੀ ਗੱਲ, ਤਾਂ ਕੱਲ ਜੋਗਾ ਯਾਰ, ਚੱਲ ਜੜਾ ਵਾਲੇ ਨੂੰ ਠੀਕ ਲੱਗੇ। ਹੋਰ ਦੱਸ, ਠੀਕ ਹੈ? ਵਧੀਆ ਸਭ, ਸਾਰੇ। ਫਿਰ ਦੇਖ ਆਈਏ ਪਾਣੀ ਕਣਕ ਨੂੰ ਕੀ ਬਣਦਾ ਹੋਣਾ, ਸਪਰੇਅ ਜੀ ਕਰਨ ਵਾਲੀ ਆ ਯਾਰ ਹੁਣ, ਹੈ ਨਾ? ਹੁਣ ਤਾਂ ਵਧੀਆ ਹੋ ਰਹੀ ਆ ਹੁਣ। ਲਿਆ ਮੈਨੂੰ ਵੀ ਦਿਖਾ ਲਿਆ ਕਿਸੇ ਭਰਜਾਈ ਦੀ ਫੋਟੋ ਫਿਰ। ਉਹ ਤਾਂ ਇਹ ਦੱਸ ਕੀ ਕਰਨੀਆਂ ਨੇਗੀਆਂ, ਤੂੰ ਤਾਂ ਸੋਹਣਾ ਸੁਨੱਖਾ ਬਥੇਰਾ ਰੰਗ ਦਿਖਾ ਦੇ ਕਿਸੇ ਭਰਜਾਈ ਦੀ ਫੋਟੋ ਯਾਰ। ਲੈ ਪਰ ਆਹ ਦੇਖ, ਹਾਂ ਬੱਬੇ ਆਹ ਬੜੀ ਘੈਂਟ ਯਾਰ। ਅਈਏ ਪਰ ਉਹ ਤਾਂ ਚੰਡੀਗੜ੍ਹ ਦੋ ਤਿੰਨ ਹੋਰ ਵੀ ਹੈਗੇ ਨੇ। ਅੱਛਾ, ਤੈਨੂੰ ਪਤਾ ਚੰਡੀਗੜ੍ਹ ਜਾਇਆ ਨਹੀਂ ਜਾਂਦਾ ਹੈਗਾ ਪਰ। ਸੱਚ ਤੁਸੀਂ ਗੁਰੀ ਹੋਰੀ ਕਿਉਂ ਨਹੀਂ ਬੁਲਾਏ ਮੰਗਣੀ 'ਚ? ਉਹਨਾਂ ਨੇ ਉਹ ਤਾਂ ਸਾਡੇ ਸਕੇ ਨੇ ਯਾਰ। ਉਹ ਨਾ ਯਾਰ ਬਾਈ, ਉਹ ਤਾਂ ਨਹੀਂ ਅਸੀਂ ਮੰਗਣੀ ਸੱਦੇ ਹੈਗੇ, ਉਹ ਤੈਨੂੰ ਪਤਾ ਤਾਂ ਜਿਹੜੀ ਮੇਰੀ ਭਰਜਾਈ ਜੀ ਨਹੀਂ ਹੈਗੀ, ਉਹ ਮੈਨੂੰ ਕਹਿੰਦੀ ਮੇਰੇ ਨਾਲ ਵਿਆਹ ਕਰਾ। ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਉਹਦੇ ਨਾਲ ਟਾਈਮ ਪਾਸ ਕਰ ਲਵਾਂਗਾ। ਉਹ ਫਿਰ ਤੇਰੇ ਵਿਆਹ 'ਚ ਹੋਰ ਤਾਂ ਪੰਗਾ ਖੜਾ ਕਰਦੇ ਹੋ ਕੋਈ? ਯਾਰ ਤੂੰ ਤਾਂ ਬੋਲੀਆਂ ਗੱਲਾਂ ਕਰੀ ਜਾਂਦਾ, ਇਹੀ ਜਿਹਾ ਮੈਨੂੰ ਹੱਥੋਂ 20 ਟੱਕਰ ਦੀਆਂ ਨਹੀਂ ਆ, ਇਹੋ ਜਿਹਾ ਨੂੰ ਮੈਂ ਬੜਾ ਗੋਲ ਦਾਂਗਾ। ਉਹ ਤੇਰੇ ਘਰ ਵਾਲੀ ਬਹੁਤ ਸੋਹਣੀ ਯਾਰ, ਮੈਂ ਤੇਰੇ ਸਟੇਜ 'ਤੇ ਲੱਗੇ ਦੇਖੇ ਸੀ ਉੱਥੇ। ਉਹ ਅਗਲੀ ਕਹਿੰਦੇ ਕਹਾਉਂਦੇ ਘਰ ਦੀ ਕੁੜੀ ਹੈਗੀ, ਪੂਰੇ ਤਗੜੇ ਘਰ ਦੀ ਕੁੜੀ ਹੈ, ਨਾਲੇ ਬਸ ਅਗਲੇ ਮਹੀਨੇ ਨੇ ਕੈਨੇਡਾ ਚਲੇ ਜਾਣਾ, ਨਾਲੇ ਅੰਗਰੇਜ਼ੀ ਬੋਲਦੀ ਹੈ ਪੂਰੀ। ਹੈਲੋ, ਮੇਰੀ ਨਾ ਸੱਸ ਨੂੰ ਸਾਰਾ ਕੁਛ ਪਤਾ ਲੱਗ ਗਿਆ ਵੀ ਆਪਣੇ 'ਚ ਕੀ ਰਿਸ਼ਤਾ ਹੈ। ਤੇ ਹੁਣ ਫਿਰ? ਹੁਣ ਕੀ, ਜੇ ਬਚਣਾ ਨਾ ਤਾਂ ਮੈਨੂੰ ਸਲਫਾਸ ਲਿਆ ਦੇ, ਆਪਾਂ ਉਹਨੂੰ ਪਾ ਦਾਂਗੇ, ਨਹੀਂ ਤਾਂ ਸਾਡਾ ਜਲੂਸ ਨਿਕਲ ਜੂਗਾ। ਉਹ ਕੋਈ ਨਾ, ਮੈਂ ਤੇਰੇ ਨਾਲ ਬਾਅਦ 'ਚ ਗੱਲ ਕਰਦਾਂਗਾ ਸਾਈਡ ਹੋ ਕੇ, ਮੈਂ ਹਜੇ ਕਿਸੇ ਕੋਲੇ ਬੈਠਾਂਗਾ। ਆ ਸਾਈਡ 'ਤੇ ਹੋ ਕੇ ਨਾ ਬਹਾਨੇ ਲਾਉਣ ਵਾਲੀ ਗੱਲ 'ਤੇ ਨਾ ਮੈਨੂੰ ਬੇਵਕੂਫ ਨਾ ਬਣਾਓ, ਸਭ ਜਾਣਦੀ ਹਾਂ ਮੈਂ ਤੁਹਾਡੀ ਚਲਾਕੀਆਂ ਨੂੰ। ਕੋਈ ਨਾ ਬਾਈ, ਸਾਈਡ 'ਤੇ ਗੱਲ ਕਰਨ ਦੀ ਲੋੜ ਨਹੀਂ ਹੈਗੀ, ਵੈਸੇ ਹੀ ਮੈਨੂੰ ਕੰਮ ਆ, ਮੈਂ ਘਰੇ ਚੱਲਦਾਂਗਾ। ਕੋਈ ਨਾ, ਜਲਦੀ ਵਗ ਜਾ। ਠੀਕ ਹੈ, ਸੁਣ ਲਿਆ ਨਾ, ਮੇਰੇ ਕੋਲੇ ਹੈਗਾ ਸੀਗਾ, ਨਾਲੇ ਤੈਨੂੰ ਮੈਂ ਕਿਹਾ ਸੀਗਾ, ਤੂੰ ਵੀ ਨਾ ਮੇਰੀ ਬੇਇੱਜ਼ਤੀ ਕਰਾਏ ਬਿਨਾਂ ਹਟਦੀ ਨਹੀਂ ਹੈਗੀ, ਜੇ ਤੈਨੂੰ ਮੈਂ ਕਹੀ ਦਿੱਤਾ ਸੀਗਾ ਵੀ ਮੈਂ ਬਾਹਰ ਆਂਗਾ। ਤੁਹਾਡਾ ਤਾਂ ਨਾ ਗੱਲ ਕਰਨ ਦਾ ਲਹਿਜਾ ਹੀ ਬਦਲ ਗਿਆ, ਪਹਿਲਾਂ ਤਾਂ ਤੁਸੀਂ ਮੈਨੂੰ ਪੁੱਤ ਪੁੱਤ ਕਰਕੇ ਗੱਲ ਕਰਦੇ ਸੀ, ਤੇ ਹੁਣ ਤੁਸੀਂ ਮੈਨੂੰ ਤੂੰ ਤੂੰ ਕਰਕੇ ਗੱਲ ਕਰਦੇ ਹੋ। ਇਹੋ ਜਿਹੀ ਨਾਲੇ ਕੋਈ ਗੱਲ ਨਹੀਂ ਹੈਗੀ, ਠੀਕ ਹੈ? ਜਿਹੜੀ ਨਾਲੇ ਤੂੰ ਮੇਰੇ ਨਾਲ ਵਿਆਹ ਸਲਫਾਸ ਵਾਲੀ ਗੱਲ ਕਰੀ ਹੈ ਨਾ, ਮੇਰਾ ਤਾਂ ਇਸ ਗੱਲ ਨੇ ਨਾ ਦਿਮਾਗ ਹਿਲਾ ਕੇ ਰੱਖਤਾ। ਦਿਮਾਗ ਤਾਂ ਮੇਰਾ ਵੀ ਹਿੱਲਿਆ ਪਿਆ, ਮੇਰਾ ਘਰ ਵਾਲਾ ਹਜੇ ਘਰੇ ਨਹੀਂ ਹੈਗਾ, ਮੇਰੀ ਸੱਸ ਉਹਨੂੰ ਉਡੀਕਦੀ ਪਈ ਹੈ, ਐਡੀ ਅੱਗ ਲੱਗੀ ਆ ਉਹਨੂੰ ਸਾਰੀਆਂ ਗੱਲਾਂ ਦੱਸਣ ਨੂੰ। ਨਾ ਜਦੋਂ ਤੇਰੀ ਸੱਸ ਨੂੰ ਆਪਣੇ ਬਾਰੇ ਪਤਾ ਹੀ ਲੱਗ ਗਿਆ, ਫਿਰ ਉਹ ਤੇਰੇ ਹੱਥੋਂ ਸਲਫਾਸ ਲੈ ਕੇ ਕਿਉਂ ਖਾਊਗੀ? ਨਾਲੇ ਮੈਂ ਨਹੀਂ ਇਹੋ ਜਿਹਾ ਪਾਪ ਕਰ ਸਕਦਾ ਹੈਗਾ। ਕਰਨਾ ਕਿਉਂ ਨਹੀਂ ਹੈਗਾ ਪਾਪ, ਇਹਦੇ ਵਿੱਚ ਪਾਪ ਕੀ ਹੈ? ਇਹ ਮੈਨੂੰ ਘਰੋਂ ਕੱਢ ਦੇਣਗੇ,
ਮੇਰੀ ਸੁਣ ਲੈ ਗੱਲ, ਜੇ ਤੂੰ ਮੈਨੂੰ ਸਲਫਾਸ ਨਾਲ ਲਿਆ ਕੇ ਦਿੱਤੀ ਨਾ ਤਾਂ ਮੈਂ ਤੇਰੇ ਘਰੇ ਆ ਜਾਊਂਗੀ ਬੋਰੀ ਬਿਸਤਰਾ ਲੈ ਕੇ। ਉਹ ਦਿਮਾਗ ਤਾਂ ਨਹੀਂ ਖਰਾਬ ਹੈਗਾ, ਪਰ ਤੂੰ ਬਾਪੂ ਤੂੰ ਮੇਰੇ ਟੰਬੇ ਜ਼ਰੂਰ ਪਵਾਉਣੀ ਹੈ, ਨਾਲੇ ਤੂੰ ਜਿਹੜਾ ਕਤਲ ਕਰਨ ਲੱਗੀ ਹੈ ਨਾ ਤੈਨੂੰ ਇਸੇ ਨਹੀਂ ਘਰੋਂ ਕਢਾਉਣਾ ਹੈਗਾ, ਨਾਲੇ ਘਰੇ ਘੁਰੇ ਆਉਣ ਦੀ ਕੋਈ ਲੋੜ ਨਹੀਂ ਹੈਗੀ ਮੇਰੇ। ਤੂੰ ਨਾ ਆਪਣਾ ਜ਼ਿਆਦਾ ਦਿਮਾਗ ਨਾ ਲਗਾ, ਮੈਨੂੰ ਕੌਣ ਘਰੋਂ ਕੱਢੂ ਅਤੇ ਕੌਣ ਨਹੀਂ, ਤੈਨੂੰ ਜਿੰਨਾ ਕਹਿਣਾ ਤੂੰ ਓਨਾ ਕਰ ਨਾ। ਜਦੋਂ ਹੁਣ ਤੇਰੀ ਸੱਸ ਨੂੰ ਸਾਰਾ ਕੁਛ ਪਤਾ ਹੀ ਲੱਗ ਗਿਆ ਆਪਣ ਬਾਰੇ, ਹੁਣ ਤੂੰ ਉਹਨੂੰ ਜ਼ਹਿਰ ਕਿਵੇਂ ਦੇਵੇਂਗੀ, ਨਾਲੇ ਤੈਥੋਂ ਥੋੜ੍ਹੀ ਕੁਛ ਲੈ ਕੇ ਖਾਊਗੀ ਹੁਣ ਉਹ। ਮੈਂ ਨਾ ਉਹਨੂੰ ਕਿਸੇ ਨਾਲ ਫੋਨ 'ਤੇ ਗੱਲਾਂ ਕਰਦੇ ਹੋਏ ਸੁਣਿਆ ਸੀ, ਮੇਰੇ ਸਾਹਮਣੇ ਤਾਂ ਹਲੇ ਵੀ ਉਹ ਮਿੱਠੀ ਪਿਆਰੀ ਹੈ, ਤਾਂ ਮੈਂ ਵੀ ਮਿੱਠੀ ਪਿਆਰੀ ਹੋ ਕੇ ਉਹਨੂੰ ਜ਼ਹਿਰ ਪਾ ਦੂੰ, ਨਾ ਕਿਸੇ ਨੂੰ ਪਤਾ ਲੱਗੇ ਅਤੇ ਨਾ ਹੀ ਕੁਛ ਹੋਣਾ। ਆ ਬਕਵਾਸ ਜੀ ਬੰਦ ਕਰ ਲੈ, ਨਾਲੇ ਗੱਲ ਸੁਣ ਲੈ ਮੇਰੀ ਧਿਆਨ ਨਾਲ, ਨਾ ਮੈਂ ਤੇਰੇ ਪਿੱਛੇ ਪਹਿਲਾਂ ਲੱਗਿਆ ਅਤੇ ਨਾ ਮੈਂ ਅੱਜ ਲੱਗਾ, ਨਾਲੇ ਜਿਹੜੀ ਤੂੰ ਆ ਸਲਫਾਸ ਵਾਲੀ ਗੱਲ ਕਰਦੀ ਹੈ ਨਾ ਮੈਂ ਨਹੀਂ ਲਿਆ ਕੇ ਦੇ ਸਕਦਾ ਤੈਨੂੰ ਸਲਫਾਸ ਸਲਫੂਸਾ, ਨਾਲੇ ਜਿਹੜਾ ਕੁਛ ਹੋਊਗਾ ਦੇਖੀ ਜਾਊਗਾ ਆਪੀ। ਪਰ ਆਪਣੇ ਫੋਨ ਦੇ ਵਿੱਚੋਂ ਨਾ ਮੇਰਾ ਨੰਬਰ ਡਿਲੀਟ ਕਰ ਦੇ, ਨਾਲੇ ਇੰਨੀ ਗੱਲ ਯਾਦ ਰੱਖੀ ਜਦੋਂ ਆਪਣੇ ਬਾਰੇ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਿਆ, ਕਿਉਂਕਿ ਜੇ ਹੁਣ ਕੋਈ ਗੱਲ ਹੋਊਗੀ ਨਾ ਸਾਰਿਆਂ ਤੋਂ ਪਹਿਲਾਂ ਤੇਰਾ ਫੋਨ ਨੰਬਰ ਚੈੱਕ ਹੋਊਗਾ, ਨਾਲੇ ਹੁਣ ਜਿੰਨਾ ਚਿਰ ਆਪਣਾ ਸ਼ੱਕ ਹੋਣ ਹਟਦਾ ਨਹੀਂ ਹੈਗਾ ਨਾ ਸਾਰਿਆਂ ਨੂੰ, ਆਪਾਂ ਉਹਨਾਂ ਟਾਈਮ ਕੋਈ ਗੱਲ ਨਹੀਂ ਕਰਦੇ ਹੈਗੇ, ਨਾਲੇ ਤੂੰ ਸਾਰਿਆਂ ਦੇ ਸਾਹਮਣੇ ਮੈਨੂੰ ਵੀਰਾ ਵੀਰਾ ਕਿਹਾ ਕਰ। ਅੱਛਾ ਹੁਣ ਮੈਂ ਤੈਨੂੰ ਵੀਰਾ ਕਹਾਂ? ਮੈਂ ਨਹੀਂ ਕਹਿੰਦੀ ਵੀਰਾ। ਜਾਂ ਧੱਕੇ ਖਾ ਫਿਰ ਤੂੰ ਆਪਦੇ। ਹੈਲੋ 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 ਮੈਨੂੰ ਤਾਂ ਇਹ ਸੀ ਵੀ ਇਹ ਮੇਰੇ ਜਾਲ 'ਚ ਫਸ ਜਾਊਗਾ, ਪਰ ਇਸਨੇ ਤਾਂ ਮੈਨੂੰ ਸਿੱਧਾ ਹੀ ਮਨ੍ਹਾ ਕਰ ਦਿੱਤਾ ਕਿ ਇਹਨੂੰ ਮੇਰੀ ਸੱਸ ਤੋਂ ਡਰ ਨਹੀਂ ਲੱਗਿਆ। ਮੈਂ ਚਲਾਕ ਹੀ ਇੰਨੀ ਆ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਇਹ ਨਾ ਗੱਲ ਕਰਦੀ ਹਾਂ, ਪਰ ਮੈਂ ਸਿਰਫ ਇਹਦਾ ਵਿਆਹ ਰੋਕਣ ਲਈ ਇਹ ਸਭ ਕੁਛ ਕਰਦੀ ਪਈ ਹਾਂ ਕਿ ਇਸ ਨੂੰ ਉਲਝਾ ਲਵਾਂ ਅਤੇ ਬਲੈਕਮੇਲ ਕਰਾਂ ਮਗਰੋਂ। ਬੜਾ ਚਲਾਕ ਬੰਦ ਨਾ, ਇਹਨੂੰ ਕੀ ਲੱਗਦਾ ਕਿ ਮੈਨੂੰ ਇਸਦੇ ਮੰਗਣੇ ਬਾਰੇ ਨਹੀਂ ਪਤਾ? ਸਭ ਪਤਾ ਹੈ ਮੈਨੂੰ, ਤੇਰੇ ਵਿਆਹ ਦੀ ਤਰੀਕ ਵੀ ਪਤਾ ਹੈ। ਮੈਂ ਤੇਰਾ ਵਿਆਹ ਵੀ ਰੋਕੂੰਗੀ ਅਤੇ ਪੈਲਸ ਦੇ ਵਿੱਚ ਆ ਕੇ ਤੇਰਾ ਜਲੂਸ ਵੀ ਕੱਢੂੰਗੀ, ਤਾਂ ਮੈਨੂੰ ਤੇਰੀ ਸਲਫਾਸ ਦੀ ਲੋੜ ਵੀ ਨਹੀਂ। ਜ਼ਰੂਰੀ ਨਹੀਂ ਕਿ ਮੈਂ ਆਪਣੀ ਸੱਸ ਨੂੰ ਸਲਫਾਸ ਨਾਲ ਮਾਰਨਾ, ਮੈਂ ਉਹਨੂੰ ਕਰੰਟ ਨਾਲ ਮਾਰਾਂਗੀ। ਆਹ ਕੁੜੀ ਦਾ ਵੀ ਨਾ ਜਮੀ ਸਰਿਆ ਪਿਆ, ਇਹਨੂੰ ਭੋਰਾ ਨਹੀਂ ਕਿਸੇ ਵੀ ਕੰਮ ਦੀ ਸੋਚ ਹੈਗੀ। ਆਹ ਹਜੇ ਤਾਂ ਮੈਂ ਬੈਠੀ ਹਾਂ, ਜਿੱਦਾਂ ਮੈਂ ਅੱਖਾਂ ਵਿੱਚ ਗਈ ਫਿਰ ਇਹਦਾ ਪਤਾ ਨਹੀਂ ਕੀ ਬਣੂਗਾ। ਮੈਨੂੰ ਤਾਂ ਸੱਚੀ ਆਹੀ ਚੋਰਾ ਬੜ ਬੜ ਖਾਈ ਜਾਂਦਾ। ਮਾਲਕਾ ਤੂੰ ਹੀ ਹੈ, ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਸ਼ੁਕਰ ਹੈ ਗਈ ਤਾਂ ਕੱਪੜੇ ਧੋਣ, ਵਾਹਿਗੁਰੂ। ਲੈ ਮਾਤਾ, ਤੇਰਾ ਤਾਂ ਮੈਂ ਚੰਗਾ ਕਰਤਾ ਪ੍ਰਬੰਧ, ਕਿੱਥੇ ਤੂੰ ਬੁੜੀ ਹੋ ਕੇ ਮਰੇਂਗੀ। ਜਿਸ ਹਿਸਾਬ ਨਾਲ ਤੂੰ ਚੰਗੀ ਭਲੀ ਹੈ ਨਾ, ਉਸ ਹਿਸਾਬ ਨਾਲ ਤੇਰੀ ਲੋੜ ਧਰਤੀ 'ਚ ਨਹੀਂ ਸਵਰਗਾ 'ਚ ਹੈ। ਵਧੀਆ, ਤੇਰਾ ਭੋਗ ਤਾਂ ਛੇਤੀ ਛੇਤੀ ਪਵੇ, ਮੇਰਾ ਕੰਮ ਵੀ ਇੱਧਰੋਂ ਬਣ ਜਾਣਾ ਅਤੇ ਛੇਤੀ ਕਿਤੇ ਮੈਂ ਤੇਰੇ ਮੁੰਡੇ ਨੂੰ ਛੱਡ ਕੇ ਚੱਲ ਜਾਂਗੀ। ਕੋਈ ਗੱਲ ਨਹੀਂ, ਜੇ ਮੌਤ ਤੈਨੂੰ ਨਹੀਂ ਸੱਦਦੀ ਤਾਂ ਮੈਂ ਭੇਜ ਦਿੰਦੀ ਹਾਂ ਤੈਨੂੰ ਮੌਤ ਦੇ ਰਾਹ। ਮੰਮੀ ਮੈਨੂੰ ਨਾ ਬੁਖਾਰ ਲੱਗਦਾ, ਮੇਰਾ ਸਰੀਰ ਟੁੱਟੀ ਜਾਂਦਾ,
ਤੁਸੀਂ ਐਂ ਕਰ ਦਿਓ, ਆਹ ਚਾਰ ਕੱਪੜੇ ਜਾ ਕੇ ਮਸ਼ੀਨ 'ਚ ਜਾ ਕੇ ਧੋ ਦਿਓ, ਮੇਰੇ ਤੋਂ ਕੰਮ ਨਹੀਂ ਹੋਣਾ ਅੱਜ। ਚੱਲ ਪੁੱਤ ਕੱਪੜੇ ਤਾਂ ਮੈਂ ਧੋ ਦੂੰਗੀ, ਤੂੰ ਐਂ ਕਰੀਂ ਦਵਾਈ ਦਵੂਈ ਲੈ ਲਈ। ਕੋਈ ਗੱਲ ਨਹੀਂ ਮੰਮੀ। ਤਾਪ ਚੜ੍ਹ ਰਿਹਾ ਕੁੜੇ, ਤੈਨੂੰ ਤਾਂ ਮਨ ਲੱਗਦਾ ਹੈ। ਕੋਈ ਗੱਲ ਨਹੀਂ ਮੰਮੀ, ਮੇਰੇ ਕੋਲ ਗੋਲੀ ਪਈ ਹੈ, ਮੈਂ ਆਪੇ ਲੈ ਲੂੰ, ਨਾਲੇ ਇਹ ਆ ਜਾਣਗੇ ਨਾ, ਮੈਂ ਡਾਕਟਰ ਕੋਲ ਜਾ ਕੇ ਦਿਖਾ ਆਵਾਂਗੀ। ਕੋਈ ਨਾ ਪੁੱਤ, ਮੈਂ ਧੋਨੀ ਆ ਕੱਪੜੇ, ਤੂੰ ਆਰਾਮ ਕਰ, ਜਾ ਕੇ ਇੱਥੇ ਖੜੀ ਕੀ ਹੈ। ਹਾਂਜੀ ਮੰਮੀ, ਤੁਸੀਂ ਧੋ ਦਿਓ, ਨਹੀਂ ਐਵੇਂ ਮੇਰੇ ਸਿਰ 'ਤੇ ਭਾਰ ਜਿਹਾ ਰਹੂਗਾ ਵੀ ਕੰਮ ਪਿਆ ਕਰਨ ਨੂੰ। ਓਹੋ ਪੁੱਤ, ਕੋਈ ਨਾ ਤੂੰ ਸੋਚ ਨਾ ਕਰ, ਮੈਂ ਧੋ ਦੂੰਗੀ, ਮੈਂ ਹੈ ਤਾਂ ਹੈਗੀ ਹਾਂ, ਕੋਈ ਨਾ ਤੂੰ ਕਰ ਲੈਣਾ। ਚਲੋ ਠੀਕ ਹੈ ਮੰਮੀ। ਪਤਾ ਹੀ ਨਹੀਂ ਲੱਗਿਆ ਇਹ ਸਭ ਕਦੋਂ ਹੋ ਗਿਆ। ਆਪਣੇ ਨਾਲ ਕੋਈ ਯਾਰ ਮਸ਼ੀਨ 'ਤੇ ਵੀ ਨਹੀਂ ਪਾਣੀ ਪੂਣੀ ਪੈਂਦਾ ਸੀ ਵੀ ਜਿਹੜਾ ਉਹ 'ਚ ਕਰੰਟ ਆ ਜੇ ਯਾਰ। ਜੀ ਕੋਈ ਗੱਲ ਨਹੀਂ, ਹੁਣ ਰੱਬ ਨੇ ਜਿੰਨੀ ਕੁ ਉਮਰ ਦਿੱਤੀ ਹੈ ਉਨੀ ਕੁ ਹੀ ਦਿੰਦਾ। ਮੈਂ ਤਾਂ ਹਾਲੇ ਮਸ਼ੀਨ 'ਚ ਪਾਣੀ ਪਾਉਣ ਚੱਲੀ ਸੀਗੀ, ਇੰਨੇ ਨੂੰ ਮੰਮੀ ਕਹਿੰਦੀ ਚੱਲ ਤੂੰ ਘਰ ਦੇ ਕੰਮ ਨਿਬੇੜ ਲੈ ਵੀ ਮੈਂ ਧੋ ਦਿੰਦੀ ਹਾਂ ਕੱਪੜੇ। ਵੀ ਅੱਜ ਆ ਤਾਂ ਨਹੀਂ ਹੋ ਸਕਦਾ ਹੈਗਾ, ਮੰਮੀ ਨੇ ਪਹਿਲੀ ਵਾਰੀ ਮਸ਼ੀਨ ਚਲਾਈ ਸੀ ਨਾ ਤਾਂ ਕਰਕੇ ਕਰੰਟ ਕਰੁੰਟ ਆ ਗਿਆ ਹੋਣਾ, ਉਹਦੀ ਲੱਗ ਗਿਆ ਹੋਣੇ ਗਿੱਲੇ ਗੁੱਲੇ ਹੱਥੇ ਯਾਰ। ਕਿਉਂਕਿ ਵਿਆਹ ਤੋਂ ਪਹਿਲਾਂ ਵੀ ਮੈਂ ਹੀ ਮਸ਼ੀਨ ਚਲਾਉਂਦਾ ਹੁੰਦਾ ਸੀਗਾ, ਉਹਨਾਂ ਨੂੰ ਤਾਂ ਉਦੋਂ ਵੀ ਨਹੀਂ ਹਿਸਾਬ ਹੈਗਾ ਸੀਗਾ। ਜੀ ਮੰਮੀ ਬਿਨਾਂ ਤਾਂ ਮੇਰਾ ਵੀ ਜੀ ਨਹੀਂ ਲੱਗਦਾ, ਮੈਂ ਇਕੱਲੀ ਬੈਠੀ ਕੰਧਾਂ ਵੱਲ ਦੇਖਦੀ ਰਹਿੰਦੀ ਹਾਂ। ਯਾਰ ਮੰਮੀ ਦੇ ਸਿਰ 'ਤੇ ਤਾਂ ਮੈਨੂੰ ਵੀ ਕੋਈ ਟੈਨਸ਼ਨ ਨਹੀਂ ਹੁੰਦੀ ਸੀ, ਚਾਹੇ ਜਿੰਨਾ ਮਰਜ਼ੀ ਲੇਟ ਹੋ ਜਾਂਦਾ ਮੈਂ ਖੇਤੋਂ ਤਾਂ ਵੀ ਨਹੀਂ ਆਇਆ ਹੁੰਦਾ ਸੀਗਾ ਵੀ ਕੋਈ ਚੱਕਰ ਆ ਘਰੇ। ਚਲ ਹੁਣ ਤਾਂ ਮੈਨੂੰ ਬਾਹਲੀ ਟੈਨਸ਼ਨ ਰਿਹਾ ਕਰੂ ਯਾਰ, ਇੱਕ ਤੂੰ ਇਕੱਲੀ ਹੁੰਦੀ ਆ ਘਰੇ, ਇੱਕ ਮੈਨੂੰ ਬੇਬੇ ਦੀ ਹੁਣ ਬਾਹਲੀ ਯਾਦ ਆਉਂਦੀ ਆ ਯਾਰ। ਜੀ ਤੁਹਾਡੇ ਨਾਲੋਂ ਵੱਧ ਪਿਆਰ ਤਾਂ ਮੇਰਾ ਪੈ ਗਿਆ ਸੀਗਾ, ਅਸੀਂ ਬੈਠੇ ਗੱਲਾਂ ਮਾਰਦੀਆਂ ਰਹਿੰਦੀਆਂ ਸੀ। ਹੋਰ ਯਾਰ, ਮਾਂ ਤਾਂ ਮਾਂ ਹੀ ਹੁੰਦੀ ਆ, ਜੇ ਮੈਨੂੰ ਪਤਾ ਹੁੰਦਾ ਨਾ ਮੰਮੀ ਨਾਲ ਇੱਦਾਂ ਸਾਰਾ ਕੁਛ ਹੋ ਜੂਗਾ ਮੈਂ ਸ਼ਹਿਰ ਹੀ ਨਾ ਜਾਂਦਾ ਯਾਰ। ਚੱਲ ਯਾਰ, ਆਪਣੇ ਕਹਿਣ ਨਾਲ ਨਾ ਹੁੰਦਾ ਵੀ ਕੀ ਆ ਹੈ ਨਾ, ਉਹ ਜਿਹੜਾ ਰੱਬ ਆ ਉਹਨੇ ਜਿਹੜਾ ਕੁਛ ਕਰਨਾ ਤਾਂ ਉਹਨੇ ਕਰਨਾ ਹੀ ਹੈਗਾ, ਆਪਣਾ ਤਾਂ ਕੀ ਬਸ ਚੱਲਦਾ ਉਹਦੇ ਮੂਹਰੇ। ਚੱਲ ਤੂੰ ਵੀ ਬਾਹਲੀ ਫਿਕਰ ਨਾ ਕਰ, ਤੂੰ ਵੀ ਹੁਣ ਕਰ ਲਾ ਕੋਈ ਕੰਮ ਕਰ, ਮੈਂ ਵੀ ਹੁਣ ਡੰਗਰਾਂ ਨੂੰ ਕੱਖ ਕੁੱਖ ਲਿਆ ਵਾਂ ਯਾਰ। ਠੀਕ ਹੈ, ਅਤੇ ਤੁਸੀਂ ਟਰੈਕਟਰ 'ਤੇ ਜਾਓਗੇ? ਹਾਂ ਹਾਂ, ਉਹ ਆਪਣਾ ਟਰੈਕਟਰ ਨਾ ਗਵਾਂਢੀਆਂ ਦੇ ਘਰ ਖੜਿਆ ਗਾ, ਉੱਥੇ ਹੀ ਲੈ ਜੂੰਗਾ। ਕਿਉਂ? ਉਹ ਜਦੋਂ ਬੇਲ ਦੇ ਭਾਂਡੇ 'ਚ ਛੱਡ ਕੇ ਆਏ ਸੀ ਭੋਗ ਵੇਲੇ ਤਾਂ ਕਰਕੇ ਉੱਥੇ ਖੜਿਆ ਸੀ ਆਪਣਾ ਟਰੈਕਟਰ, ਉੱਥੇ ਖੜਾ ਤਾ ਜੀ ਆਪਣੇ ਤਾਂ ਫਿਰ ਉਹਨੇ ਥਾਂ ਨਹੀਂ ਘਰੇ। Thank you.
ਹੁਣ ਭਾਈ ਦੇਖ ਕਾਕਾ, ਗੱਲ ਇਹ ਹੈ ਆਪਾਂ ਉਹਨਾਂ ਨਾਲ ਸਾਰੀਆਂ ਗੱਲਾਂ ਕਰ ਲਈਆਂ ਨੇ, ਹੁਣ ਜਿਹੜੀ ਤੈਂ ਆਪਣੀ ਬੁਕਿੰਗ ਕਰਨੀ ਹੈ ਉਹ ਕਰ ਲੈ। ਦੇਖੋ ਜੀ ਪਤਾ ਕੀ ਗੱਲ ਹੈਗੀ, ਆਪਾਂ ਪ੍ਰੋਗਰਾਮ ਐਡਾ ਨਹੀਂ ਕਰਨਾ ਹੈਗਾ, ਠੀਕ ਹੈ, ਉਹ ਇੱਧਰ ਮੇਰੇ ਤਾਏ ਦੀ ਡੈਥ ਹੋਈ ਹੈਗੀ, ਠੀਕ ਹੈ ਭਾਈ, ਪ੍ਰੋਗਰਾਮ ਤਾਂ ਆਪਾਂ ਅੱਗੇ ਵੀ ਕਰ ਲਾਂਦੇ, ਅੱਛਾ, ਬਾਕੀ ਕੁੜੀ ਨੇ ਫਿਰ ਬਾਹਰੇ ਵੀ ਜਾਣਾ ਨਾ। ਇਹ ਭਾਈ ਉਹ ਤਾਂ ਆਪਦਾ ਪ੍ਰੋਗਰਾਮ ਕਰਨਗੇ ਪੂਰਾ, ਠੀਕ ਹੈ। ਅੱਛਾ ਆਪਦਾ ਪ੍ਰੋਗਰਾਮ ਤੂੰ ਕਰ ਲਈ ਜਿਹੜਾ ਕਰਨਾ। ਅੱਛਾ ਉਹ ਫੋਟੋਆਂ ਵਿਆਹ ਵਾਲੀਆਂ ਉਹ ਨਾਲ ਵੀ ਲੱਗਦੀਆਂ ਨੇ ਜਦੋਂ ਕੁੜੀ ਬਾਹਰ ਜਾਂਦੀ ਹੈ। ਹਾਂ ਹਾਂ ਆਪਾਂ ਪੈਲਸ ਦਾ ਪ੍ਰੋਗਰਾਮ ਤਾਂ ਕਰਾਂਗੇ, ਠੀਕ ਹੈ, ਤਾਂ ਮੈਂ ਭੰਗੜੇ ਲਈ ਬੁੱਕ ਕਰ ਰੱਖੇ ਨੇਗੇ। ਅੱਛਾ ਪਰ ਆਪਾਂ ਘਰੇ ਨਹੀਂ ਕੋਈ ਪ੍ਰੋਗਰਾਮ ਕਰਦੇ ਹੈਗੇ, ਠੀਕ ਹੈ, ਉਹਨੂੰ ਪਤਾ ਤਾਂ ਹੈਗਾ ਆਂਢ ਗੁਆਂਢ ਦੀ ਗੱਲ ਹੈਗੀ, ਗੱਲ ਠੀਕ, ਉਹਨਾਂ ਦੀ ਮੂੰਹ ਮੱਥੇ ਲੱਗਣਾ ਫਿਰ ਆਪਾਂ ਨੇ। ਇਹ ਭਾਈ ਅਗਲੇ ਕੰਨੀ ਤਾਂ ਫੁੱਲ ਤਿਆਰੀ ਹੈ, ਠੀਕ ਹੈ, ਤੁਸੀਂ ਦੱਸ ਦਿਓ ਵੀ ਕਿੰਨੇ ਬੰਦੇ ਲਿਆਓਗੇ। ਬਾਕੀ ਹੁਣ ਤਾਂ ਮੈਂ ਆਪਣੇ ਬਾਪੂ ਨਾਲ ਗੱਲ ਕਰੀ ਸੀਗੀ, ਉਹ ਕਹਿੰਦੇ ਸੀ ਆਪਾਂ 400 ਬੰਦਾ ਤਾਂ ਲੈ ਕੇ ਜਾਵਾਂਗੇ ਘੱਟੋ ਘੱਟ, ਠੀਕ ਹੈ, ਬਾਕੀ ਤੁਹਾਨੂੰ ਪਤਾ ਮੈਂ ਚੰਡੀਗੜ੍ਹ ਪੜ੍ਹਦਾਗਾ, ਠੀਕ, ਉੱਥੋਂ ਵੀ ਮੇਰੇ ਯਾਰ ਦੋਸਤ ਆਉਣਗੇ ਕਾਫੀ, ਠੀਕ ਹੈ ਭਾਈ। ਚੰਗਾ ਕੋਈ ਗੱਲ ਨਹੀਂ ਭਾਈ ਕਾਕਾ, ਮੈਂ ਤੁਹਾਨੂੰ ਪੁੱਛ ਕੇ ਦੱਸਦਾ, ਠੀਕ ਹੈ, ਹਾਂ ਚੰਗਾ ਭਾਈ, ਸਤਿ ਸ਼੍ਰੀ ਅਕਾਲ। ਠੀਕ ਹੈ, ਤੇਰੀ ਹਿੰਮਤ ਕਿੱਦਾਂ ਹੋਈ ਫੋਨ ਕੱਟਣ ਦੀ? ਇੰਨੇ ਦਿਨਾਂ ਬਾਅਦ ਸਾਡੀ ਗੱਲ ਹੋ ਰਹੀ ਹੈ, ਉੱਪਰੋਂ ਤਾਂ ਮੇਰਾ ਫੋਨ ਨਹੀਂ ਚੁੱਕਿਆ, ਤੈਨੂੰ ਪਤਾ ਮੇਰਾ ਜੀ ਨਹੀਂ ਲੱਗਦਾ। ਉਹ ਯਾਰ ਮੈਂ ਕਿਸੇ ਲਈ ਬੈਠਾ ਸੀਗਾ, ਬਾਕੀ ਗੱਲ ਤਾਂ ਮੈਂ ਵੀ ਕਰਨੀ ਸੀ ਤੇਰੇ ਨਾਲ ਯਾਰ। ਤੈਂ ਫਿਰ ਮੈਨੂੰ ਫੋਨ ਕਿਉਂ ਨਹੀਂ ਕੀਤਾ ਆਪਣੇ ਆਪ? ਉਹ ਯਾਰ ਮੈਂ ਤੇਰੇ ਨਾਲ ਮੂੰਹ ਦੇ ਮੂੰਹ ਗੱਲ ਕਰਨੀ ਹੈ, ਠੀਕ ਹੈ, ਆ ਜਾ ਫਿਰ ਘਰੇ, ਤੇਰਾ ਵੀਰਾ ਗਿਆ ਹੋਇਆ ਖੇਤ। ਉਹ ਚੱਲ ਠੀਕ ਹੈ, ਤੂੰ ਅੱਧਾ ਘੰਟਾ ਵੇਟ ਕਰ, ਮੈਂ ਨਾ ਤੂੰ ਕੇ ਆ ਗਿਆ। ਠੀਕ ਹੈ ਚਲੋ। ਨਾਲੇ ਮੈਨੂੰ ਲੱਗਦਾ ਤੇਰਾ ਜੀ ਨਹੀਂ ਲੱਗਦਾ ਮੇਰੇ ਬਿਨਾਂ, ਸੱਚ ਪੁੱਛੇ ਤਾਂ ਲੱਗਦਾ ਮੇਰਾ ਵੀ ਨਹੀਂ ਹੈਗਾ, ਮਸਾ ਮਸਾ ਤਾਂ ਬੁੜੀ ਨੂੰ ਰੱਬ ਕੋਲੇ ਭੇਜਿਆ। ਉਹ ਯਾਰ ਜੀਜੂ ਵਾਲੀ ਤਾਂ ਕੋਈ ਗੱਲ ਨਹੀਂ ਗੀ, ਠੀਕ ਹੈ, ਮੈਂ ਤਾਂ ਤੈਨੂੰ ਸਿਰਫ ਤਾਈ ਦੀ ਡੈਥ ਬਾਰੇ ਪੁੱਛਣਾ ਸੀਗਾ ਵੀ ਉਹਦੀ ਡੈਥ ਹੋ ਗਈ, ਇਹੋ ਜਿਹਾ ਕੀ ਕੀਤਾ ਉਹਦੇ ਨਾਲ? ਮੈਨੂੰ ਨਹੀਂ ਲੱਗਦਾ ਵੀ ਤੈਨੂੰ ਹੱਕ ਹੈ ਇਹ ਗੱਲ ਪੁੱਛਣ ਦਾ, ਕਿਉਂਕਿ ਜਦੋਂ ਮੈਂ ਤੇਰੇ ਤੋਂ ਸਰਫਾਸ ਮੰਗੀ ਸੀ ਕਹਿੰਦਾ ਸੀ ਵੀ ਮੇਰੇ ਤੋਂ ਨਹੀਂ ਆ ਪਾਪ ਹੋਣਾ, ਹੁਣ ਕਿਉਂ ਪੁੱਛਦਾ ਕੀ ਗੱਲ, ਸੱਚਾਈ ਜਾਣਨਾ ਚਾਹੁੰਦਾ? ਹਾਂ ਸੱਚ ਜਾਣਨਾ ਚਾਹੁੰਦਾ ਗਾ, ਤੇ ਛੇਤੀ ਛੇਤੀ ਦੱਸ ਨਾਲੇ ਕੋਈ ਆ ਨਾ ਜਾਵੇ। ਅੱਛਾ ਤੈਨੂੰ ਕਿਉਂ ਡਰ ਲੱਗਣ ਲੱਗ ਗਿਆ ਆਪਣੇ ਭਰਾ ਤੋਂ? ਪਹਿਲਾਂ ਤਾਂ ਤੂੰ ਬਾਹਲਾ ਵੱਡਾ ਵੇਲੀ ਬਣਦਾ ਸੀ। ਉਹ ਯਾਰ ਤੂੰ ਕੰਮ ਵਾਲੀ ਗੱਲ ਤੇ ਕਿਉਂ ਨਹੀਂ ਆਉਂਦੀ ਹੈਗੀ, ਹੋਰ ਹੀ ਪਾਸੇ ਗੱਲਾਂ ਘੁਮਾਈ ਜਾਂਦੀਆਂ, ਤੂੰ ਮੈਨੂੰ ਸਿੱਧੀ ਹੋ ਕੇ ਦੱਸ ਤਾਈ ਦੀ ਡੈਥ ਕਿਵੇਂ ਹੋਈ ਹੈਗੀ? ਕਰੰਟ ਲੱਗਣ ਨਾਲ ਹੋਈ ਹੈ, ਮੈਂ ਮਾਰੀ ਹੈ ਤੇਰੀ ਤਾਈ, ਜਦੋਂ ਤੂੰ ਮੰਨਿਆ ਨਹੀਂ ਸੀ ਨਾ ਸਲਫਾਸ ਲੈ ਕੇ ਆਉਣ ਨੂੰ, ਤਾਂ ਮੈਨੂੰ ਹੀ ਕੁਛ ਨਾ ਕੁਛ ਕਰਨਾ ਪਿਆ ਨਾਲੇ। ਹਾਂ ਇਹਦੇ ਵਿੱਚ ਬਰਾਬਰ ਦਾ ਜ਼ਿੰਮੇਵਾਰ ਵੀ ਤੂੰ ਹੀ ਹੈ। ਕਿਉਂ ਮੈਂ ਕੀ ਕੀਤਾ ਗਾ, ਮੈਂ ਕਿਉਂ ਜ਼ਿੰਮੇਵਾਰ ਹਾਂਗਾ, ਜ਼ਿੰਮੇਵਾਰ ਤੂੰ ਹੈਗੀ, ਨਾਲੇ ਮੈਂ ਤੈਨੂੰ ਕਦੋਂ ਕਿਹਾ ਸੀਗਾ ਵੀ ਤਾਈ ਨੂੰ ਤੂੰ ਮਾਰ ਦੇ, ਐਵੇਂ ਤੂੰ ਆਪਣੇ ਕੋਲੋਂ ਤਾਈ ਦਾ ਕਤਲ ਕਰਕੇ ਮੇਰੇ ਸਿਰ ਲਾਈ ਜਾਂਦੀ ਹੈ, ਸਗੋਂ ਮੈਂ ਤਾਂ ਤੈਨੂੰ ਰੋਕਿਆ ਸੀਗਾ ਵੀ ਤੂੰ ਆਹ ਕੰਮ ਨਾ ਕਰ। ਪਤਾ ਲੱਗ ਗਿਆ ਸੀ ਮੇਰੀ ਸੱਸ ਨੂੰ ਕਿ ਮੇਰਾ ਤੇਰੇ ਨਾਲ ਚੱਕਰ ਚੱਲਦਾ ਨਾਲੇ। ਹਾਂ ਆਹੀ ਗੱਲ ਤੇਰੇ ਘਰੇ ਜਾਣੀ ਸੀ ਤੇ ਨਾਲੇ ਮੇਰੇ ਘਰ ਵਾਲੇ ਕੋਲ, ਇਹ ਸਭ ਮੈਂ ਆਪਣੇ ਭਲੇ ਵਾਸਤੇ ਕੀਤਾ ਤੇ ਹਾਂ ਤੂੰ ਇਹ ਗੱਲ ਨਾ ਯਾਦ ਰੱਖੀ।
ਉਹ ਯਾਰ ਮੈਨੂੰ ਨਹੀਂ ਪਤਾ ਹੈਗਾ, ਤੂੰ ਆਪ ਨਹੀਂ ਧਿਆਨ ਰੱਖ ਸਕਦੀ ਸੀਗੀ, ਐਂ ਘਰਦਿਆਂ ਨੂੰ ਕਿਵੇਂ ਪਤਾ ਲੱਗ ਜਾਂਦਾ? ਉਹ ਤਾਂ ਸਾਰੀ ਦਿਹਾੜੀ ਮੈਨੂੰ ਫੋਨ ਕਮਾਈ ਜਾਂਦੀ ਹੁੰਦੀ ਸੀ ਤੂੰ। ਤੈਨੂੰ ਪਿਆਰ ਕਰਦੀ ਆ ਤਾਂ ਹੀ ਉਹ ਤੈਨੂੰ ਫੋਨ ਘੁਮਾਉਂਦੀ ਸੀ ਨਾਲੇ। ਹਾਂ ਹੁਣ ਤਾਂ ਮੇਰੀ ਸੱਸ ਮਰ ਗਈ, ਹੁਣ ਤਾਂ ਕਿਸੇ ਨੂੰ ਕੋਈ ਖਬਰ ਨਹੀਂ। ਪਹਿਲਾਂ ਤਾਂ ਮੇਰੀ ਸੱਸ ਆਪਣੇ ਰਾਹ ਵਿੱਚ ਰੌੜਾ ਬਣਦੀ ਸੀ, ਹੁਣ ਤਾਂ ਆਪਾਂ ਕਦੋਂ ਵੀ ਕਿਤੇ ਵੀ ਮਿਲ ਸਕਦੇ ਹਾਂ। ਉਹ ਬਸ ਕਰ ਯਾਰ, ਮੈਂ ਨਹੀਂ ਕਿਤੇ ਮਿਲਣਾ ਮੁਲਣਾ ਹੈਗਾ, ਮੈਨੂੰ ਤਾਂ ਤੇਰੇ ਆਹ ਕਤਲ ਦੇ ਕਾਰਨਾਮੇ ਟਰਾਈ ਜਾਂਦੇ ਨੇਗੇ। ਐਵੇਂ ਨਾ ਡਰ, ਇਹ ਸਾਰਾ ਕੁਛ ਮੈਂ ਆਪਣੇ ਸਿਰ 'ਤੇ ਕੀਤਾ, ਮੈਂ ਤੇਰੀ ਇਹਦੇ ਵਿੱਚ ਕੋਈ ਹੈਲਪ ਨਹੀਂ ਦਿੱਤੀ। ਨਾਲੇ ਤੂੰ ਪਹਿਲਾਂ ਮੈਨੂੰ ਪਿਆਰ ਨਾਲ ਬੋਲਦਾ ਸੀ, ਹੁਣ ਤਾਂ ਤੇਰੀ ਬੋਲੀ ਚੇਂਜ ਹੋ ਗਈ। ਉਹ ਯਾਰ ਬੋਲੀ ਕਾਹਨੂੰ ਚੇਂਜ ਹੋਈ ਹੈਗੀ, ਮੈਂ ਤਾਂ ਬਸ ਆਹ ਤਾਈ ਵਾਲੀ ਗੱਲ ਤੋਂ ਡਰੀ ਜਾਂਦਾ ਕਿਤੇ ਕਿਸੇ ਨੂੰ ਪਤਾ ਨਾ ਲੱਗ ਜੇ। ਕਿਸੇ ਨੂੰ ਨਾ ਕੰਨੋ ਕੰਨੀ ਖਬਰ ਵੀ ਨਹੀਂ ਹੋਣੀ, ਜੇ ਤੂੰ ਐਵੇਂ ਵਾਰ ਵਾਰ ਬੋਲੀ ਜਾਏਂਗਾ ਨਾ ਫਿਰ ਤਾਂ ਜ਼ਰੂਰ ਕਿਸੇ ਨੂੰ ਪਤਾ ਲੱਗ ਹੀ ਜਾਣਾ। ਜੇ ਆਪਾਂ ਦੁਬਾਰੇ ਇਸੇ ਬਾਰੇ ਗੱਲ ਨਹੀਂ ਕਰਾਂਗੇ ਨਾ ਤਾਂ ਕਿਸੇ ਨੂੰ ਕਿਵੇਂ ਪਤਾ ਲੱਗ ਜੂ? ਚੱਲ ਠੀਕ ਹੈ, ਮੈਂ ਚੱਲਦਾ ਹੁਣ, ਕਿਤੇ ਬਾਈ ਨਾ ਆ ਜਾਏ ਕਿਤੇ। ਉਹ ਕਿਤੇ ਨਹੀਂ ਆਉਂਦਾ ਤੇਰਾ ਬਾਈ, ਖੇਤ ਗਿਆ ਕੱਖ ਬੀਜਣ, ਐਡੀ ਛੇਤੀ ਨਹੀਂ ਆਉਂਦਾ, ਸ਼ਾਮੀ ਆਊਗਾ, ਨਾਲੇ ਹੁਣੇ ਘੰਟੇ ਪਹਿਲਾਂ ਤਾਂ ਗਿਆ। ਤੂੰ ਬੈਠ, ਮੈਂ ਤੇਰੇ ਲਈ ਚਾਹ ਬਣਾਉਂਦੀ ਹਾਂ। ਜੇ ਤੈਨੂੰ ਬਾਈ ਤੋਂ ਇੰਨਾ ਹੀ ਡਰ ਲੱਗਦਾ ਨਾ ਤਾਂ ਬਾਈ ਦਾ ਕੰਡਾ ਵੀ ਕੱਢ ਹੀ ਦਿੰਦੇ ਹਾਂ, ਨਾ ਰਹੂ ਬਾਂਸ ਅਤੇ ਨਾ ਹੀ ਵੱਜੂ ਬਾਂਸਰੀ। ਬਸ ਯਾਰ ਰਹਿਣ ਦੇ, ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਤਲ 'ਤੇ ਕਤਲ ਕਰਦੀ ਨੂੰ? ਉਹ ਯਾਰ ਤੈਨੂੰ ਮਿਲੂਗਾ ਕਿ ਇੰਨੇ ਕਤਲ ਕਰਕੇ? ਜੇ ਹੁਣ ਤਾਂ ਬਾਈ ਨਾਲ ਕੁਛ ਕੀਤਾ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ, ਇਹ ਗੱਲ ਤੂੰ ਯਾਦ ਰੱਖੀ, ਤੂੰ ਮੈਨੂੰ ਵੀ ਗਵਾ ਲੇਂਗੀ ਜੇ ਤੂੰ ਮੇਰੇ ਬਾਈ ਨੂੰ ਕੁਛ ਕੀਤਾ। ਉਹ ਨਹੀਂ ਕਰਦੀ ਤੇਰੇ ਬਾਈ ਨਾਲ ਕੁਛ, ਤੂੰ ਟੈਨਸ਼ਨ ਕਿਉਂ ਲੈਂਦਾ? ਤੈਨੂੰ ਪਾਉਣ ਖਾਤਰ ਤਾਂ ਆਪਣੀ ਸੱਸ ਮਾਰੀ ਹੈ ਅਤੇ ਹੁਣ ਤੈਨੂੰ ਪਾਉਣ ਵਾਸਤੇ ਆਪਣਾ ਘਰ ਵਾਲਾ ਥੋੜ੍ਹੀ ਮਾਰੂੰਗੀ। ਚੱਲ ਠੀਕ ਆ ਯਾਰ, ਹੁਣ ਮੈਂ ਚੱਲਦਾਗਾ, ਤੈਨੂੰ ਪਤਾ ਹੁਣ ਮਾਹੌਲ ਸਹੀ ਨਹੀਂ ਹੈਗਾ, ਨਾਲੇ ਮੈਨੂੰ ਘਰ ਕੰਮ ਵੀ ਨਹੀਂ ਕਈ। ਅੱਛਾ, ਇਹੋ ਜਿਹੇ ਕਿਹੜੇ ਕੰਮ ਨੇ ਜਿਹੜੇ ਮੇਰੇ ਤੋਂ ਜ਼ਰੂਰੀ ਹੋ ਗਏ? ਉਹ ਯਾਰ ਹੈਗੇ ਨੇ ਕੰਮ, ਹੁਣ ਮੈਂ ਤੈਨੂੰ ਇਕੱਲਾ ਇਕੱਲਾ ਦੱਸਾਂ, ਨਾਲੇ ਆਪਾਂ ਹੁਣ ਇੱਥੇ ਨਹੀਂ ਆਪਾਂ ਸ਼ਹਿਰ ਮਿਲਾਂਗੇ। ਤੂੰ ਐਂ ਕਰੀ ਪੇਕੇ ਦਾ ਬਹਾਨਾ ਲਾ ਕੇ ਆ ਜਾਈਂ, ਉੱਧਰ ਮੈਂ ਆ ਜਾਊਂਗਾ। ਅੱਛਾ, ਕਦੋਂ ਅਤੇ ਕਿੱਥੇ ਅਤੇ ਨਾਲੇ ਕਿੰਨੇ ਵਜੇ? ਉਹ ਯਾਰ ਹਜੇ ਤੂੰ ਰੁਕ ਜਾ, ਹਜੇ 15-20 ਦਿਨਾਂ ਤੱਕ ਦੇਖ ਦਿਆਂਗੇ। 15-20 ਦਿਨ ਤਾਂ ਬਹੁਤ ਦੂਰ ਦੀ ਗੱਲ ਹੈ, ਅੱਜ ਕੱਲ੍ਹ ਦੀ ਗੱਲ ਕਰ। ਉਹ ਯਾਰ ਤੇਰਾ ਦਿਮਾਗ ਖਰਾਬ ਹੈਗਾ, ਅੱਜ ਕੱਲ੍ਹ ਦੀ ਦੱਸ ਕਿਵੇਂ ਗੱਲ ਕਰਾਂ? ਨਾਲੇ ਤੂੰ ਵੀ ਤਾਂ ਘਰੇ ਕੋਈ ਬਹਾਨਾ ਲਾਵੇਂਗੀ, ਨਾਲੇ ਮੇਰੇ ਲਈ ਵੀ ਤਾਂ ਟਾਈਮ ਹੋਣਾ ਚਾਹੀਦਾ, ਪਤਾ ਕਿੰਨੇ ਫੋਨ ਆਉਂਦੇ ਨੇ ਬਜਾਜ ਵਾਲਿਆਂ ਦੇ। ਚੱਲ ਠੀਕ ਆ, ਤੂੰ ਮੈਨੂੰ ਫੋਨ ਲਾ ਲਿਆ ਕਰ, ਵੈਸੇ ਵੀ ਮੇਰਾ ਤੇਰੇ ਬਿਨਾਂ ਦਿਲ ਨਹੀਂ ਲੱਗਦਾ। ਕੋਈ ਨਾ, ਫੋਨ ਮੈਂ ਤੈਨੂੰ ਲਾ ਲਿਆ ਕਰੂੰਗਾ, ਤੂੰ ਜਮਾਂ ਫਿਕਰ ਨਾ ਕਰ। ਪਰ ਇੱਕ ਗੱਲ ਦਾ ਧਿਆਨ ਰੱਖੀ, ਤੂੰ ਇੱਧਰੋਂ ਫੋਨ ਨਹੀਂ ਲਾਉਣਾ ਹੈਗਾ, ਤੂੰ ਬਚ ਜਾ ਜਿੰਨਾ ਬਚਿਆ ਜਾਂਦਾ ਹੈਗਾ, ਕਿਸੇ ਨੂੰ ਪਤਾ ਨਾ ਲੱਗ ਜੇ ਨਾਲੇ। ਇਹ ਸਮਝਦਾ ਕਿਉਂ ਨਹੀਂ, ਇਹਨੂੰ ਮੈਂ ਆਪਣੀ ਜਾਨ ਨਾਲੋਂ ਵੀ ਵੱਧ ਕੇ ਪਿਆਰ ਕਰਦੀ ਹਾਂ। ਇਹਦੇ ਖਾਤਰ ਤਾਂ ਮੈਂ ਆਪਣੀ ਸੱਸ ਨੂੰ ਮਾਰਿਆ ਸੀ ਅਤੇ ਹੁਣ ਨਖਰੇ ਕਰਦਾ ਫਿਰਦਾ, ਇਹਨੂੰ ਭਰੋਸਾ ਨਹੀਂ ਮੇਰੇ ਪਿਆਰ 'ਤੇ, ਮੈਨੂੰ ਕਹਿੰਦਾ ਫੋਨ ਨਾ ਲਾਈ। ਲੈ ਦੱਸ ਫੋਨ ਕਿਉਂ ਨਾ ਲਾਵਾਂ, ਇਹਨੇ ਹੀ ਮੈਨੂੰ ਦੁਖੀ ਕੀਤਾ ਪਿਆ, ਅਸਲ ਵਿੱਚ ਤਾਂ ਹੀ ਉਦੋਂ ਦਾ ਮੱਚਿਆ ਫਿਰਦਾ ਜਦੋਂ ਦਾ ਮੈਂ ਆਪਣੀ ਸੱਸ ਨੂੰ ਮਾਰਿਆ। ਪੁੱਤ ਤੇਰੀ ਖਾਤਰ ਤਾਂ ਜਿਹਨੂੰ ਵੀ ਮਾਰਨਾ ਪੈਣਾ ਮੈਂ ਮਾਰਦੀ ਜਾਊਂਗੀ, ਹਾਲੇ ਤਾਂ ਸ਼ੁਰੂਆਤ ਹੈ। ਹਾਂ ਆ ਗਿਆ। ਪਾਣੀ ਲਿਆਵਾਂ ਤੁਹਾਡੇ ਵਾਸਤੇ? ਪਾਣੀ ਤਾਂ ਮੈਂ ਖੇਤੋਂ ਪੀ ਆਇਆ ਸੀ, ਤੂੰ ਐਂ ਕਰ ਗੀਜ਼ਰ ਲਾ ਦੇ, ਮੈਂ ਨਹਾਉਣਾਗਾ। ਚਲੋ ਠੀਕ ਆ, ਮੈਂ ਗੀਜ਼ਰ ਲਾ ਦਿੰਦੀ ਹਾਂ ਅਤੇ ਨਾਲੇ ਤੁਹਾਡੇ ਕੱਪੜੇ ਕੱਢ ਦਿੰਦੀ ਹਾਂ। ਓਏ ਹੋਰ ਯਾਰ, ਇੱਕ ਤਾਂ ਹੁਣੀ ਹੁਣੀ ਮੰਮੀ ਦੀ ਡੈਥ ਹੋਈ ਹੈਗੀ ਅਤੇ ਉੱਤੋਂ ਇਹਨਾਂ ਨੇ ਵਿਆਹ ਰੱਖ ਰੱਖਿਆ ਹੈਗਾ ਅਤੇ ਮੈਨੂੰ ਫੋਨ ਲਾ ਕੇ ਕਹਿੰਦਾ ਵੀ ਕੱਪੜੇ ਸੰਭਾਲਾ, ਵਿਆਹ 'ਚ ਥੋੜ੍ਹੀ ਦਿਨ ਰਹਿ ਗਏ। ਕਿਹਦਾ ਵਿਆਹ ਹੈ ਅਤੇ ਕਿਹਦੇ ਵਿਆਹ 'ਤੇ ਜਾਣਾ ਆਪਾਂ? ਓਏ ਹੋਰ ਕੀਤਾ, ਤੇਰੇ ਲਾਡਲੇ ਦਿਓਰ ਦਾ ਵਿਆਹ ਹੈਗਾ ਅਤੇ ਉਹਨਾਂ ਨੇ ਕੁੜੀ ਵੀ ਬਾਹਰਲੀ ਲੱਭੀ ਹੈਗੀ, ਆਹੀ ਅਪ੍ਰੈਲ ਦਾ ਵਿਆਹ, ਨਾਲੇ ਛੇਤੀ ਜਹਾਜ਼ ਚੜ੍ਹ ਜਾਣਾ ਉਹਨੇ।
ਛੋਟੇ ਦਾ ਵਿਆਹ? ਮੈਨੂੰ ਤਾਂ ਕਿਸੇ ਨੇ ਦੱਸਿਆ ਨਹੀਂ। ਤੁਹਾਨੂੰ ਜ਼ਰੂਰ ਕੋਈ ਗਲਤ ਫਹਿਮੀ ਹੋ ਗਈ ਹੋਣੀ। ਉਹ 'ਚ ਗਲਤ ਫਹਿਮੀ ਵਾਲੀ ਕਿਹੜੀ ਗੱਲ ਆ ਗਈ? ਆਲੇ ਨੇ ਸਤਨਾਮ ਕਿਹਾ ਡੀਜੇ ਬੁੱਕ ਕਰਾਇਆ, ਉਹ ਵੀ ਇੱਥੇ ਇੱਥੇ ਕਰਨਗੇ, ਵਿਆਹ 'ਚ ਤਾਂ ਵੱਡਾ ਪ੍ਰੋਗਰਾਮ ਕਰਨਗੇ। ਉਹ ਇੱਥੇ ਤਾਂ ਮੰਮੀ ਦੀ ਡੈਥ ਕਰਕੇ ਬੜਾ ਵੱਡਾ ਪ੍ਰੋਗਰਾਮ ਕਰਦੇ ਨਹੀਂ ਹੈਗੇ, ਉਹ ਪੈਲਸ 'ਚ ਤਾਂ ਇਹਨਾਂ ਨੇ ਬਹੁਤ ਵੱਡਾ ਪ੍ਰੋਗਰਾਮ ਰੱਖਿਆ। ਬਾਕੀ ਉਹ ਬਾਹਰਲੇ ਵੀ ਨੇ, ਇਹਨਾਂ ਨੂੰ ਵੀ 20 ਕਿੱਲੇ ਆਉਂਦੇ ਨੇ, ਤਕੜਿਆਂ ਦੇ ਤਾਂ ਕੰਮ ਤਕੜੀ ਹੁੰਦੇ ਨੇ। ਅੱਛਾ, ਮੈਨੂੰ ਨਹੀਂ ਪਤਾ ਸੀ ਵੀ ਉਹਦਾ ਵਿਆਹ ਹੈ, ਉਹਨੇ ਤਾਂ ਅੱਜ ਤੱਕ ਮੇਰੇ ਨਾਲ ਕਦੇ ਗੱਲ ਹੀ ਨਹੀਂ ਕੀਤੀ। ਉਹ ਗੱਲ ਤਾਂ ਨਹੀਂ ਕੀਤੀ ਆਪਣੀ ਮੰਮੀ ਦੀ ਡੈਥ ਕਰਕੇ, ਨਹੀਂ ਤਾਂ ਉਹ ਵਿਚਾਰੇ ਆਪਾਂ ਨੂੰ ਕਹਿ ਕੇ ਜਾਂਦੇ। ਉਹ ਤਾਂ ਵਿਚਾਰੇ ਬੋਲੇ ਜੇ ਨਹੀਂ ਹੈਗੇ, ਆਪਣੇ ਕਰਕੇ ਤਾਂ ਇਹਨਾਂ ਨੇ ਐਡਾ ਵੱਡਾ ਪ੍ਰੋਗਰਾਮ ਵੀ ਬੰਦ ਕਰਤਾ। ਉਹ ਤਾਂ ਇਹਨਾਂ ਨੇ ਵਿਆਹ ਵੀ ਪਹਿਲਾਂ ਕਢਵਾ ਲਿਆ ਸੀਗਾ, ਨਹੀਂ ਤਾਂ ਇਹ ਵਿਆਹ ਵੀ ਮਗਰੋਂ ਕਰਦੇ। ਬਾਕੀ ਕੁੜੀ ਨੇ ਬਾਹਰੇ ਜਾਣਾ ਯਾਰ, ਗਾਹਾਂ ਵਾਲੇ ਵੀ ਕਾਹਲੀ ਕਰੀ ਜਾਂਦੇ ਨੇ। ਠੀਕ ਹੈ, ਕਿਹੜੀ ਤਰੀਕ ਦਾ ਵਿਆਹ ਹੈ ਉਹਨਾਂ ਦਾ? ਆਹੀ 27 ਤਰੀਕ ਦਾ ਵਿਆਹ। ਕਿੱਥੇ ਹੋਇਆ ਇਸ ਦਾ ਮੰਗਣਾ? ਉਹ ਬਰੇਟੇ ਹੋਇਆ, ਇਹ ਤਾਂ ਕਹਿੰਦੇ ਕਹਾਉਂਦੇ ਸਰਦਾਰ ਨੇ, ਨਾਲੇ ਬਰੇਟਾ ਤਾਂ ਸ਼ਹਿਰ ਹੈ, ਕੋਈ ਪਿੰਡ ਤਾਂ ਹੋਰ ਹੈਗਾ ਮੇਰੇ ਦਿਮਾਗ 'ਚ ਨਹੀਂ ਹੈਗਾ। ਨਾਲੇ ਤੂੰ ਇੰਨੀ ਪੁੱਛ ਪੜਤਾਲ ਜੀ ਕਦੋਂ ਕਰੀ ਜਾਂਦੀ ਹੈ? ਮੈਂ ਤਾਂ ਵੈਸੇ ਹੀ ਪੁੱਛ ਲਿਆ, ਤੁਸੀਂ ਐਂ ਕਰੋ ਤੁਸੀਂ ਨਾਲੋ, ਮੈਂ ਗੀਜ਼ਰ ਔਨ ਕਰ ਜਾਂਦੀ ਹਾਂ। ਚੱਲ ਠੀਕ ਆ, ਮੈਂ ਨਹਾ ਲੈਣਾ, ਤੌੜੀਆਂ ਚੱਕ ਲਿਆ। ਵਿਆਹ ਤਾਂ ਤੇਰਾ ਮੈਂ ਹੋਣ ਨਹੀਂ ਦਿੰਦੀ, ਇਹ ਤਾਂ ਤੂੰ ਭੁਲੇਖੇ ਕੱਢ ਦੇ ਵੀ ਤੂੰ ਵਿਆਹ ਕਰਵਾ ਲੇਂਗਾ। ਹੁਣ ਦੇਖੀ ਕਿਵੇਂ ਤੇਰਾ ਜਲੂਸ ਕੱਢੂੰਗੀ ਸਾਰੇ ਪਿੰਡ ਸਾਹਮਣੇ, ਨਾਲੇ ਜਾਊਂਗੀ ਤੇਰੇ ਸਹੁਰਿਆਂ ਘਰੇ, ਉਹਨਾਂ ਨੂੰ ਵੀ ਸਭ ਕੁਝ ਦੱਸ ਕੇ ਆਊਂਗੀ ਤੇਰੇ ਮੇਰੇ ਬਾਰੇ। ਹੁਣ ਤੂੰ ਦੇਖੀ ਚੱਲ ਤੇਰੇ ਨਾਲ ਬਣਦਾ ਕੀ ਹੈ। ਗੂਰੀ ਪੁੱਤ ਘਰੀ ਆ? ਹਾਂ ਜੀ ਹਾਂ ਚਾਚੀ, ਆ ਜਾ ਆ ਜਾ। ਹੋਰ ਕਿਵੇਂ ਆ? ਠੀਕ ਆ? ਵਧੀਆ ਵਧੀਆ, ਤੁਸੀਂ ਦੱਸੋ ਚਾਚੀ ਠੀਕ ਹੋ? ਠੀਕ ਆ ਵਧੀਆ ਪੁੱਤ, ਕੀ ਬਣਦਾ? ਬਸ ਕੁਛ ਨਹੀਂ ਬਣਦਾ, ਬਸ ਆਹੀ ਕੰਮ ਕਾਰ ਚੱਲੀ ਜਾਂਦੇ ਨੇ, ਕਦੇ ਖੇਤ ਕਦੇ ਘਰੇ। ਹੋਰ ਤੁਸੀਂ ਦੱਸੋ? ਹਾਂ ਠੀਕ ਆ ਪੁੱਤ, ਬਸ ਟਾਈਮ ਪਾਸ ਆ। ਬਹੂ ਰਾਣੀ ਦਿੰਦੀ ਨਹੀਂ ਕਿਤੇ? ਬਹੂ ਰਾਣੀ ਵੀ ਅੰਦਰ ਹੀ ਆ ਗਈ। ਮੀਤ? ਹਾਂ ਜੀ ਆ ਗਈ ਜੀ। ਆ ਚਾਚੀ ਇਹਨੇ ਚਾਹ ਬਣਾ ਕੇ ਲਿਆ। ਬਸ ਪੁੱਤ ਚਾਹ ਤਾਂ ਪੈਰੀ ਪੈਣੀ ਆ ਮੰਮੀ ਜੀ। ਜਿਉਂਦੀ ਵਸਦੀ ਰਹਿ ਪੁੱਤ, ਚਾਹ ਤਾਂ ਮੈਂ ਪੀ ਆਈ। ਹੋਰ ਠੀਕ ਆ? ਹਾਂ ਜੀ ਵਧੀਆ, ਤੁਸੀਂ ਦੱਸੋ? ਮੈਂ ਤੇਰੀ ਚਾਚੀ ਆ ਪੁੱਤ, ਮੈਂ ਤੇਰੀ ਮੰਮੀ ਨਹੀਂ ਹੈਗੀ। ਮੈਨੂੰ ਪਤਾ ਤੈਨੂੰ ਸੱਸ ਦੀ ਯਾਦ ਆਉਂਦੀ ਹੋਣੀ ਆ, ਮੈਂ ਸਮਝ ਸਕਦੀ ਹਾਂ ਧੀਏ। ਹਾਂਜੀ ਮੇਰਾ ਨਾ ਦਿਲ ਕਰਦਾ ਤੁਹਾਨੂੰ ਮੰਮੀ ਕਹਿਣ ਨੂੰ। ਕੋਈ ਨਾ, ਤੇਰਾ ਦਿਲ ਕਰਦਾ ਮੰਮੀ ਕਹਿਣ ਨੂੰ, ਕਹਿ ਲਿਆ ਕਰ। ਕੋਈ ਗੱਲ ਨਹੀਂ, ਹੁਣ ਬੰਟੀ ਦਾ ਵਿਆਹ ਆ ਗਿਆ, ਕੱਪੜਾ ਲੀੜਾ ਸਮਿਆਰਾ ਵਧੀਆ। ਛੋਟੇ ਦਾ ਵਿਆਹ? ਹਾਂ ਪੁੱਤ, ਵੈਸੇ ਤਾਂ ਹਜੇ ਰੱਖਣਾ ਨਹੀਂ ਸੀ ਵਿਆਹ, ਉਹ ਕੁੜੀ ਨੇ ਬਾਹਰ ਜਾਣਾ ਤਾਂ ਕਰਕੇ ਜਲਦਬਾਜ਼ੀ 'ਚ ਹੁਣ ਮਹਾਂ ਚੱਲ ਨਿਬੇੜ ਦਿੰਦੇ ਹਾਂ ਕੰਮ। ਵਿਆਹ ਰੱਖ ਲਿਆ ਤੁਸੀਂ? ਹਾਂ ਪੁੱਤ, 11 ਦਿਨ ਰਹਿ ਗਏ ਵਿਆਹ 'ਚ, ਹੁਣ ਤੁਹਾਡਾ ਰੋਟੀ ਟੁੱਕ ਉੱਧਰ ਹੀ ਆ, ਉੱਧਰ ਹੀ ਰਹੋ ਹੁਣ। ਉਹ ਫਿਕਰ ਨਾ ਕਰੋ ਚਾਚੀ ਜੀ, ਆਪਣੇ ਘਰ ਦੀ ਵਿਆਹ ਗਾ, ਤੁਸੀਂ ਐਵੇਂ ਟੈਨਸ਼ਨ ਨਾ ਲਓ। ਲੈ ਪੁੱਤ, ਆਪਦੇ ਦਿਓਰ ਦੇ ਸੁਰਮਾ ਤੂੰ ਹੀ ਪਾਉਣਾ, ਹੁਣ ਮੇਰੇ ਤਾਂ ਪੇਕਿਆਂ ਦੇ ਵਿੱਚ ਸਾਰੇ ਮੁੰਡੇ ਕੁਆਰੇ ਨੇ, ਸਾਡੇ ਤਾਂ ਹੁਣ ਨਵੀਂ ਨੂੰ ਵਾਲੀ ਵਿਆਹਟੀ ਤੂੰ ਹੀ ਆ। ਹਾਂਜੀ ਜ਼ਰੂਰ, ਬੰਟੀ ਮਿਲਿਆ ਤਾਂ ਕਿੰਨੀ ਵਾਰ ਹੈ, ਪਰ ਉਹਨੇ ਕਦੇ ਵਿਆਹ ਦੀ ਤਰੀਕ ਨਹੀਂ ਦੱਸੀ ਮੈਨੂੰ। ਪੁੱਤ 10 ਕੁ ਦਿਨ ਹੋਏ ਨੇ ਹਜੇ ਵਿਆਹ ਰੱਖੇ ਨੂੰ, ਹੈਂ ਕਾਰਡ ਛਪਾਉਣੇ ਦਿੱਤੇ ਹੋਏ ਨੇ, ਕਾਰਡ ਦੇ ਕੇ ਜਾਊਂ, ਬੇਫਿਕਰ ਰਹਿ ਤੂੰ, ਉਹ 'ਤੇ ਪੱਕੀ ਤਰੀਕ ਲਿਖੀ ਹੋਈ ਆ। ਜੀ ਲੈ ਪੁੱਤ, ਸੁਰਮਾ ਵੀ ਤੂੰ ਹੀ ਪਾਉਣਾ, ਬਹੂ ਨੂੰ ਗੱਡੀ 'ਚੋਂ ਵੀ ਤੂੰ ਹੀ ਲਾਉਣਾ। ਹਾਂਜੀ ਜ਼ਰੂਰ। ਜੇ ਤੇਰੀ ਮੰਮੀ ਹੁੰਦੀ ਫਿਰ ਤਾਂ ਮੈਨੂੰ ਵੀ ਫਿਕਰ ਨਹੀਂ ਸੀ, ਹੁਣ ਕੀ ਕਰੀਏ, ਉਹ ਤਾਂ ਤੈਨੂੰ ਆਪ ਹੀ ਲੈ ਆਉਂਦੀ, ਹੁਣ ਖੁਸ਼ੀ 'ਚ ਵੀ ਗਮੀ 'ਚ ਵੀ ਤੈਨੂੰ ਹੀ ਖੜਨਾ ਪੈਣਾ। ਹਾਂ ਚਾਚੀ ਇਹ ਤਾਂ ਹੈ। ਲੈ ਪੁੱਤ, ਜੇ ਆਪਾਂ ਕਿਸੇ ਦੇ ਦੁੱਖ ਸੁੱਖ 'ਚ ਜਾਵਾਂਗੇ ਤਾਂ ਆਪਣੇ ਆਊ। ਚੰਗਾ, ਮੈਂ ਤਾਂ ਜਾਂਦੀ ਹਾਂ, ਨਾਲੇ ਤਾਂ ਬਹੂ ਦੀ ਬਰੀ ਲੈਣ ਜਾਣਾ, ਆਇਓ ਜ਼ਰੂਰ। ਚੰਗਾ ਠੀਕ ਆ ਚਾਚੀ, ਪਹੁੰਚਿਓ ਪੁੱਤ, ਚੰਗਾ ਬਾਹਰ ਤੱਕ ਛੱਡ ਆਉਣਾ।
ਲੈ ਫਿਰ ਸੰਭਾਲਾ ਹੁਣ ਸੂਟ, ਹੁਣ ਤੇਰੀ ਦਰਾਣੀ ਆ ਰਹੀ ਆ ਸਿਮਰਨ। ਸਿਮਰਨ, ਤੁਹਾਨੂੰ ਕਿਵੇਂ ਪਤਾ ਉਹਦਾ ਨਾਮ? ਉਹ ਮੈਨੂੰ ਚਾਚੀ ਤੇ ਬੰਟੀ ਨੇ ਦੱਸਿਆ ਸੀ ਉਹਦਾ ਨਾਮ, ਤੇ ਗੱਲਾਂ ਦੀ ਕੁੜੀ ਆ ਉਹ, ਕਹਿੰਦੇ ਕਹਾਉਂਦੇ ਸਰਦਾਰ ਨੇ ਉਹ। ਅੱਛਾ ਚੱਲ ਠੀਕ ਆ, ਮੈਂ ਕੰਮ ਕੁੰਮ ਕਰਦਾ ਹੁਣ, ਖੇਤ ਜਾ ਕੇ ਆਉਣਾ, ਧਿਆਨ ਰੱਖੀ ਆ ਉਹਦਾ। ਠੀਕ ਹੈ ਜੀ। ਅੱਛਾ ਇਹਨੇ ਮੈਨੂੰ ਵਿਆਹ ਦੀ ਤਰੀਕ ਵੀ ਨਹੀਂ ਦੱਸੀ। ਕੋਈ ਨਾ, ਵਿਆਹ ਤਾਂ ਤੇਰਾ ਮੈਂ ਹੁਣ ਨਹੀਂ ਦਿੰਦੀ। ਉੱਤੋਂ ਕੁੜੀ ਦਾ ਨਾਮ ਕੀ ਹੈ? ਸਿਮਰਨ। ਅਤੇ ਗੋਤ ਗਿੱਲ। ਕੋਈ ਨਾ, ਹੁਣ ਮੈਂ ਹੀ ਤੈਨੂੰ ਦੱਸਦੀ ਹਾਂ ਕਿਵੇਂ ਵਿਆਹ ਹੁੰਦਾ ਤੇਰਾ। ਹੁਣੇ ਪਤਾ ਲੱਗ ਜਾਣਾ ਤੇਰੀ ਹੋਣ ਵਾਲੀ ਵਾਈਫ ਅਤੇ ਮੇਰੀ ਸੌਂਕਣ ਕੌਣ ਹੈ। ਮੈਂ ਹੁਣੇ ਦੇਖਦੀ ਹਾਂ ਫੇਸਬੁੱਕ 'ਤੇ, ਪਤਾ ਲੱਗ ਹੀ ਜਾਣਾ। ਇੱਥੇ ਤਾਂ ਕਿੰਨੀਆਂ ਕੁੜੀਆਂ ਸ਼ੋਅ ਹੋ ਰਹੀਆਂ ਨੇ, ਹੁਣ ਇਹਦੇ 'ਚੋਂ ਕਿਹੜੀ ਹੈ? ਆਹੀ ਲੱਗਦੀ ਹੈ ਸੋਹਣੀ ਜੀ, ਉੱਪਰੋਂ ਨਾਮ ਵੀ ਸਿਮਰਨ ਹੈ, ਉੱਪਰੋਂ ਡ੍ਰੀਮ ਲਾਇਆ ਹੋਇਆ ਕੈਨੇਡਾ ਦਾ, ਕੈਨੇਡਾ ਵਾਲੀ ਦੇ ਖਿਆਲ 'ਚ ਫਿਰਦਾ ਮੇਰਾ ਆਸ਼ਕ। ਇਹਦੀ ਤਾਂ ਮੈਂ ਚੰਗੀ ਆਸ਼ਕੀ ਕਰਾਉਂਦੀ ਹਾਂ ਉਹਦੇ ਨਾਲ। ਕੋਈ ਨਾ, ਕਰਦੀ ਹਾਂ ਮੈਂ ਇਹਨੂੰ ਮੈਸੇਜ, ਅਤੇ ਜਿਹੜੀਆਂ ਮੇਰੇ ਨਾਲ ਇਹਨੇ ਤਸਵੀਰਾਂ ਖਿੱਚੀਆਂ ਨਾ ਸਾਰੀਆਂ ਇਹਨੂੰ ਸੈਂਡ ਕਰਦੀ ਹਾਂ, ਅਤੇ ਤੁੜਵਾਉਣੀ ਹਾਂ ਇਹਦਾ ਰਿਸ਼ਤਾ ਮੈਂ। ਪਾਉਣੀ ਹਾਂ ਮੈਂ ਇਹਦੀ ਅੱਖ 'ਚ ਸੁਰਮਾ, ਅਤੇ ਨਾਲੇ ਲਾਉਣੀ ਹਾਂ ਮੇਰੀ ਗੱਡੀ 'ਚੋਂ ਤੀਵੀਂ। ਲੈ ਵੀ ਦਿਓਰਾ, ਮੰਨ ਲਿਆ ਗਿਆ ਤੇਰਾ ਟੁੱਟਣਾ, ਹੁਣ ਤਾਂ ਪੱਕਾ ਉਹ ਕੈਨੇਡਾ ਵਾਲੀ ਮੈਸੇਜ ਤਾਂ ਜ਼ਰੂਰ ਦੇਖੂਗੀ। ਸਿਮਰ ਦੀ ਆਈਡੀ 'ਤੇ ਮੈਸੇਜ ਕਿਹਦੇ ਆਈ ਜਾਂਦੇ ਨੇ? ਉਹ ਤਾਂ ਗੁਆਂਢਣੀ ਭੇਜੀ ਜਾਂਦੀ ਹੈਗੀ ਮੈਸੇਜ, ਇਹ ਆਪਦੀਆਂ ਦੀ ਮੇਰੀਆਂ ਫੋਟੋਆਂ ਸਿਮਰ ਨੂੰ ਕਿਉਂ ਭੇਜੀ ਜਾਂਦੀ ਹੈਗੀ? ਐਂ ਕਰਦਾ ਪਹਿਲਾਂ ਇਹਨਾਂ ਨੂੰ ਛੇਤੀ ਡਿਲੀਟ ਕਰਾਂ, ਕਿਤੇ ਸਿਮਰ ਦੇਖ ਲਏ। ਇੰਨੀ ਘਟੀਆ ਹਰਕਤ ਕੀਤੀ ਨੇ ਮੇਰੇ ਨਾਲ, ਇਹਨੇ ਤਾਂ ਕੋਈ ਕਸਰ ਨਹੀਂ ਛੱਡੀ ਵੀ ਮੇਰਾ ਰਿਸ਼ਤਾ ਤਰਾਉਣ ਦੇ ਵਿੱਚ, ਇਹਨੂੰ ਤਾਂ ਨਹੀਂ ਮੈਂ ਛੱਡਦਾ ਹੈਗਾ। ਅਮਰੂਦ ਵੀ ਕਦੇ ਨਾਰਾਂ ਦੇ ਭਾਅ ਵਿਖੇ ਨੇਗੇ, ਇਹ ਤਾਂ ਬਸ ਐਂ ਚਾਹੁੰਦੀ ਹੈਗੀ ਵੀ ਮੇਰਾ ਰਿਸ਼ਤਾ ਇਹਦੇ ਨਾਲ ਹੋ ਜੇ। ਜੀ ਤਾਂ ਇਹ ਕਰਦਾ ਨਾ ਮੈਂ ਤਾਂ ਗੋਲੀ ਮਾਰਾਂ, ਪਰ ਨਹੀਂ ਨਹੀਂ ਇਹਦੇ ਨਾਲ ਤਾਂ ਪਿਆਰ ਨਾਲ ਹੀ ਪੇਸ਼ ਆਉਣਾ ਪਊਗਾ। ਜੈਂ ਗੁੱਸੇ ਹੋਊਗਾ ਨਾ, ਐਂ ਨਹੀਂ ਪਤਾ ਕੋਈ ਹੋਰ ਹੀ ਪੰਗਾ ਖੜਾ ਹੋ ਜੇ। ਨਾਲੇ ਇਹਦਾ ਕੀ ਪਤਾ ਬੇਬੂ ਜਨਾਨੀ ਦਾ, ਵਿਆਹ 'ਚ ਆ ਕੇ ਉੱਥੇ ਟੈਂਟ ਪਾੜ ਦੇ। ਮੈਂ ਐਂ ਕਰਦਾਗਾ ਇਹਦੇ ਨਾਲ ਹੁਣ ਚੰਗੀ ਤਰ੍ਹਾਂ ਗੱਲ ਕਰਨੀ ਪਊਗੀ, ਚੰਗੀ ਤਰ੍ਹਾਂ ਇਹਨੂੰ ਪਾਗਲ ਬਣਾਉਣਾ ਪਊਗਾ। ਵੈਸੇ ਤਾਂ ਉਹ ਹੈਗੀ ਤਾਂ ਇਹ ਪਾਗਲ ਹੀ ਹੈ ਜਿਹੜੀ ਆਪਦੇ ਘਰ ਵਾਲੇ ਨੂੰ ਛੱਡ ਕੇ ਮੇਰੇ ਪਿੱਛੇ ਲੱਗੀ ਫਿਰਦੀ ਹੈ। ਵੈਸੇ ਅਰਮੀ ਤਾਂ ਮੈਨੂੰ ਪਤਾ ਨਾ ਤੂੰ ਮੇਰੇ ਵਿਆਹ 'ਤੇ ਬਹੁਤ ਦੁਖੀ ਹੈਗੀ। ਨਾ ਦੁਖੀ ਨਾ ਹੋਵਾਂ ਤਾਂ ਕੀ ਕਰਾਂ, ਤੈਨੂੰ ਹੀ ਅੱਗ ਲੱਗੀ ਹੈ ਵਿਆਹ ਕਰਾਉਣ ਦੀ। ਉਹ ਯਾਰ ਮੈਂ ਕਿਹੜਾ ਉਤਾਵਲਾਂਗਾ ਇਹ ਵਿਆਹ ਕਰਾਉਣ ਨੂੰ? ਜੇ ਉਤਾਵਲਾ ਨਹੀਂ ਹੈਗਾ ਤਾਂ ਕਿਉਂ ਉੱਧਰ ਆਇਆ ਵਿਆਹ? ਉਹ ਯਾਰ ਸੱਚੀ ਗੱਲ ਤਾਂ ਇਹ ਹੈ ਨਾ, ਇਹ ਮੈਨੂੰ ਤਾਂ ਐਂ ਲੱਗਦਾ ਵਿਆਹ ਤਾਂ ਇੱਕ ਸਿਆਪਾ ਹੀ ਹੈਗਾ, ਪਰ ਇਹ ਵਿਆਹ ਯਾਰ ਮੇਰੀ ਮਰਜ਼ੀ ਨਾਲ ਨਹੀਂ ਹੋ ਰਿਹਾ ਨਾ, ਬਸ ਘਰਦਿਆਂ ਦੇ ਧੱਕੇ ਨਾਲ ਹੋ ਰਿਹਾ ਹੈਗਾ। ਤਾਂ ਨਾ ਕਰਦੇ, ਕੀ ਲੋੜ ਪਈ ਆ ਵਿਆਹ ਕਰਾਉਣ ਦੀ? ਉਹ ਯਾਰ ਮੰਮੀ ਨੇ ਮੈਨੂੰ ਧਮਕੀ ਦਿੱਤੀ ਹੈਗੀ, ਮੰਮੀ ਕਹਿੰਦੀ ਯਾਰ ਨਾ ਕਰਤੀ ਨਾ ਮੈਂ ਖੁਦਕੁਸ਼ੀ ਕਰ ਲੂੰਗੀ। ਤਾਂ ਖੁਦਕੁਸ਼ੀ ਮੈਂ ਕਰ ਲੂੰਗੀ, ਜੇ ਤੇਰਾ ਵਿਆਹ ਕਿਤੇ ਹੋਰ ਹੋ ਗਿਆ ਤਾਂ ਮੈਂ ਕਿਵੇਂ ਜਰ ਲੂੰ ਆਪਣੀ ਸੌਂਕਣ ਨੂੰ? ਉਹ ਯਾਰ ਅਸਲ ਦੇ ਵਿੱਚ ਜੇ ਤੈਨੂੰ ਸੱਚੀ ਗੱਲ ਦੱਸਾਂ ਨਾ, ਮੈਨੂੰ ਉਹ ਭੋਰਾ ਪਸੰਦ ਨਹੀਂ ਹੈਗੀ। ਕੋਈ ਯਾਰ ਕੋਈ ਸਕੀਮ ਲਾ, ਤਾਂ ਹੀ ਤਾਂ ਮੈਂ ਤੈਨੂੰ ਇੱਥੇ ਬੁਲਾਇਆ ਗਾ। ਸਕੀਮ ਤਾਂ ਹੁਣ ਇਹੀ ਹੈ ਵੀ ਆਪਾਂ ਭੱਜ ਚੱਲਦੇ ਹਾਂ। ਉਹ ਨਹੀਂ ਯਾਰ ਇਹ ਨਹੀਂ ਸਹੀ ਰਹੂਗਾ, ਇਹ ਤੋਂ ਇਲਾਵਾ ਤਾਂ ਫਿਰ ਕੋਈ ਚਾਰਾ ਵੀ ਨਹੀਂ ਹੈਗਾ। ਉਹ ਨਹੀਂ, ਇੱਕ ਹੱਲ ਹੋਰ ਹੈਗਾ ਮੇਰੇ ਕੋਲ। ਕੀ? ਆਪਾਂ ਐਂ ਕਰਾਂਗੇ, ਆਪਾਂ ਜਿੱਦੇ ਵਿਆਹ ਹੋਊਗਾ ਨਾ ਉਸ ਦਿਨ ਰਾਤ ਨੂੰ 2 ਵਜੇ ਭੱਜ ਨਿਕਲਾਂਗੇ। ਹੈਂ, ਵਿਆਹ ਵਾਲੇ ਦਿਨ?
ਉਹ ਯਾਰ ਮੈਂ ਤੈਨੂੰ ਉਹੀ ਤਾਂ ਕਹਿ ਰਿਹਾ ਹੈਗਾ, ਜੱਗ ਵਾਲੇ ਦਿਨ ਜਦੋਂ ਡੀ ਜੇ ਚੱਲ ਰਹੇ ਹੋਣਗੇ ਰਾਤ ਨੂੰ 12-1 ਵਜੇ ਡੀ ਜੇ ਬੰਦ ਹੋ ਜਾਣਗੇ, ਸਾਰੇ ਥੱਕੇ ਹੋਣਗੇ ਸੌਂ ਜਾਣਗੇ, ਆਪਾਂ ਉਹਦੀ ਭੱਜ ਨਿਕਲ ਜਾਂਗੇ। ਇੰਨੇ ਇਕੱਠ 'ਚੋਂ ਭੱਜਣਾ ਸੌਖਾ ਕੰਮ ਥੋੜ੍ਹੀ ਹੈ, ਜੇ ਕਿਸੇ ਨੇ ਵੇਖ ਲਿਆ ਨਾਲੇ ਸਾਡੇ ਕੋਲ ਬੈਗ ਵੀ ਹੋਣਗੇ ਕੱਪੜਿਆਂ ਵਾਲੇ। ਉਹ ਯਾਰ ਇੰਨੇ ਬੈਗ ਦੱਸ ਕੀ ਕਰਨੇ, ਤੂੰ ਆਪਦੇ 1-2 ਬੈਗ ਚੱਕ ਲਈ ਜਿਹੜੇ ਮੇਨ ਹੋਣਗੇ, ਬਾਕੀ ਮੇਰੇ ਤਾਂ ਕੱਪੜੇ ਹੈਗੇ ਨੇ ਚੰਡੀਗੜ੍ਹ ਫਲੈਟ 'ਚ ਪਏ ਨੇ, ਮੈਂ ਤਾਂ ਉੱਥੇ ਚੱਕ ਲੂੰਗਾ। ਅਤੇ ਹੁਣ ਕਿਉਂ ਨਹੀਂ ਭੱਜਣਾ? ਉਹ ਯਾਰ ਤੂੰ ਪਾਗਲ ਹੈ, ਜੇ ਹੁਣ ਭੱਜ ਗਏ ਨਾ ਘਰ ਦੇਣੇ ਤਾਂ ਆਪਾਂ ਨੂੰ ਉਦੋਂ ਤੱਕ ਲੱਭ ਵੀ ਲੈਣਾ ਗਾ, ਅਤੇ ਮੇਰਾ ਉਸੇ ਕੁੜੀ ਨਾਲ ਧੱਕੇ ਨਾਲ ਵਿਆਹ ਕਰ ਦੇਣਾ ਗਾ। ਅੱਛਾ ਚੱਲ ਮੈਨੂੰ ਇਹ ਦੱਸ ਵੀ ਕੀ ਕੁਛ ਚੱਕਣਾ ਨਾਲ? ਉਹ ਬਸ ਯਾਰ ਤੂੰ ਆਪਦਾ ਆਧਾਰ ਕਾਰਡ ਚੱਕ ਲਈ, ਬਾਕੀ ਜਿਹੜਾ ਮੇਨ ਸਮਾਨ ਉਹੀ ਚੱਕੀ, ਫਾਲਤੂ ਕੋਈ ਸਮਾਨ ਨਾ ਚੱਕੀ ਤੂੰ। ਅੱਛਾ ਚੱਲ ਠੀਕ ਹੈ, ਤੂੰ ਮੈਨੂੰ ਧੋਖਾ ਤਾਂ ਨਹੀਂ ਦੇਵੇਂਗਾ? ਯਾਰ ਕੀ ਗੱਲ ਕਰਦੀ ਹੈ ਤੂੰ, ਆ ਦੇਖ ਤੇਰੇ ਨੰਬਰ 'ਤੇ ਮੈਂ ਜਾਨ ਲਿਖਿਆ ਹੋਇਆ, ਹੁਣ ਆਪਣੀ ਜਾਨ ਨੂੰ ਥੋੜ੍ਹੀ ਧੋਖਾ ਦੇ ਸਕਦਾ ਮੈਂ। ਅੱਛਾ ਚੱਲ ਠੀਕ ਹੈ, ਐਂ ਕਰ ਮੈਨੂੰ ਕੁੜੀ ਦੀ ਫੋਟੋ ਤਾਂ ਵਿਖਾ ਜਿੰਨਾ ਤੇਰਾ ਧੱਕੇ ਸਿਰ ਵਿਆਹ ਹੋ ਰਿਹਾ। ਯਾਰ ਤੂੰ ਪਾਗ ਲੈਂਗੀ, ਮੈਂ ਉਹ ਕੁੜੀ ਦੀ ਫੋਟੋ ਦੱਸ ਕੀ ਕਰਨੀ ਹੈਗੀ, ਮੈਨੂੰ ਤਾਂ ਉਹ ਭੋਰਾ ਪਸੰਦ ਨਹੀਂ ਹੈਗੀ। ਅੱਛਾ ਮੈਨੂੰ ਲੱਗਿਆ ਸ਼ਾਇਦ ਕਿਤੇ ਉਹਦੇ ਪਿੱਛੇ ਤੂੰ ਮੈਨੂੰ ਧੋਖਾ ਦੇ ਰਿਹਾ, ਪਰ ਅੱਜ ਮੈਨੂੰ ਪਤਾ ਲੱਗਿਆ ਮੇਰੇ ਪਿੱਛੇ ਤੂੰ ਉਹਨੂੰ ਧੋਖਾ ਦੇ ਰਿਹਾ। ਸੱਚੀ ਅੱਜ ਮੈਂ ਬਹੁਤ ਖੁਸ਼ ਹਾਂ, ਅੱਜ ਆਪਾਂ ਫੋਟੋਆਂ ਖਿੱਚੀਏ। ਉਹ ਯਾਰ ਤੂੰ ਪਾਗ ਲੈਂਗੀ, ਐਂ ਫੋਟੋਆਂ ਖਿੱਚਾਂਗੇ ਉਰੇ, ਜੇ ਕਿਸੇ ਨੇ ਦੇਖ ਲਿਆ ਆਪਣਾ ਸਾਰਾ ਬਣਿਆ ਬਣਿਆ ਪਲਾਨ ਨਾ ਸਾਰਾ ਖਤਮ ਹੋ ਜੂਗਾ। ਅੱਛਾ ਚਲੋ ਠੀਕ ਹੈ, ਮੈਂ ਘਰ ਚੱਲਦੀ ਹਾਂ, ਤੁਸੀਂ ਆਪਣਾ ਧਿਆਨ ਰੱਖਿਓ। ਠੀਕ ਹੈ ਠੀਕ ਹੈ ਚੱਲ ਕੋਈ ਗੱਲ ਨਹੀਂ, ਬਾਏ ਬਾਏ। ਹੁਣ ਆਇਆ ਗਾ ਉੱਠ ਪਹਾੜ ਦੇ ਨੀਚੇ, ਕਿਧਰੇ ਘਟੀਆਂ ਹਰਕਤਾਂ ਕਰਦੀ ਫਿਰਦੀ ਸੀ। ਵਿਆਹ ਤਾਂ ਮੈਂ ਕੈਨੇਡਾ ਵਾਲੀ ਕੁੜੀ ਨਾਲ ਹੀ ਕਰਾਊਂਗਾ, ਤੂੰ ਤਾਂ ਉਹਦੀ ਜੁੱਤੀ ਦੇ ਬਰਾਬਰ ਵੀ ਨਹੀਂ ਹੈਗੀ, ਤੂੰ ਕਰੀ ਚੱਲ ਪੈਕਿੰਗਾਂ, ਤੇਰੀਆਂ ਪੈਕਿੰਗਾਂ ਤਾਂ ਕਰੀਆਂ ਕਰਾਈਆਂ ਰਹਿ ਜਾਣਗੀਆਂ। ਜਿਹੜੀਆਂ ਫੋਟੋਆਂ ਤੂੰ ਭੇਜੀਆਂ ਸੀ ਨਾ ਬਾਬੋ, ਉਹ ਤਾਂ ਤੇਰੇ ਦਿਓਰ ਨੇ ਦੇਖ ਲਈਆਂ, ਨਾ ਕਿ ਤੇਰੀ ਦਰਾਣੀ ਨੇ। ਤੂੰ ਲਾ ਲਿਆ ਨਾ ਜਿਹੜਾ ਜ਼ੋਰ ਤੈਥੋਂ ਲੱਗਦਾ ਸੀਗਾ, ਹੁਣ ਜੋ ਕੁਝ ਵੀ ਮੈਂ ਕਰੂੰਗਾ ਨਾ ਆਪਣੀ ਮਰਜ਼ੀ ਨਾਲ ਕਰੂੰਗਾ। ਘਰੇ ਵੀ ਵੜ ਜਿਆ ਕਰ, ਫਿਰਦੇ ਹੀ ਰਹਿਣਾ ਸਾਰਾ ਦਿਨ। ਉਹ ਮਾਂ ਮੈਂ ਕਿਹੜਾ ਉਹੀ ਫਿਰਦਾ ਰਹਿਣਾ ਗਾ, ਇੱਕ ਜ਼ਰੂਰੀ ਕੰਮ ਸੀਗਾ ਉਹ ਕਰਨ ਗਿਆ ਸੀਗਾ ਮੈਂ। ਪਤਾ ਨਹੀਂ ਕਿਹੜੇ ਜ਼ਰੂਰੀ ਕੰਮ ਨੇ, ਕੰਮ ਤਾਂ ਸਾਰੇ ਹੋਏ ਪਏ ਨੇ, ਤੇਰੀ ਸਾਹੇ ਲੱਤ ਬੰਨੀ ਹੋਈ ਆ ਹੁਣ। ਉਹ ਮਾਂ ਪੈਂਟ ਕੋਟ ਦਾ ਮੇਚਾ ਦੇ ਕੇ ਆਇਆ ਦੁਬਾਰੇ, ਉਹ ਦਰਜੀ ਨੇ ਬੁਲਾਇਆ ਸੀਗਾ ਨਾ ਦੁਬਾਰੇ ਦੇ ਕੇ ਜਾ ਮੇਚਾ, ਕਹਿੰਦਾ ਸਹੀ ਨਹੀਂ ਦਿੱਤਾ ਗਿਆ ਪਹਿਲਾਂ। ਪੁੱਤ ਤੇਰੀ ਤਾਈ ਮੁੱਕੀ ਕਰਕੇ ਜੇ ਆਪਾਂ ਇਕੱਠ ਨਹੀਂ ਕਰਿਆ ਹੈ, ਫਿਰ ਵੀ ਡਰਦਾ ਹੈਗਾ ਜੇ ਹੁਣ ਮੌਕੇ ਤੇ ਕੋਈ ਤੇਰੇ ਸੱਟ ਫੇਟ ਲੱਗ ਗਈ ਫਿਰ ਕੀ ਕਰਾਂਗੇ, ਤੂੰ ਦਰਜੀ ਨੂੰ ਘਰੀ ਬੁਲਾ ਲੈਂਦਾ ਇੱਥੇ। ਉਹ ਮਾਂ ਕਹੀ ਜੇ ਗੱਲਾਂ ਕਰਦੀ ਹੈ ਤੂੰ, ਵਿਆਹਾਂ ਦਾ ਸੀਜ਼ਨ ਚੱਲ ਰਿਹਾ, ਦਰਜੀਆਂ ਕੋਲੇ ਕਿੱਥੇ ਟਾਈਮ ਹੈ ਘਰੇ ਆਉਣ ਦਾ, ਅੱਗੇ ਤੋਂ ਨਹੀਂ ਮੈਂ ਜਾਂਦਾ ਕੋਈ ਨਾ, ਤੂੰ ਫਿਕਰ ਨਾ ਕਰ। ਕੀ ਕਰਾਂ ਪੁੱਤ, ਡਰ ਲੱਗਦਾ, ਟਾਈਮ ਮਾੜੇ ਨੇ, ਹੁਣ ਮਾਂ ਕੀ ਤੇਰੀ, ਮੈਨੂੰ ਫਿਕਰ ਆ ਹੈਂ, ਹੋਰ ਕੌਣ ਫਿਕਰ ਕਰੂ ਤੇਰੀ। ਉਹ ਮਾਂ ਐਵੇਂ ਕਿਉਂ ਤੂੰ ਫਿਕਰ ਕਰਦੀ ਹੁੰਦੀ ਹੈਗੀ, ਆਪਾਂ ਕਿਹੜਾ ਕਿਸੇ ਦਾ ਮਾੜਾ ਕਰਿਆਗਾ, ਤੂੰ ਤਾਂ ਐਵੇਂ ਅੱਖਾਂ ਭਰ ਕੇ ਬਹਿ ਜਾਂਦੀ ਹੈ ਮਾੜੇ ਜਿਹੇ ਨਾਲ। ਲੈ ਪੁੱਤ ਥੋੜ੍ਹੇ ਟਾਈਮ ਨੂੰ ਤੂੰ ਬਾਹਰ ਪਾ ਜਾਏਗਾ, ਮੈਂ ਤਾਂ ਇਕੱਲੀ ਰਹਿ ਜੂ, ਮੈਨੂੰ ਕੀ ਆ ਦੇਖਣ ਨੂੰ ਤੇਰੇ ਤੋਂ ਬਿਨਾ, ਮੇਰਾ ਤਾਂ ਜੀ ਨਹੀਂ ਲੱਗਣਾ। ਉਹ ਮਾਂ ਤੂੰ ਕਿਉਂ ਫਿਕਰ ਕਰਦੀ ਹੈਗੀ, ਨਾਲੇ ਇੰਨਾ ਛੇਤੀ ਮੈਂ ਕਿੱਥੇ ਵਗ ਜੂੰਗਾ, ਹਜੇ ਅਪ੍ਰੈਲ 'ਚ ਤਾਂ ਤੇਰੀ ਨੂੰਹਣੇ ਜਾਣਾ ਗਾ, ਉਸ ਤੋਂ ਬਾਅਦ ਘੱਟੋ ਘੱਟ 6 ਮਹੀਨੇ ਤੱਕ ਜਾਊਂਗਾ ਮੈਂ, ਜਦੋਂ ਮੈਂ ਉੱਧਰ ਸੈੱਟ ਹੋ ਗਿਆ ਬਾਅਦ 'ਚ ਮੈਂ ਸੋਨੂੰ ਬੁਲਾ ਲੂੰਗਾ, ਉਸ ਤੋਂ ਹੀ ਫਿਕਰ ਕਰੀ ਜਾਂਦੇ ਹੋਗੇ। ਠੀਕ ਆ ਪੁੱਤ, ਤੂੰ ਬੈਠ, ਮੈਂ ਤੇਰੇ ਵਾਸਤੇ ਵਧੀਆ ਜੀ ਚਾਹ ਬਣਾਉਣੀ ਆ। ਚਲ ਬਣਾ ਲਵਾਂ ਫਿਰ। ਬਾਲੇ ਬੈਗ ਨਹੀਂ ਭਰਨੇ, ਵੀ ਥੋੜੇ ਕੁ ਕੱਪੜੇ ਚੱਕ ਲਈ, ਵੈਸੇ ਤਾਂ ਮੇਰੇ ਸਾਰੇ ਸੂਟ ਹੀ ਸੋਹਣੇ ਆ, ਮੈਂ 3 ਕੁ ਸੂਟ ਚੱਕ ਲੈਣੀ ਆ, ਬਾਕੀ ਦੇ ਮੈਂ ਸ਼ੋਪਿੰਗ ਕਰ ਲੂੰਗੀ। ਸ਼ੋਪਿੰਗ ਜੀ ਆ ਗਏ ਤੁਸੀਂ? ਹਾਂ ਆ ਗਿਆ, ਕਿੱਥੇ ਜਾਣ ਦੀ ਤਿਆਰੀ ਆ? ਉਹ ਮੇਰਾ ਨਾ ਜੀ ਨਹੀਂ ਲੱਗ ਰਿਹਾ, ਤਾਂ ਮੈਂ ਸੋਚਿਆ 5-7 ਦਿਨ ਮੈਂ ਪੇਕੇ ਲਾਇਆ ਵਾਂ। ਚਾਚੀ ਕੇ ਵੱਲ ਤਾਂ ਵਿਆਹ ਆ, ਤੂੰ ਪੇਕੇ ਚੱਲੀ ਆ?
ਜੀ ਵਿਆਹ ਤੇ ਤਾਂ ਮੈਂ ਬਾਅਦ 'ਚ ਜਾਊਂਗੀ, ਮੈਂ ਤਾਂ ਸੂਟ ਦੇਖਦੀ ਸੀ ਵੀ ਵਿਆਹ 'ਤੇ ਕਿਹੜੇ ਪਾਉਣੇ ਆ, ਉਹੀ ਕੱਢ ਰਹੀ ਸੀਗੀ। ਉਹ ਤੇਰੇ ਸੂਟ ਵੀ ਬਹੁਤ ਸੋਹਣੇ ਨੇ ਅਤੇ ਤੂੰ ਆਪ ਵੀ ਬਹੁਤ ਸੋਹਣੀ ਹੈਗੀ, ਤੂੰ ਜਿਹੜਾ ਮਰਜ਼ੀ ਸੂਟ ਪਾਲਾ, ਤੇਰੇ 'ਤੇ ਤਾਂ ਉਹੀ ਜੱਚਦਾ। ਜੇ ਨਹੀਂ ਹੈਗਾ ਕੋਈ ਹੋਰ ਸੂਟ ਵਧੀਆ, ਤੂੰ ਐਂ ਕਰ ਆਪਾਂ ਹੋਰ ਨਵੇਂ ਲਿਆਉਣਾ, ਤੂੰ ਦੱਸ। ਜੀ ਨਹੀਂ, ਹਾਲੇ ਥੋੜ੍ਹਾ ਟਾਈਮ ਤਾਂ ਹੋਇਆ ਆਪਣੇ ਵਿਆਹ ਹੋਏ ਨੂੰ, ਮੇਰੇ ਕੋਲ ਨਾ ਬਹੁਤ ਸੋਹਣੇ ਸੂਟ ਪਏ ਨੇ, ਮੈਨੂੰ ਲੋੜ ਨਹੀਂ ਸੂਟਾਂ ਦੀ। ਮਰਜ਼ੀ ਆ ਤੇਰੀ, ਬਾਅਦ 'ਚੋਂ ਕਿਤੇ ਐਂ ਨਾ ਆਖਦੀ ਵੀ ਇਹਨੇ ਕੁਛ ਦਵਾਇਆ ਨਹੀਂ ਹੈਗਾ। ਜੇ ਤੁਸੀਂ ਆਪਣੇ ਲਈ ਕੁਛ ਲੈ ਕੇ ਆਉਣਾ ਨਾ ਤਾਂ ਤੁਸੀਂ ਦੱਸ ਦਿਓ, ਮੇਰੇ ਕੋਲ ਤਾਂ ਸਾਰਾ ਸਮਾਨ ਹੈਗਾ। ਓਹ ਨਹੀਂ ਜਨਾਬ, ਮੈਂ ਕੁਛ ਨਹੀਂ ਲਿਆਉਣਾ ਹੈਗਾ। ਹੈਲੋ, ਮੈਂ ਨਾ ਘਰ ਆ ਗਈ, ਤੂੰ ਮੈਨੂੰ ਇਹ ਦੱਸ ਵੀ ਤੂੰ ਕਿੰਨੇ ਕੁ ਵਜੇ ਆਵੇਂਗਾ? ਉਹ ਜਦੋਂ ਰਿਸ਼ਤੇਦਾਰ ਸੌਂਗੇ। 11 ਵੱਜ ਗਏ, ਤੇਰਾ ਭਰਾ ਨਾ ਸੁੱਤਾ ਪਿਆ, ਮੈਂ ਸਾਰੀ ਪੈਕਿੰਗ ਕਰ ਲਈ ਹੈ। ਉਹ ਕੋਈ ਨਾ, ਡੀਜੇ ਤਾਂ ਬੰਦ ਹੋ ਗਏ, ਅਜੇ ਤਾਂ ਰਿਸ਼ਤੇਦਾਰ ਸਾਰੇ ਰੋਟੀ ਖਾਈ ਜਾਂਦੇ ਨੇ। ਮੇਰੀ ਦੋਸਤਾਂ ਨਾਲ ਸਾਰੀ ਗੱਲ ਹੋਈ ਹੈ, ਉਹ ਕਹਿੰਦੇ ਸੀ 2 ਵਜੇ ਗੱਡੀ ਲੈ ਕੇ ਆਪੇ ਪਹੁੰਚ ਜਾਂਗੇ, ਪਰ ਤੂੰ ਜਾਗਦੀ ਨਹੀਂ ਸੋਈ ਨਾ। ਮੈਂ ਤਾਂ ਜਾਗਦੀ ਹਾਂ, ਤੂੰ ਬਸ ਟਾਈਮ ਨਾਲ ਹੀ ਆ ਜੀ। ਉਹ ਕੋਈ ਨਾ, ਨਾਲੇ ਹੁਣ ਤੂੰ ਫੋਨ ਨਾ ਕਰੀ, ਮੈਂ ਆਪੇ ਫੋਨ ਕਰੂੰ ਤੈਨੂੰ। ਨਹੀਂ ਕਰਦੀ, ਮੈਂ ਤਾਂ ਜਿੰਨੇ ਪੈਸੇ ਪਏ ਸੀ ਤੇ ਗਹਿਣੇ ਪਏ ਸੀਗੇ ਸਾਰੇ ਬੈਗ 'ਚ ਪਾ ਲਏ। ਮੈਨੂੰ ਤਾਂ ਬਾਹਲੀ ਹਾਸਾ ਆਉਂਦਾ, ਵੱਟੇ ਵਟਾਏ ਲੱਡੂ ਤਾਂ ਬਣੇ ਹੀ ਰਹਿ ਜਾਣਗੇ, ਮੁੰਡਾ ਤਾਂ ਮੇਰੇ ਨਾਲ ਭੱਜਣ ਲੱਗਾ। ਪੁੱਤ ਮਹਾਂ, ਤੂੰ 3 ਵਜੇ ਉੱਠ ਖੜੀ, ਆਪਾਂ ਸਾਜਰੇ ਪਹਿਲਾਂ ਆਨੰਦ ਕਾਰਜ ਕਰਾ ਲਈਏ, ਦੂਰ ਦੀ ਬਾਟ ਹੈਗੀ, ਪਹਿਲੇ 'ਚ ਤਾਂ ਆਪਾਂ ਬਾਅਦ 'ਚ ਭਗ ਚੱਲਾਂਗੇ। ਕੋਈ ਨਾ, ਮੈਂ ਅਲਾਰਮ ਲਾ ਦਿੰਦਾ ਗਾ, ਤੁਸੀਂ ਐਂ ਕਰੋ ਮੇਰੇ ਕੱਪੜੇ ਰੱਖ ਦਿਓ ਕੁੜਤਾ ਜਾਂ ਮੇਰੇ ਜਾਕਟ, ਸਵੇਰੇ ਫਿਰ ਮੈਂ ਉਹੀ ਪਾਊਂਗਾ ਆਨੰਦ ਕਾਰਜਾਂ ਦੇ। ਹੋਰ ਮਹਾਂ ਯਾਦ ਕਰਾ ਦਵਾਂ, ਫਿਰ ਹੀ ਆਪਾਂ ਟਾਈਮ ਨਾਲ ਪਹੁੰਚਾਂਗੇ। ਉਹ ਮਾਂ ਤੂੰ ਕੀ ਗੱਲਾਂ ਕਰਦੀਆਂ, ਜ਼ਿਆਦਾ ਕਰਾਉਣ ਨੂੰ ਦੱਸ, ਮੈਂ ਕਿਹੜਾ ਭੁੱਲਿਆ, ਸਾਰਾ ਕੁਝ ਯਾਦ ਆ ਮੇਰੇ। ਉਹ ਤੋਂ ਹੁਣ ਸੌਂ ਜਾ, ਤਾਹੀਓ ਸਵੇਰੇ ਸਾਜਰੇ ਉੱਠੇਗਾ, ਹੁਣ ਇਹਨੂੰ ਛੱਡ ਦੇ ਫੋਨ ਨੂੰ, ਚੰਗਾ ਛੇਤੀ ਉੱਠਣਾ ਸਵੇਰੇ ਮੇਰਾ ਪੁੱਤ ਬਣ ਕੇ। ਕੋਈ ਨਾ ਮਾਂ, ਕੋਈ ਨਾ। ਉਹ ਮਾਂ ਉੱਠਣਾ 3 ਵਜੇ ਨਹੀਂ, ਉੱਠਣਾ ਤਾਂ 2 ਵਜੇ ਹੈ, ਨਹੀਂ ਤਾਂ ਬਹੁਤ ਦੇਰ ਹੋ ਜਾਂਦੀ ਹੈ। ਓਏ ਉੱਠ ਪਾ, ਜਾਣਾ ਨਹੀਂ ਵਿਆਹ ਹੋਣਾ, ਆਲੇ ਤਾਂ ਆਨੰਦ ਕਾਰਜ ਕਰਵਾ ਵੀ ਲਿਆਏ, ਜਾਈ ਪਈ ਰਹੀ ਨਾ ਫਿਰ ਤਾਂ ਪੈ ਗਿਆ ਸੁਰਮਾ। ਆਨੰਦ ਕਾਰਜ ਤਾਂ ਉਹ ਮੂੰਹ ਹਨੇਰੀ ਕਰਾ ਲਏ। ਲੈ ਫੜ ਲੈ ਫੜ, ਇਹਨੇ ਫੋਨ ਦੇਖ ਲਓ। ਆ ਜਾ ਲੰਘੀ ਆ ਪੁੱਤ, ਆ ਜਾ ਘਰੀ ਆ। ਸਤਿ ਸ਼੍ਰੀ ਅਕਾਲ ਚਾਚੀ, ਹੋਰ ਦੱਸ ਕੀ ਹਾਲ ਚਾਲ ਨੇ ਤੁਹਾਡੇ? ਮੇਰੇ ਤਾਂ ਹਾਲ ਬਹੁਤ ਵਧੀਆ ਨੇ ਪੁੱਤ, ਤੂੰ ਉਹਦੇ ਚੰਗੀ ਕੀਤੀ, ਮੈਂ ਤਾਂ ਤੈਨੂੰ ਐਡਾ ਮਾਣ ਦਿੱਤਾ ਵੀ ਬਹੂ ਨੂੰ ਤੂੰ ਉਤਾਰੀ ਗੱਡੀ 'ਚੋਂ, ਨਾ ਉੱਤੋਂ ਗੁੰਮ ਸੁੰਮ ਹੋ ਕੇ ਖੜ ਗਈ, ਤਾਂ ਕੋਈ 7 ਬਗਾਨਾ ਨਹੀਂ ਕਰਦਾ। ਨਾ ਨਾ ਚਾਚੀ, ਹਾਲ ਕਾਹਨੂੰ ਪੁੱਛਦੀ ਹੈ, ਮੈਂ ਤਾਂ ਬਿਮਾਰ ਹੀ ਬਾਹਲੀ ਸੀ ਵਿਆਹ ਵਾਲੇ ਦਿਨ, ਮੈਨੂੰ ਤਾਂ ਉਲਟੀਆਂ ਨੇ ਹੀ ਨਹੀਂ ਸਾਹ ਲੈਣ ਦਿੱਤਾ, ਉੱਤੋਂ ਉੱਠਿਆ ਵੀ ਨਹੀਂ ਗਿਆ ਮੇਰੇ ਤੋਂ, ਕੀ ਗੱਲ ਕਰਦੀ ਹੈ ਵਿਆਹ ਦੀ? ਕੁੜੇ ਨਾ ਤੂੰ ਸਵੇਰੇ ਆਈ, ਨਾ ਤੂੰ ਸ਼ਾਮ ਨੂੰ ਆਈ, ਨਾ ਤੂੰ ਪੈਲਸ 'ਚ ਆਈ, ਹੈਂ
ਤੂੰ ਆ ਇੱਕ ਵਾਰ ਗੇੜਾ ਤਾਂ ਮਾਰਦੀ ਮੇਰੇ ਕੋਲ, ਮੇਰਾ ਤਾਂ ਲਾਂਭਾ ਤੇਰੇ ਸਿਰ ਭਾਈ। ਓਹ ਚਾਚੀ, ਤੇਰਾ ਲਾਂਭਾ ਹੀ ਲਾਉਣ ਆਈ ਹੈ ਨਾ, ਕਿੱਥੇ ਹੈ ਮੇਰੀ ਦਰਾਣੀ, ਅਸੀਂ ਵੀ ਬਹਿ ਕੇ ਗੱਲਾਂ ਕਰ ਲਈਏ। ਲੈ, ਤੇਰੀ ਦਰਾਣੀ ਨੇ ਕਿੱਥੇ ਜਾਣਾ, ਤੇਰਾ ਦਿਓਰ ਵੀ ਅੰਦਰ ਹੀ ਆ, ਦੋਨੇ ਜਣੇ ਹੱਸੀ ਖੇਡੀ ਜਾਂਦੇ ਨੇ। ਵਗ ਚੱਲ, ਮੈਂ ਚਾਹ ਲੈ ਕੇ ਆਉਂਦੀ ਹਾਂ। ਉਹ ਨਾ ਚਾਚੀ, ਚਾਹ ਦੀ ਕੀ ਲੋੜ ਹੈ, ਐਵੇਂ ਖੇਚਲ ਕਰੀ ਜਾਂਦੀ ਹੈ ਚਾਹ ਪਿੱਛੇ। ਨਾ ਧੀਏ, ਚਾਹ ਤਾਂ ਮੈਂ ਲੈ ਕੇ ਆਉਂਦੀ ਹਾਂ, ਤੇਰੇ ਬਹਾਨੇ ਨਾ ਮੈਂ ਪੀ ਲੂੰ ਘੁੱਟ। ਚਲੋ ਠੀਕ ਹੈ, ਮੈਂ ਜਾਂਦੀ ਹਾਂ, ਨਾਲੇ ਮੈਂ ਲਿਆਉਂਦੀ ਹਾਂ। ਕੀ ਗੱਲ ਦਿਓਰਾ, ਮੈਨੂੰ ਵੇਖ ਕੇ ਤਾਂ ਤੇਰੇ ਰੰਗ ਹੀ ਉੱਡ ਗਏ। ਭਾਬੀ ਨੂੰ ਭੁੱਲ ਗਿਆ ਕਿ ਨਵੀਂ ਵੋਟੀ ਦੀ ਚਾਹ 'ਚ ਭਾਬੀ ਯਾਦ ਹੀ ਨਹੀਂ ਰਹੀ। ਉਹ ਨਾ ਭਾਬੀ, ਤੁਹਾਨੂੰ ਬੈਸ ਹੀ ਲੱਗਿਆ, ਬਸ ਆ ਤੈਨੂੰ ਦੇਖ ਕੇ ਹੈਰਾਨੀ ਹੀ ਹੋ ਰਹੀ ਹੈਗੀ। ਕੀ ਗੱਲ ਦਰਾਣੀ, ਬੜਾ ਤਿਆਰ ਹੋ ਕੇ ਬੈਠੀ ਹੈ, ਤੇਰਾ ਇਸ ਘਰੇ ਜੀ ਤਾਂ ਲੱਗ ਗਿਆ? ਹਾਂਜੀ ਬੀਬੀ ਜੀ, ਮੇਰਾ ਜੀ ਲੱਗ ਗਿਆ ਇਸ ਘਰੇ। ਤੁਹਾਡੇ ਦਿਓਰ ਦਾ ਸੁਭਾਅ ਹੀ ਬਾਹਲਾ ਚੰਗਾ ਆ, ਇਹਨਾਂ ਨਾਲ ਮੇਰਾ ਦਿਲ ਲੱਗ ਜਾਂਦਾ। ਫਿਰ ਤਾਂ ਤੈਨੂੰ ਪੇਕਿਆਂ ਦੀ ਯਾਦ ਵੀ ਨਹੀਂ ਆਉਂਦੀ ਹੋਣੀ? ਨਾ ਜੀ ਨਾ ਦੀਦੀ, ਮੇਰਾ ਤਾਂ ਪੇਕੇ ਜਾਣ ਨੂੰ ਜੀ ਨਹੀਂ ਕਰਦਾ। ਚੰਗੀ ਗੱਲ ਹੈ, ਪੇਕੇ ਜਾਣ ਨੂੰ ਦਿਲ ਵੀ ਕਿਉਂ ਕਰਨਾ, ਘਰ ਵਾਲਾ ਜੋ ਇੰਨਾ ਸੋਹਣਾ ਮਿਲਿਆ। ਹਾਂਜੀ ਦੀਦੀ ਜੀ, ਤੁਸੀਂ ਸਹੀ ਕਿਹਾ। ਮੈਨੂੰ ਤਾਂ ਲੱਗਦਾ ਦਰਾਣੀ ਜਠਾਣੀ ਦੀ ਬਹੁਤੀ ਬਣਨ ਲੱਗ ਗਈ। ਲੈ ਫੜੋ, ਚਾਹ ਪੀ ਲਓ ਪੁੱਤ, ਆਪਦੇ ਦਿਓਰ ਦੀ ਵਿਆਹ ਦੀ ਖੁਸ਼ੀ 'ਚ। ਉਹ ਨਾ ਚਾਚੀ, ਮੇਰਾ ਚਾਹ ਪੀਣ ਦਾ ਮਨ ਨਹੀਂ, ਵੈਸੇ ਵੀ ਮੈਂ ਉਹਦੇ ਚਾਹ ਪੀਣੀ ਆਈ, ਮੈਂ ਤਾਂ ਬਸ ਇਹ ਕਹਿਣ ਆਈ ਸੀ ਵੀ ਆਹ ਐਤਵਾਰ ਨੂੰ ਤੁਸੀਂ ਆਪਣੀ ਨੂੰਹ ਨੂੰ ਮੇਰੇ ਘਰੇ ਲੈ ਕੇ ਆਇਓ, ਮੈਂ ਚਾਹ ਨਾਲ ਬਰਫੀ ਖਵਾਉਂਗੀ। ਲੈ ਪੁੱਤੇ, ਕੋਈ ਕਹਿਣ ਵਾਲੀ ਗੱਲ ਆ, ਜ਼ਰੂਰ ਆਵਾਂਗੇ, ਨਾਲੇ ਤੁਹਾਡੀ ਵੀ ਜਾਣ ਪਹਿਚਾਣ ਹੋਣੀ ਚਾਹੀਦੀ ਆ, ਸਾਡੀਆਂ ਤਾਂ ਉਮਰਾਂ ਲੰਘ ਗਈਆਂ, ਅੱਗੇ ਤਾਂ ਤੁਸੀਂ ਵਰਤਣਾ। ਕੀ ਗੱਲ ਦਿਓਰਾ, ਪਹਿਲਾਂ ਤਾਂ ਤੂੰ ਬਾਲੀਆਂ ਗੱਲਾਂ ਮਾਰਦਾ ਸੀ ਅਤੇ ਹੁਣ ਤੂੰ ਸਾਇਲੈਂਟ ਹੋ ਕੇ ਬਹਿ ਗਿਆ, ਤੇਰੇ ਮੂੰਹ 'ਚ ਜ਼ਬਾਨ ਨਹੀਂ ਰਹੀ? ਨਹੀਂ ਦੀਦੀ, ਤੁਹਾਨੂੰ ਨਹੀਂ ਪਤਾ ਇਹਨਾਂ ਬਾਰੇ, ਇਹ ਕੁਝ ਜ਼ਿਆਦਾ ਹੀ ਸੰਗਦੇ ਨੇ ਅਤੇ ਹਰੇਕ ਨਾਲ ਬਹੁਤੀ ਗੱਲ ਵੀ ਨਹੀਂ ਕਰਦੇ। ਗੱਲਾਂ ਤਾਂ ਇਹ ਕਿਉਂ ਨਹੀਂ ਕਰਦੇ ਮੇਰੇ ਨਾਲ, ਪਹਿਲਾਂ ਤਾਂ ਬਾਹਲਾ ਮਜ਼ਾਕ ਕਰਦੇ ਸੀ। ਚਲੋ ਠੀਕ ਹੈ, ਹੁਣ ਮੈਂ ਚੱਲਦੀ ਹਾਂ ਘਰੇ, ਨਾਲੇ ਘਰ ਵੀ ਸੁਣਨਾ ਪਿਆ, ਬਹੁਤ ਕੰਮ ਕਰਨ ਨੂੰ ਪਏ ਨੇ, ਉੱਤੋਂ ਲੁਟੇਰੇ ਵੀ ਬਥੇਰੇ ਫਿਰਦੇ ਨੇ, ਕੀ ਪਤਾ ਕਦੋਂ ਕੁਛ ਚੋਰੀ ਹੋ ਜੇ। ਠੀਕ ਹੈ ਦੀਦੀ। ਤੂੰ ਮੈਨੂੰ ਐਡਾ ਵੱਡਾ ਧੋਖਾ ਦਿੱਤਾ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ, ਪਿਆਰ ਮੇਰੇ ਨਾਲ ਤੇ ਵਿਆਹ ਕਿਸੇ ਹੋਰ ਨਾਲ ਕਰਵਾ ਲਿਆ। ਯਾਰ ਤੈਨੂੰ ਕੀ ਪਤਾ, ਮੈਂ ਕਿੱਡੀ ਵੱਡੀ ਮਜਬੂਰੀ ਸੀਗਾ, ਪਤਾ ਕਿੰਨੇ ਦੁੱਖ ਕੱਟੇ ਨੇ ਮੈਂ ਤਾਂ ਬਸ ਭੱਜਣ ਹੀ ਲੱਗਦਾ ਸੀਗਾ, ਉਹ ਤਾਂ ਮੇਰੇ ਰਿਸ਼ਤੇਦਾਰ ਨੇ ਫੜ ਲਿਆ ਉੱਤੋਂ। ਚੱਲ ਉਦੋਂ ਤਾਂ ਰਿਸ਼ਤੇਦਾਰ ਸੀਗੇ, ਹੁਣ ਭੱਜ ਚੱਲਦੇ ਹਾਂ ਆਪਾਂ, ਹੁਣ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ, ਸਭ ਆਪਾਂ ਆਪਣੇ ਘਰੇ ਗਏ ਹਾਂ। ਉਹ ਨਹੀਂ ਯਾਰ, ਨਾਲੇ ਤੂੰ ਆ ਗਲਤ ਫਹਿਮੀ 'ਚ ਬਾਹਰ ਨਿਕਲ ਜਾ, ਮੈਂ ਤੈਨੂੰ ਇੱਥੇ ਮਿਲਣ ਨਹੀਂ ਆਇਆ ਹੈਗਾ, ਤੇਰੇ ਨਾਲ ਆ ਸਾਰਾ ਕੁਛ ਖਤਮ ਕਰਨ ਆਇਆ ਗਾ। ਖਤਮ ਕਰਨ ਆਇਆ? ਮੈਂ ਕੁਝ ਸਮਝੀ ਨਹੀਂ, ਸਿੱਧਾ ਸਿੱਧਾ ਦੱਸ ਤੂੰ ਕਹਿਣਾ ਕੀ ਚਾਹੁੰਦਾ। ਉਹ ਹੁਣ ਤਾਂ ਤੈਨੂੰ ਸਾਫ ਸਾਫ ਸਮਝ ਆ ਹੀ ਗਿਆ ਹੋਊਗਾ ਕਿ ਮੈਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ, ਕਿਉਂਕਿ ਮੈਂ ਆਪਦਾ ਘਰ ਵਸਾਉਣਾ ਚਾਹੁੰਦਾ ਗਾ, ਖਰਾਬ ਨਹੀਂ ਕਰਨਾ ਚਾਹੁੰਦਾ। ਤੂੰ ਸਿੱਧਾ ਸਿੱਧਾ ਕਹਿਣਾ ਕਿ ਮੈਂ ਤੇਰੇ ਨਾਲ ਯਾਰੀ ਨਹੀਂ ਰੱਖਣੀ? ਆਹੀ ਗੱਲ ਤਾਂ ਮੈਂ ਤੈਨੂੰ ਵਾਰੀ ਵਾਰੀ ਸਮਝਾ ਰਿਹਾ ਗਾ, ਪਤਾ ਨਹੀਂ ਤੈਨੂੰ ਕਿਉਂ ਨਹੀਂ ਸਮਝ ਲੱਗਦੀ ਹੈਗੀ, ਨਾਲੇ ਤੈਨੂੰ ਪਤਾ ਹੈਗਾ ਯਾਰ, ਹੁਣ ਮੈਂ ਵਿਆਹਿਆ ਹੋਇਆ ਰਹਿ ਗਿਆ, ਤੇਰਾ ਵੀ ਘਰ ਖਰਾਬ ਹੋ ਰਿਹਾ ਗਾ, ਮੇਰਾ ਵੀ ਖਰਾਬ ਹੋ ਰਿਹਾ ਗਾ, ਕਿਉਂਕਿ ਮੇਰਾ ਫੋਨ ਹੁਣ ਘਰੇ ਚੈੱਕ ਹੁੰਦਾ ਗਾ, ਕੱਲ ਨੂੰ ਜੇ ਕੋਈ ਹਗਾਮਾ ਹੋ ਗਿਆ ਨਾ, ਮੇਰੇ ਘਰ ਵਾਲੀ ਮੈਨੂੰ ਛੱਡ ਕੇ ਚੱਲ ਜੂਗੀ। ਪਰ ਮੈਂ ਤੈਨੂੰ ਛੱਡਣਾ ਨਹੀਂ ਚਾਹੁੰਦੀ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ, ਮੈਨੂੰ ਤਾਂ ਹੁਣ ਤੇਰੀ ਆਦਤ ਪੈ ਗਈ ਹੈ। ਤਾਂ ਫਿਰ ਇਹ ਪਾਗਲ ਬਣਾ ਤੇਰਾ, ਕਿਉਂਕਿ ਇਸ ਉਮਰ ਵਿੱਚ ਨਾ ਬੰਦੇ ਸਿਰ ਪਾਗਲ ਬਣੀ ਹੁੰਦਾ ਗਾ। ਇਹਦਾ ਮਤਲਬ ਇਹੀ ਕਿ ਤੂੰ ਮੈਨੂੰ ਪਿਆਰ ਨਹੀਂ ਕਰਦਾ ਸੀ, ਮੇਰਾ ਯੂਜ਼ ਹੀ ਕਰਦਾ ਸੀ।
ਹਾਂ ਮੈਂ ਤੇਰਾ ਯੂਜ ਕੀਤਾ, ਤੂੰ ਵੀ ਤਾਂ ਸੋਚ ਸਕਦੀ ਸੀਗੀ, ਤੂੰ ਵੀ ਤਾਂ ਵਿਆਹੀ ਵਾਰੀ ਸੀਗੀ, ਨਾਲੇ ਪਹਿਲਾਂ ਤਾਂ ਪ੍ਰਪੋਜ਼ ਭਾਬੀ ਤੈਂ ਹੀ ਕੀਤਾ ਸੀਗਾ। ਹਾਂ ਮੈਂ ਮੰਨਦੀ ਹਾਂ ਮੈਂ ਤੈਨੂੰ ਪ੍ਰਪੋਜ਼ ਕੀਤਾ ਸੀ, ਪਰ ਤੂੰ ਨਾ ਵੀ ਤਾਂ ਕਰ ਸਕਦਾ ਸੀਗਾ, ਤੇ ਹੁਣ ਤੂੰ ਮੇਰਾ ਦਿਲ ਤੋੜ ਕੇ ਜਾ ਰਹੀ ਹੈ। ਠੀਕ ਨਹੀਂ ਤੇਰੇ ਵਾਸਤੇ ਇਹ ਗੱਲ, ਤੈਨੂੰ ਸੌਖਾ ਹੋ ਸਕਦਾ ਮੈਨੂੰ ਛੱਡਣਾ, ਪਰ ਮੈਨੂੰ ਤੈਨੂੰ ਛੱਡਣਾ ਬਹੁਤ ਔਖਾ ਹੈ। ਉਹ ਬਸ ਰਹਿਣ ਦੇ ਯਾਰ, ਤੇਰੀਆਂ ਗੱਲਾਂ ਹੀ ਨੇ, ਤੂੰ ਵਿਆਹੀ ਵਰੀ ਹੈ, ਨਾਲੇ ਮੈਂ ਵੀ ਵਿਆਹ ਵਰਿਆ, ਅੱਜ ਤੋਂ ਬਾਅਦ ਮੈਂ ਤੈਨੂੰ ਇਹ ਗੱਲ ਕਹਿ ਕੇ ਜਾ ਰਿਹਾਗਾ, ਨਾ ਤਾਂ ਤੂੰ ਮੇਰੇ ਰਸਤੇ 'ਚ ਆਈ ਨਾ ਮੈਂ ਤੇਰੇ ਰਸਤੇ 'ਚ ਆਵਾਂ, ਆਪਣੇ ਰਸਤੇ ਅਲੱਗ ਅਲੱਗ ਨੇਗੇ। ਹੁਣ ਤੇਰੀ ਆਹ ਗੱਲ ਪੱਕੀ ਹੈ? ਹਾਂ ਜਮਾਂ ਪੱਕੀ ਆ ਇੱਟ ਵਰਗੀ, ਨਾਲੇ ਅੱਜ ਤੋਂ ਬਾਅਦ ਮੇਰੇ ਰਸਤੇ 'ਚ ਨਾ ਹੀ ਭਾਬੀ। ਸਿਮਰਨ ਇਹ ਕੀ ਕਰਨ ਲੱਗੀ ਪਈ ਆ ਤੂੰ? ਕਿਉਂ ਆਪਣਾ ਘਰ ਆਪਣੇ ਹੱਥੀ ਖਰਾਬ ਕਰ ਰਹੀ ਆ? ਅੱਛਾ ਮੈਂ ਆਪਣਾ ਘਰ ਆਪ ਖਰਾਬ ਕਰ ਰਹੀ ਆ? ਕਮਲਾ ਤਾਂ ਤੁਹਾਡਾ ਮੁੰਡਾ ਹੋਇਆ ਜਿਹੜਾ ਬਾਹਰ ਚੱਕਰ ਚਲਾਉਂਦਾ ਫਿਰਦਾ, ਜੇ ਉਹਨੂੰ ਭਾਬੀ ਨਾਲ ਇੰਨਾ ਹੀ ਪਿਆਰ ਸੀ ਫਿਰ ਮੈਨੂੰ ਕਿਉਂ ਵਿਆਹ ਕੇ ਲਿਆਤਾ? ਉਹਦੇ ਨਾਲ ਹੀ ਰਹਿ ਲੈਂਦਾ? ਸ਼ਰੇਆਮ ਮੈਂ ਫੋਟੋਆਂ ਦੇਖੀਆਂ ਨੇ ਦੋਨਾਂ ਜਣਿਆਂ ਦੀਆਂ। ਉਹ ਤਾਂ ਨਾ ਕਿਸੇ ਫੋਟੋਆਂ 'ਤੇ ਯਕੀਨ ਕਰਿਆ ਕਰ, ਲੋਕ ਤਾਂ ਜੋੜ ਜੋੜ ਕੁਛ 'ਤੇ ਕੁਛ ਬਣਾ ਦਿੰਦੇ ਨੇ। ਆਹੋ ਮੰਮੀ ਜੀ ਮੈਂ ਤਾਂ ਜਵਾਕ ਹਾਂ ਨਾ, ਮੈਨੂੰ ਕਾਹਨੂੰ ਪਤਾ ਫੋਟੋਆਂ ਨਾਲ ਫੋਟੋ ਕਿਵੇਂ ਲੱਗਦੀਆਂ ਨੇ। ਸ਼ਰਿਆਮ ਤੇ ਜੱਫੀਆਂ ਪਾ ਪਾ ਕੇ ਫੋਟੋ ਦੇਖੀਆਂ ਨੇ ਮੈਂ, ਹਜੇ ਵੀ ਤੁਸੀਂ ਝੂਠ ਬੋਲਦੇ ਹੋ। ਮੈਂ ਝੂਠ ਨਹੀਂ ਬੋਲਦੀ, ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਿਹਨੂੰ ਸਮਝਾਵਾਂ, ਕੋਈ ਨਹੀਂ ਸੁਣਦਾ ਮੇਰੀ। ਪਤਾ ਨਹੀਂ ਉਹ ਜਵਾਕ ਦੇ ਵਿੱਚ ਕਸੂਰ ਹੈਗਾ ਕਿ ਨਾ, ਉੱਤੋਂ ਮੇਰੀ ਤੂੰ ਨਹੀਂ ਸੁਣਦੀ। ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ 'ਚ ਪਤਾ ਲੱਗਦਾ। ਇਸ ਤੋਂ ਵੱਡਾ ਸ਼ਰਮਨਾਕ ਕੰਮ ਕਿਹੜਾ ਹੋ ਸਕਦਾ? ਜੇ ਤੁਹਾਨੂੰ ਇੰਨੀ ਪਿਆਰੀ ਹੈ ਨਾ, ਉਹ ਕੁੜੀ ਨੂੰਹ ਬਣਾ ਕੇ ਰੱਖੋ, ਮੈਂ ਤਾਂ ਜਾਂਦੀ ਹਾਂ। ਸਿਮਰਨ ਮੇਰੀ ਨੂੰ ਤੂੰ ਆ ਪੁੱਤ, ਤੂੰ ਹੀ ਰਹੇਗੀ, ਚੁੱਪ ਕਰਕੇ ਬਹਿ ਜਾ, ਕਿਤੇ ਨਹੀਂ ਜਾਣਾ। ਬਸ ਕਰੋ ਮੰਮੀ ਜੀ, ਮੈਨੂੰ ਬਾਹਲੀਆਂ ਮੱਤਾਂ ਦੇਣ ਦੀ ਨਾ ਲੋੜ ਨਹੀਂ ਹੈਗੀ। ਮੈਨੂੰ ਪਤਾ ਤੁਸੀਂ ਆਪਦੇ ਪੁੱਤ ਦਾ ਹੀ ਸਾਥ ਦੇਣਾ, ਨੂੰਹਾਂ ਤਾਂ ਹਮੇਸ਼ਾ ਮਾੜੀਆਂ ਹੁੰਦੀਆਂ ਨੇ ਨਾ। ਜੇ ਡੈਡੀ ਹੁੰਦੇ ਤੁਹਾਡੇ ਨਾਲ ਆਹ ਕੁਛ ਹੁੰਦਾ ਜੋ ਮੇਰੇ ਨਾਲ ਹੋ ਰਿਹਾ, ਫਿਰ ਤੁਹਾਡਾ ਸਲੂਕ ਕੀ ਹੋਣਾ ਸੀਗਾ? ਕਹਿੰਦੇ ਆ ਨਾ ਜਦੋਂ ਆਪਦੇ ਦੇ ਗੱਲ ਪੈਂਦੀ ਹੈ ਨਾ ਫਿਰ ਪਤਾ ਲੱਗਦਾ, ਦੂਜਿਆਂ ਵਾਰ ਤਾਂ ਸਿਰਫ ਤਾੜੀਆਂ ਵੱਜਦੀਆਂ ਨੇ। ਲੈ ਸਿਮਰਨ ਤੂੰ ਤਾਂ ਪੁੱਤ ਉੱਤੋਂ ਤਾਂ ਉਹਦੇ ਡੈਡੀ ਦੇ ਮਰੇ ਪੈ ਜੇ ਸਿਵੇ ਲੱਗ ਗਈ ਫਰੋਲਣ, ਹੈ ਉੱਤੋਂ ਮੈਨੂੰ ਤੂੰ ਬੋਲੀ ਜਾਂਦੀ ਆ ਬੁਰਾ ਭਲਾ। ਮੈਂ ਤਾਂ ਉਹਨੂੰ ਘੱਟੋ ਘੱਟ ਸਮਝਾ ਸਕਦੀ ਹਾਂ, ਮੈਨੂੰ ਕੀ ਪਤਾ ਬਾਹਰ ਮੁੰਡੇ ਕੀ ਲੱਛਣ ਕਰਦੇ ਫਿਰਦੇ ਨੇ, ਨਾ ਮੈਂ ਉਹਦੇ ਲਵੇ ਜਾ ਕੇ ਕੈਮਰਾ ਲੈ ਕੇ ਫੋਟੋਆਂ ਖਿੱਚ ਕੇ ਆਈ ਆ ਉਹਨਾਂ ਦੀਆਂ, ਮੈਨੂੰ ਕੀ ਪਤਾ। ਹੁਣ ਮੈਂ ਆਪਣੇ ਪੁੱਤ ਦਾ ਘਰ ਪੱਟਿਆ ਥੋੜ੍ਹੀ ਦੇਖ ਸਕਦੀ ਹਾਂ। ਮੰਨਿਆ ਮੰਮੀ ਜੀ ਤੁਸੀਂ ਆਪਣੇ ਪੁੱਤ ਦਾ ਘਰ ਪੱਟਿਆ ਨਹੀਂ ਦੇਖ ਸਕਦੇ, ਪਰ ਤੁਹਾਡਾ ਪੁੱਤ ਆਪਣੇ ਆਪ ਆਪਣਾ ਘਰ ਪੱਟ ਰਿਹਾ। ਜੇ ਵਿਆਹ ਤੋਂ ਬਾਅਦ ਵੀ ਬੇਗਾਨੇ ਦਾ ਚਸਕਾ ਰਹੇ ਨਾ, ਇਹਦਾ ਮਤਲਬ ਇਹੀ ਹੁੰਦਾ ਕਿ ਆਪਣੇ ਆਪ ਆਪਣੀ ਖੁਦ ਦੀ ਜ਼ਿੰਦਗੀ ਆਪ ਹੀ ਖਰਾਬ ਕਰ ਰਿਹਾ ਬੰਦਾ। ਇਹਦਾ ਮਤਲਬ ਕਮਲੀਏ ਹੁਣ ਤੂੰ ਨਹੀਂ ਰੁਕੇਗੀ, ਕਿਸੇ ਦਾ ਕੁਛ ਨਹੀਂ ਜਾਣਾ, ਘਰ ਤੇਰਾ ਖਰਾਬ ਹੋਣਾ, ਸਾਂਭ ਲੈ ਆਪਣੇ ਘਰ ਨੂੰ, ਮੈਂ ਤੇਰੇ ਮੂਹਰੇ ਹੱਥ ਬੰਨਦੀ ਹਾਂ ਸਿਮਰਨ, ਲੋਕਾਂ ਨੇ ਤਮਾਸ਼ਾ ਦੇਖਣਾ, ਕਿਸੇ ਦਾ ਕੁਛ ਨਹੀਂ ਜਾਣਾ।
ਕੀ ਮੀਤ ਤੇ ਬੰਟੀ ਦੀਆਂ ਫੋਟੋਆਂ? ਮੀਤ! ਹਾਂਜੀ? ਆ ਸਭ ਕੀ ਆ? ਤੂੰ ਆ ਸਭ ਕਰਦੀ ਆ ਮੇਰੇ ਨਾ ਹੋਣ ਤੇ? ਉਰੇ ਮੈਨੂੰ ਤੇਰੇ ਤੇ ਆ ਉਮੀਦ ਨਹੀਂ ਹੈਗੀ ਸੀ ਵੀ ਤੂੰ ਆ ਸਭ ਕੁਝ ਕਰੇਗੀ। ਕਿਹੜੀਆਂ ਚੀਜ਼ਾਂ ਦੀ ਉਮੀਦ ਨਹੀਂ ਹੈਗੀ? ਇਹ ਤੁਸੀਂ ਕੀ ਕਹੀ ਜਾਂਦੇ ਹੋ? ਮੈਨੂੰ ਤੇਰੇ ਤੋਂ ਆਸ਼ਕੀ ਦੀ ਉਮੀਦ ਨਹੀਂ ਸੀ, ਉਹ ਵੀ ਆਪਦੇ ਦਿਓਰ ਨਾਲ। ਇਸ ਲਈ ਨਾ ਤੂੰ ਸਾਰਾ ਦਿਨ ਦਿਓਰ ਦਿਓਰ ਕਰਦੀ ਰਹਿੰਦੀ ਸੀ ਤੇ ਉਹਨੂੰ ਵੀ ਸਾਲੇ ਨੂੰ ਸ਼ਰਮ ਨਹੀਂ ਆਈ ਆਦੀ ਭਾਬੀ ਨਾਲ ਸਭ ਕੁਝ ਕਰਦੇ ਨੂੰ। ਤਾਂ ਤੁਸੀਂ ਕੀ ਬੋਲ ਰਹੇ ਹੋ? ਤੁਹਾਨੂੰ ਜ਼ਰੂਰ ਕੋਈ ਮਿਸਅੰਡਰਸਟੈਂਡਿੰਗ ਹੋਈ ਹੈ ਜਾਂ ਫਿਰ ਤੁਹਾਨੂੰ ਜ਼ਰੂਰ ਕੋਈ ਸਾਡੇ ਖਿਲਾਫ ਭੜਕਾ ਰਿਹਾ। ਮੈਨੂੰ ਕੋਈ ਮਿਸਅੰਡਰਸਟੈਂਡਿੰਗ ਨਹੀਂ ਹੋਈ, ਨਾ ਮੈਨੂੰ ਕਿਸੇ ਨੇ ਭੜਕਾਇਆ। ਮੈਂ ਆਪ ਦੀਆਂ ਅੱਖਾਂ ਨਾਲ ਤੇਰੀਆਂ ਫੋਟੋਆਂ ਦੇਖੀਆਂ ਨੇ ਆ ਫੋਨ 'ਚ। ਤੁਹਾਡੀ ਮੈਨੂੰ ਕੋਈ ਵੀ ਗੱਲ ਦੀ ਸਮਝ ਨਹੀਂ ਲੱਗ ਰਹੀ ਤੇ ਨਾਲੇ ਕਿਹੜੀਆਂ ਫੋਟੋਆਂ ਦੀ ਗੱਲ ਕਰ ਰਹੇ ਹੋ? ਜ਼ਿਆਦਾ ਸਿਆਣੀ ਬਣਨ ਦੀ ਨਾ ਜ਼ਰੂਰਤ ਨਹੀਂ ਹੈਗੀ ਜਿਵੇਂ ਤੈਨੂੰ ਕੋਈ ਕੁਛ ਪਤਾ ਹੀ ਨਹੀਂ ਹੁੰਦਾ। ਮੈਨੂੰ ਦੱਸੋ ਤਾਂ ਸਹੀ ਵੀ ਗੱਲ ਕੀ ਹੋਈ ਹੈ? ਜਦੋਂ ਦੇ ਤੁਸੀਂ ਰਸੋਈ 'ਚ ਆਇਓ ਮੇਰੇ ਨਾਲ ਲੜੀ ਜਾਂਦੇ ਹੋ। ਕਿਤੇ ਸੱਚੀ ਇਹਨਾਂ ਨੇ ਫੋਟੋਆਂ ਤਾਂ ਨਹੀਂ ਦੇਖ ਲਈਆਂ? ਆ ਦੇਖ ਤੇਰਾ ਫੋਨ, ਤੇਰੇ ਤੇ ਬਾਕੀ ਦੀਆਂ ਫੋਟੋਆਂ ਮੈਂ ਸਭ ਦੇਖ ਲਈਆਂ। ਤੁਸੀਂ ਜ਼ਰੂਰ ਗਲਤ ਸਮਝ ਰਹੇ ਹੋ, ਮੈਨੂੰ ਨਹੀਂ ਪਤਾ ਇਹ ਫੋਟੋਆਂ ਕਿੱਥੋਂ ਆਈਆਂ, ਜ਼ਰੂਰ ਕਿਸੇ ਦੀ ਚਾਲ ਹੋਣੀ। ਬਸ ਕਰ, ਮੈਂ ਸਭ ਜਾਣਦਾ ਤੇਰੇ ਤੇ ਉਹਦੇ ਵਿੱਚ ਕੀ ਚੱਕਰ ਚੱਲਦਾ, ਤਾਂ ਹੀ ਉਹ ਜਾਣ ਜਾਣ ਘਰੇ ਗੇੜੇ ਮਾਰਦਾ। ਉਹ ਮੈਨੂੰ ਦੱਸ ਤਾਂ ਦਿੰਦੀ ਤੈਨੂੰ ਅਪਣਾਉਣ ਵਿੱਚ ਕੀ ਕਮੀ ਰਹਿ ਗਈ ਸੀ। ਮੇਰੀ ਮਾਂ ਨਾ ਤੈਨੂੰ ਮੇਰੇ ਤੋਂ ਜ਼ਿਆਦਾ ਪਿਆਰ ਕਰਦੀ ਸੀ ਤੇ ਅੱਜ ਜੇ ਉਹ ਜਿਉਂਦੀ ਹੁੰਦੀ ਨਾ ਉਹਨੇ ਜਿਉਂਦੇ ਜੀ ਮਰ ਜਾਣਾ ਸੀ ਤੇਰੀ ਆ ਕਰਤੂਤ ਦੇਖ ਕੇ। ਹੁਣ ਜੇ ਤੁਹਾਨੂੰ ਇਹ ਸੱਚ ਦਾ ਪਤਾ ਲੱਗ ਹੀ ਗਿਆ ਤਾਂ ਹਾਂ ਮੈਂ ਪੰਟੀ ਨੂੰ ਪਿਆਰ ਕਰਦੀ ਆ। ਉਹ ਮੈਨੂੰ ਦੱਸ ਤਾਂ ਦਿੰਦੀ ਮੇਰੇ ਪਿਆਰ ਵਿੱਚ ਕੀ ਕਮੀ ਸੀ। ਕਮੀ ਕੀ ਸੀ? ਤੁਸੀਂ ਮੇਰੇ ਲਈ ਕੀਤਾ ਹੀ ਕੀ ਹੈ? ਮੈਂ ਤਾਂ ਸ਼ੁਰੂ ਤੋਂ ਹੀ ਨਹੀਂ ਖੁਸ਼ ਸੀ ਤੁਹਾਡੇ ਨਾਲ ਵਿਆਹ ਕਰਾ ਕੇ। ਕਦੇ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖਿਆ? ਮੇਰਾ ਤਾਂ ਮਾੜਾ ਟਾਈਮ ਸੀਗਾ ਜਦੋਂ ਘਰਦਿਆਂ ਨੇ ਤੇਰੇ ਲੜ ਲਾਤਾ। ਉਹ ਜੇ ਮੈਂ ਤੈਨੂੰ ਪਸੰਦ ਨਹੀਂ ਸੀ ਤੂੰ ਪਹਿਲੀ ਨਾ ਕਰ ਦਿੰਦੀ, ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਆ ਤਾਂ? ਇਹ ਸਭ ਤਾਂ ਮੇਰੀ ਮਜਬੂਰੀ ਸੀ, ਪਰ ਪਿਆਰ ਤਾਂ ਮੈਨੂੰ ਉਸ ਦਿਨ ਹੋਇਆ ਸੀ ਜਿਸ ਦਿਨ ਤੁਹਾਡੇ ਭਰਾ ਮੈਂ ਬੰਟੀ ਨੂੰ ਦੇਖਿਆ ਸੀ। ਨਾਲੇ ਵਧੀਆ ਹੀ ਹੋਇਆ, ਉਹ ਬੁੱਢੀ ਵੀ ਟਾਈਮ ਸਿਰ ਮਰ ਗਈ। ਬਸ ਕਰ, ਬਹੁਤ ਬੋਲਦੀ ਮੇਰੀ ਮਾਂ ਬਾਰੇ, ਮੈਂ ਹੁਣ ਇੱਕ ਸ਼ਬਦ ਨਹੀਂ ਸੁਣ ਸਕਦਾ ਹੋਰ। ਹਾਲੇ ਤਾਂ ਮੈਂ ਕੁਛ ਬੋਲੀ ਨਹੀਂ। ਚੱਲ ਜੇ ਤੈਨੂੰ ਪਤਾ ਲੱਗ ਹੀ ਗਿਆ। ਇੱਕ ਗੱਲ ਹੋਰ ਲੈ ਸੁਣ ਫਿਰ, ਤੁਹਾਡੀ ਮਾਂ ਮਰੀ ਨਹੀਂ, ਮੈਂ ਤੇ ਬੰਟੀ ਨੇ ਮਿਲ ਕੇ ਸਕੀਮ ਬਣਾਈ ਸੀ। ਕੀ ਤੂੰ ਮੇਰੀ ਮਾਂ ਦਾ ਕਤਲ ਕੀਤਾ? ਉਸ ਰੱਬ ਵਰਗੀ ਮਾਂ ਦਾ ਜਿਹਨੇ ਤੈਨੂੰ ਨੂੰਹ ਨਹੀਂ ਧੀ ਸਮਝਿਆ ਸੀ? ਹਾਂ, ਦੁਖੀ ਹੋ ਗਈ ਸੀ ਮੈਂ ਤੁਹਾਡੇ ਆ ਰੋਜ਼ ਰੋਜ਼ ਦੇ ਡਰਾਮਿਆਂ ਤੋਂ। ਤੁਸੀਂ ਮੈਨੂੰ ਥੱਪੜ ਮਾਰਿਆ? ਇਹ ਕੰਮ ਤਾਂ ਮੈਨੂੰ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ ਸੀ। ਨਿਕਲ ਮੇਰੇ ਘਰੋਂ। ਗੁਰੀ, ਪਰ ਮੇਰੀ ਗੱਲ ਤਾਂ ਸੁਣ ਲਓ। ਨਿਕਲ ਮੇਰੇ ਘਰੋਂ, ਨਿਕਲ। ਆ ਫੜਾ ਦਾ ਫੋਨ, ਦਫਾ ਹੋ ਜਾ। ਲੱਗਦਾ ਬੰਟੀ ਨੂੰ ਫੋਨ ਕਰਨਾ ਹੀ ਪੈਣਾ। ਇੱਕ ਤਾਂ ਇਹ ਵੀ ਟਾਈਮ ਤੇ ਫੋਨ ਨਹੀਂ ਚੱਕਦਾ, ਤੂੰ ਜਿੱਥੇ ਕਿਤੇ ਵੀ ਹੈ ਮੈਨੂੰ ਹੁਣੇ ਮਿਲ, ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੋਵੇ ਬਹੁਤ ਜ਼ਰੂਰੀ।
ਕੀ ਏ, ਇੱਕ ਵਾਰ ਫਿਰ ਸੋਚ ਲਾ, ਕੀ ਪਤਾ ਇਹ ਗੱਲਾਂ ਤੇਰੇ ਵਿਆਹ ਤੋਂ ਪਹਿਲਾਂ ਦੀਆਂ ਹੋਣ। ਇੱਕ ਵਾਰ ਮੁੰਡੇ ਨੂੰ ਆ ਲੈਣ ਦੇ, ਆਪਾਂ ਉਹਨੂੰ ਪੁੱਛ ਲੈਂਦੇ ਹਾਂ। ਬਸ ਕਰੋ ਮੰਮੀ ਜੀ, ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਅਤੇ ਨਾ ਹੀ ਇਸ ਘਰ 'ਚ ਰਹਿਣਾ ਮੈਂ। ਕੀ ਏ, ਇੱਕ ਵਾਰ ਫਿਰ ਸੋਚ ਲਾ, ਲੰਘਿਆ ਵੇਲਾ ਹੱਥ ਨਹੀਂ ਆਉਂਦਾ ਹੁੰਦਾ। ਜਰਮੀਤ ਕੀ ਆ, ਤੈਂ ਮੈਨੂੰ ਕਿਉਂ ਬੁਲਾਇਆ ਇੱਥੇ? ਤੈਨੂੰ ਮੈਂ ਕਿਹਾ ਸੀ ਨਾ ਆਪਣੇ 'ਚ ਸਾਰਾ ਕੁਝ ਖਤਮ ਹੈਗਾ। ਤੂੰ ਤਾਂ ਸਭ ਕੁਝ ਖਤਮ ਕਰਕੇ ਚਲਾ ਗਿਆ ਸੀਗਾ, ਪਰ ਤੇਰੇ ਭਰਾ ਨੂੰ ਸਭ ਕੁਝ ਪਤਾ ਲੱਗ ਗਿਆ ਆਪਣੇ ਦੋਵਾਂ ਬਾਰੇ। ਹੈਂ, ਪਤਾ ਲੱਗ ਗਿਆ? ਤੇ ਫਿਰ ਹੁਣ? ਹੁਣ ਕੀ, ਮੈਂ ਤਾਂ ਕਹਿ ਦਿੱਤਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ, ਹੁਣ ਤੂੰ ਸੋਚ ਲੈ ਅੱਗੇ ਕਰਨਾ ਕੀ ਹੈ। ਪਰ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ, ਕਿਉਂਕਿ ਤੇਰੇ ਘਰੇ ਸਾਰਾ ਕੁਝ ਪਤਾ ਲੱਗ ਗਿਆ ਨਾ, ਪਰ ਮੈਂ ਆਪਦਾ ਘਰ ਨਹੀਂ ਖਰਾਬ ਕਰਨਾ ਚਾਹੁੰਦਾ ਹੈਗਾ। ਜੇ ਤੂੰ ਮੇਰਾ ਨਹੀਂ ਹੋ ਸਕਦਾ ਤਾਂ ਮੈਂ ਉਹਦਾ ਵੀ ਨਹੀਂ ਹੋਣ ਦਿੰਦੀ। ਇਹ ਤਾਂ ਬੰਟੀ ਆ ਜਿਹੜੀ ਦੇ ਨਾਲ ਖੜੀ ਆ, ਇਹਦੀ ਭਾਬੇਗੀ, ਪਰ ਅਸੀਂ ਲੜ ਕਿਉਂ ਰਹੇ ਨੇ ਗੇ? ਮੈਂ ਤੈਨੂੰ ਆਖਰੀ ਵਾਰ ਪੁੱਛ ਰਹੀ ਹਾਂ, ਮੇਰੇ ਨਾਲ ਵਿਆਹ ਕਰਾਉਣਾ ਕਿ ਨਹੀਂ? ਮੈਂ ਤੈਨੂੰ ਸਾਫ ਮਨਾ ਕਰ ਰਿਹਾਗਾ, ਤੇਰੇ ਨਾਲ ਵਿਆਹ ਨਹੀਂ ਕਰਾਉਣਾ ਤਾਂ ਨਹੀਂ ਕਰਾਉਣਾ ਹੈਗਾ। ਜੇ ਤੂੰ ਮੇਰਾ ਨਹੀਂ ਹੋ ਸਕਦਾ ਤਾਂ ਮੈਂ ਤੈਨੂੰ ਕਿਸੇ ਹੋਰ ਦਾ ਵੀ ਨਹੀਂ ਹੋਣ ਦੇਣਾ। ਉਹ ਕੀ, ਇਹਨੇ ਤਾਂ ਆਪਦੇ ਦਿਓਰ ਦੀ ਕਦਰ ਕਰਤਾ। ਜੇ ਮੈਂ ਕੋਲ ਗਿਆ ਇਹ ਤਾਂ ਨਹੀਂ ਪਤਾ ਮੇਰੇ 'ਤੇ ਇਲਜ਼ਾਮ ਲਾ ਦੇ। ਮੈਂ ਇਹ ਕਰਦਾ, ਗੁਰੀ ਨੂੰ ਫੋਨ ਕਰਦਾ। ਗੁਰੀ ਬਾਈ, ਗੁਰੀ ਬਾਈ, ਉਹ ਇੱਥੇ। ਉਹ ਸਾਫ ਸਾਫ ਬੋਲ, ਕੀ ਉਹ ਇੱਥੇ? ਉਹ ਬਾਈ ਤੂੰ ਜਲਦੀ ਜਲਦੀ ਪੁਲਿਸ ਨੂੰ ਲੈ ਕੇ ਪਹੁੰਚ, ਇੱਥੇ ਤੇਰੇ ਘਰ ਇਹਨੇ ਬੰਟੀ ਦਾ ਕਤਲ ਕਰਤਾ। ਕੀ ਕਤਲ? ਉਹ ਵੀ ਬੰਟੀ ਦਾ? ਬਾਈ ਤੂੰ ਉੱਥੇ ਰੁਕ, ਮੈਂ ਹੁਣੀ ਆਇਆ, ਬਸ ਤੂੰ ਧਿਆਨ ਰੱਖੀ ਆਵਾ। ਪਹਿਲੇ ਕਿਹਾ ਸੀ ਵੀ ਮੇਰੀ ਗੱਲ ਮੰਨ ਲੈ, ਪਰ ਤੂੰ ਨਹੀਂ ਮੰਨੀ। ਜੇ ਤੂੰ ਮੇਰੀ ਗੱਲ ਪਹਿਲੇ ਹੀ ਮੰਨ ਲੈਂਦਾ ਤਾਂ ਅੱਜ ਤੈਨੂੰ ਮਰਨਾ ਨਾ ਪੈਂਦਾ। ਇਹ ਤਾਂ ਮੈਨੂੰ ਜੇੜ ਜੀ ਲਾਦੇ ਨੇ, ਪਰ ਇਹ ਇੰਨੀ ਜਲਦੀ ਵਿੱਚ ਕਿੱਥੇ ਜਾਂਦੇ ਨੇ? ਮੈਨੂੰ ਨਾ ਇਹਨਾਂ ਨੂੰ ਰੋਕਣਾ ਚਾਹੀਦਾ, ਨਾਲੇ ਇਹਨਾਂ ਨੂੰ ਵੀ ਦੱਸਾਂ ਵੀ ਇਹਨਾਂ ਦੀ ਘਰ ਵਾਲੀ ਕੀ ਕਰਤੂਤਾਂ ਕਰਦੀ ਫਿਰਦੀ ਹੈ। ਜੇਠ ਜੀ, ਜੇਠ ਜੀ ਰੁਕੋ। ਹਾਂਜੀ ਭਾਬੀ, ਤੁਸੀਂ? ਜੇਠ ਜੀ ਕੀ ਹੋਇਆ, ਤੁਸੀਂ ਇੰਨੀ ਜਲਦੀ ਵਿੱਚ ਕਿੱਥੇ ਜਾਂਦੇ ਹੋ? ਨਾਲੇ ਮੈਂ ਨਾ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਉਹ ਇਹ ਸਭ ਗੱਲਾਂ ਦਾ ਟਾਈਮ ਨਹੀਂ ਹੈਗਾ, ਤੂੰ ਛੇਤੀ ਕਰ, ਤੂੰ ਵੀ ਮੇਰੇ ਨਾਲ ਹੀ ਚੱਲ। ਪਰ ਜੇਠ ਜੀ, ਗੱਲ ਤਾਂ ਦੱਸੋ, ਹੋਇਆ ਕੀ ਹੈ? ਉਹ ਯਾਰ ਗੱਲ ਇਹ ਹੋਈ ਆ, ਮੀਤ ਨੇ ਯਾਰ ਬੰਟੀ ਦਾ ਕਤਲ ਕਰਤਾ, ਮੈਂ ਪੁਲਿਸ ਨੂੰ ਇਨਫੋਰਮ ਕਰਤਾ, ਤੂੰ ਛੇਤੀ ਚੱਲ ਮੇਰੇ ਨਾਲ, ਗੱਲਾਂ ਦਾ ਟਾਈਮ ਨਹੀਂ ਹੈਗਾ ਯਾਰ। ਕੀ ਬੰਟੀ ਦਾ ਕਤਲ? ਇਹ ਤੁਸੀਂ ਕੀ ਕਹੀ ਜਾਂਦੇ ਹੋ ਜੇਠ ਜੀ? ਮੈਂ ਬਾਅਦ ਚੋਂ ਦੱਸੂ ਸਾਰਾ ਕੁਝ, ਤੂੰ ਛੇਤੀ ਚੱਲ ਯਾਰ। ਚੱਲ ਹੁਣ ਮੈਂ ਨਵੀਂ ਜ਼ਿੰਦਗੀ ਸ਼ੁਰੂ ਕਰੂੰਗੀ, ਤੂੰ ਵੀ ਕਿਸੇ ਦਾ ਨਹੀਂ ਹੋਇਆ, ਨਾਲੇ ਗੁਰੀ ਤੋਂ ਵੀ ਮੇਰਾ ਖਹਿਣਾ ਛੁੱਟ ਗਿਆ। ਤੁਹਾਡੀ ਨਵੀਂ ਜ਼ਿੰਦਗੀ ਤਾਂ ਹੁਣ ਜੇਲ੍ਹ 'ਚ ਜਾ ਕੇ ਸ਼ੁਰੂ ਹੋਊਗੀ। ਪੁਲਿਸ ਉਰੇ ਆ, ਇੱਥੇ ਤੇ ਉਰੇ ਉਹਦਾ ਭਲਾ ਹੋਇਆ ਬੰਦੇ ਦਾ ਜਿਹਨੇ ਗੁਰੀ ਨੂੰ ਫੋਨ ਕਰਤਾ ਤੇ ਗੁਰੀ ਨੇ ਸਾਨੂੰ ਦੱਸਤਾ, ਅਤੇ ਅਸੀਂ ਤੁਹਾਨੂੰ ਮੌਕੇ ਤੇ ਕਤਲ ਕਰਦੇ ਫੜਿਆ ਗਾ, ਨਹੀਂ ਤੁਸੀਂ ਤਾਂ ਦੋ ਦੋ ਕਤਲ ਕਰਕੇ ਫਰਾਰ ਹੋ ਜਾਣਾ ਜੀ ਇੱਥੋਂ।
ਮੈਂ ਕੁਛ ਨਹੀਂ ਕੀਤਾ, ਇਹ ਸਭ ਸਿਮਰਨ ਕਰਕੇ ਹੋਇਆ। ਜੇ ਬੰਟੀ ਨਾਲ ਵਿਆਹ ਨਾ ਕਰਾਉਂਦੀ ਤਾਂ ਇਹ ਸਭ ਕੁਛ ਹੋਣਾ ਹੀ ਨਹੀਂ ਸੀ। ਇੱਕ ਤਾਂ ਮੇਰੇ ਘਰ ਵਾਲੇ ਨੂੰ ਮਾਰਦੀ ਆ, ਉਹ ਤਾਂ ਮੇਰੇ ਘਰ ਵਾਲੇ ਨਾਲ ਚੱਕਰ ਚੱਲਦਾ, ਹਜੇ ਵੀ ਤੈਨੂੰ ਮੈਂ ਗਲਤ ਲੱਗਦੀ ਆ? ਸ਼ਰਮ ਆਉਣੀ ਚਾਹੀਦੀ ਆ ਤੈਨੂੰ। ਚੁੱਪ ਕਰੋ ਮੈਡਮ, ਚਲੋ ਤੁਸੀਂ ਥਾਣੇ, ਤੁਸੀਂ ਨੇ ਕਤਲ ਕੀਤਾ ਗਾ। ਚਲੋ ਮੈਡਮ, ਇਹ ਸਭ ਤੇਰੇ ਕਰਕੇ ਹੋਇਆ, ਇਹ ਗੱਲ ਤੂੰ ਯਾਦ ਰੱਖੀ, ਮੈਂ ਬਦਲਾ ਲੈਣ ਤਾਂ ਜ਼ਰੂਰ ਆਉਂਗੀ ਤੇਰੇ ਕੋਲ। ਹਾਏ ਰੱਬਾ, ਮੈਂ ਕੀ ਵਿਗਾੜਿਆ ਸੀ ਤੇਰਾ, ਪਹਿਲਾਂ ਮੇਰੀ ਮਾਂ ਖੋਲੀ, ਹੁਣ ਮੇਰਾ ਭਾਈ ਵੀ ਖੋਲਿਆ, ਕੋਈ ਨਹੀਂ ਛੱਡਿਆ। ਹੁਣ ਤੁਸੀਂ ਉਦਾਸ ਨਾ ਹੋਵੋ, ਮੀਤ ਨੂੰ ਤੇ ਬੰਟੀ ਨੂੰ ਉਹਦੇ ਕਿੱਤੇ ਦੀ ਸਜ਼ਾ ਮਿਲ ਗਈ। Ha ha ha!